ਆਪਣੀ ਗਤ ਮੈਂ ਜਾਣੋ ਆਪੇ, ਆਪਣ ਸੰਗ ਆਪ ਪ੍ਰਭ ਰਤੈ, ਤੁਮਰੀ ਉਸਦ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸੁਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਦਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬੁਖਾਣੀ, ਸਗਲ ਥਾਨ ਤੇ ਉਦਮ ਥਾਨ, ਨਾਨਕ ਜੇ ਗੜ ਵਸੈ ਹਰ ਨਾਮ ਸਰੋਗ, ਨਿਰਗੁਣ ਹਰ ਆਣਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦ ਰਮਈਆ ਕੇ ਗੁਣ ਚੇਤ ਪ੍ਰਾਣੀ, ਕੌਣ ਮੂਲ ਤੇ ਕੌਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸੰਗਾਰਿਆ, ਗਰਭ ਅਗਨ ਮੇ ਜਿਨੇ ਉਭਾਰਿਆ, ਬਾਰ ਅਵਸਥਾ ਤੁਝੇ ਪਿਆਰੇ ਦੂਧ, ਭਰ ਯੋਵਣ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਭ ਸਹਿਣ, ਮੁਖ ਪਿਆਉ ਬੈਠ ਕੋ ਦੈਣ, ਜੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਓ ਤਾਂ ਨਾਨਕ ਸੀਜੈ, ਜਿਹ ਪ੍ਰਸਾਦ ਧਾਰੇ ਉੱਪਰ ਸੁਖ ਵਸੈ, ਸੁੱਤ ਪ੍ਰਾਂਤ ਮੀਤ ਬਣਤਾ ਸੰਗ ਹੱਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਾਉਣ ਪਾਵ ਕਿਆ ਮੁੱਲਾ, ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਧ ਬਸਾ, ਦੀਨੇ ਹੱਥ ਭਾਵ ਕਰਨੇ ਤਰਸਨਾ, ਤਿਸੇ ਤਿਆਗ ਅਵਰ ਸੰਗਰਚਨਾ, ਐਸੇ ਦੋਖ ਮੂੜੰਦ ਵਿਆਪੈ, ਨਾਨਕ ਕਾਢ ਲਿਓ ਪ੍ਰਭ ਆਪੈ, ਆਦਿ ਅੰਤ ਜੋ ਰੱਖਣ ਹਾਰ, ਤੇ ਸਿਉਂ ਪ੍ਰੀਤ ਨਾ ਕਰੇ ਗਵਾਰ, ਜਾਂ ਕੀ ਸੇਵਾ ਨਵ ਨਿਤ ਪਾਵੇ, ਤਾਂ ਸਿਉਂ ਮੂੜਾ ਮਨ ਨਹੀਂ ਲਾਵੇ, ਜੋ ਠਾਕਰ ਸਭ ਸਦਾ ਹਜੂਰੇ, ਤਾਂ ਕੋ ਅੰਧਾ ਜਾਣ ਦਾ ਦੂਰੇ, ਜਾਂ ਕੀ ਟਹਿਲ ਪਾਵੇ ਦਰਗੇ ਮਾਣ, ਤਿਸੇ ਵਸਾਰੇ ਮੁਕਦੇ ਆਜਾਣ, ਸਦਾ ਸਦਾ ਉਹ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗਰਚੈ, ਸਾਜ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਨ, ਜੋ ਹੋਵਣ ਸੋ ਦੂਰ ਪਰਨ, ਛੋੜ ਜਾਏ ਤਿਸ ਕਾ ਸਰਮ ਕਰੈ, ਸੰਗ ਸਹਾਈ ਤਿਸ ਪਰ ਹਰੇ, ਚੰਦਨ ਲੇ ਬੋ ਤਾਰੇ ਧੋਏ, ਗਰਦ ਪ੍ਰੀਤ ਬਸਮ ਸੰਗ ਹੋਏ, ਅੰਤ ਕੂ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਧਿਆਨ, ਕਰਤੂਤ ਪਸ਼ੂ ਕੀ ਮਾਣਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਰ ਭੇਖ ਅੰਤਰ ਮਲ ਮਾਇਆ, ਸ਼ਬਦ ਸੁਣਾਏ ਕਿਛ ਕਰੇ ਛਪਾਇਆ, ਬਾਰ ਗਿਆਨ ਧਿਆਨ ਸੁਨਾਨ, ਅੰਤਰ ਵਿਆਪੈ ਲੋਭ ਸੁਆਣ, ਅੰਤਰ ਅਗਨ ਬਾਹਰ ਤਨੁਸਾ, ਗਲ ਪਾਥਰ ਕਹਿ ਧਰੇ ਹਥਾ, ਜਾਂ ਕਹਿ ਅੰਦਰ ਵਸੇ ਪ੍ਰਭਿਆਵ, ਨਾਨਕ ਦੇ ਜਨ ਸਹਿ ਸਮਾਨ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੇ, ਕਹਾਂ ਬਜਾਰ ਤੂੰ ਬੂਝੇ ਡੋਰਾ, ਨਿਤ ਕਹੀਏ ਤੂੰ ਸਮਝੇ ਭੋਰਾ, ਕਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋਂ ਵੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਆਪ ਸਗਵਣ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਸਾਈ ਸੁਆਵੇ ਨਾ ਚੀਤ, ਜੋ ਬੈਰਾਈ ਤਾਂ ਸਿਉਂ ਪ੍ਰੀਤ, ਬਲਵਾ ਕੇ ਗ੍ਰਹਿ ਭੀਤਰ ਵਸੈ, ਅਣਦ ਕੇਰ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਲੋਭ ਤ੍ਰੋ, ਯਾਹੂ ਜੁਗਤ ਬਿਹਾਨੈ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੂੰ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਤ, ਤੂੰ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਹ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਤਾਰੀ, ਤੁਮ ਦੇ ਸੁਆਗਿਆਕਾਰੀ, ਤੁਮਰੀ ਗਤ ਮੈਂ ਤੇ ਤੁਮ ਹੀ ਜਾਨੀ,
ਨਾਨਕ ਦਾ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਗੈ ਲਾਗੈ ਆਣ ਸੁਆਏ, ਨਾਨਕ ਕਹੁ ਨਾ ਸਿਜਈ ਬਿਨ ਨਾਮੈ ਪਤ ਜਾਇ। ਅਸ਼ਟਪਦੀ ਦਸ ਵਸਤੂ ਲੈ ਪਾਤਸ਼ਾਹ ਪਾਵੇ, ਏਕ ਵਸਤ ਕਾਰਨ ਵਿਖੋੜ ਗਵਾਵੇ, ਏਕ ਵੀ ਨਾ ਦੇ ਦਸ ਵੀ ਹਿਰ ਲੈ ਤਾਂ ਮੂਣ ਕਹੁ ਕਾਂ ਕਰੇ। ਜੇ ਠਾਕੁਰ ਸਿਉ ਨਾਹੀ ਚਾਰ ਤਾਂ ਕਹੋ ਕਿ ਜੇ ਸਦ ਨਮਸਕਾਰ, ਜਾਂ ਕਹਿ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਂ ਹੂੰ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਗ ਨਾਨਕ ਤਿਨ ਪਾਇਆ, ਅਗਣਤ ਸਾ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਤ ਉਰਾਸ, ਆਪਣੀ ਮਾਣ ਕਛ ਬਾਹਰ ਸੌਰੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਵਸਤ ਸਿਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਦੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਣਕ ਪਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਣਿਆ ਨੇਤ, ਬਿਰ ਕੀ ਛਾਇਆ ਸੂ ਰੰਗ ਲਾਵੇ, ਉਹ ਬਿਨ ਸਿਉ ਮਨ ਪਛਤਾਵੇ, ਜੋ ਦਿਸੇ ਸੋ ਚਾਲਣ ਹਾਰ, ਲਭਡ ਰਿਓ ਤੈ ਆਉਂਦੇ ਆਧਾਰ, ਬੈਠਾ ਉਸੂ ਜੋ ਲਾਵੇ ਨੇ, ਤਾਂ ਗੋ ਹੱਥ ਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਗਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਭ ਵਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗੁਮਾਨ, ਅਸਦਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸਰਵਣ ਪਰ ਨਿੰਦਾ ਸੁਣੇ, ਮਿਥਿਆ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਬੇਖਤ ਪਰਤਰੇ ਰੂਪਾ, ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵੇ, ਮਿਥਿਆ ਤਨ ਹੀ ਪਰ ਉਪਕਾਰ, ਮਿਥਿਆ ਬਾਸ ਲੇਤ ਬੇਕਾਰ, ਬਿਨ ਬੂਝੇ ਮਿਥਿਆ ਸਭ ਹੈ, ਸਫਲ ਦੇ ਨਾਨਕ ਹਰ ਹਰ ਨਾਮ ਲੈ, ਬਿਰਥੀ ਸਾਗਤ ਕੀ ਯਾਰ ਜਾ, ਸਾਜ ਬਿਨਾ ਕਹਿ ਹੋਵਤ ਸੁੱਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁੱਖ ਆਵਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਗਏ ਨਿਰਾਰਥ ਦਾਮ, ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ, ਰਹਿਤ ਅਵਰ ਕਸ਼ਵਰ ਕਮਾਉ, ਮਾਨਣੀ ਪ੍ਰੀਤ ਮੁਖੋਂ ਗਟ ਲਾਵ, ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੇ, ਆਵੇ ਜਾਵੇ ਜਨਮੈ ਮਰੇ, ਜਿਸ ਕੈ ਅੰਤਰ ਬਸੇ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭੰਨ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬਮ ਸਭ ਜਾਣੇ, ਆਪਣਾ ਕੀ ਆਇਆ ਆਪੇ ਮਾਨੇ, ਆਪੇ ਆਪ ਕਰਤਨ ਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਪਾਵ ਸਿਆਣ ਸਗਲ ਤੇਰਾ, ਸਭ ਕੁਛ ਜਾਣੇ ਆਤਮ ਕੀ ਰਹਿ, ਜਿਸ ਭਾਵੇ ਤਿਸ ਲੈ ਲੜ ਲਾਏ, ਥਾਣ ਥਨੰਤਰ ਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮੁ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਣਸ ਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਇਨ, ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ,
ਆਠ ਪੈਰ ਸਿਮਰੋ ਤਿਸ ਰਸਨ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ, ਜੇ ਪ੍ਰਸਾਦ ਪਾਠ ਪਟਮ ਬਰਹਾਂਡਾਵੇ, ਤਿਸੇ ਤਿਆਗ ਕਰਤਿ ਅਵਰ ਲੁਭਾਵੇ, ਜੇ ਪ੍ਰਸਾਦ ਸੁਖ ਸੇ ਸਹੀਜੈ, ਮਨ ਆਠ ਪੈਰ ਤੰਗ ਅਜਸ ਕਵੀਜੈ, ਆਵੇ ਨਾਨਕ ਪਾਸੇ ਤੀ ਗਰ ਜਾਵੇ, ਜੇ ਪ੍ਰਸਾਦ ਆਰੋ ਕੰਚਨ ਦੇਹੀ, ਲਿਵਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਸਿਦਰ ਢੱਕੈ, ਮਨ ਸਰਨੀ ਪਰ ਠਾਕਰ ਪਵਤਾ ਕੈ, ਜੇ ਪ੍ਰਸਾਦ ਨਾ ਪਹੁੰਚੈ, ਮਨ ਸਾਹ ਸਾਹ ਸਿਮਰੋ ਪ੍ਰਭ ਉੱਚੈ, ਜੇ ਪ੍ਰਸਾਦ ਭਾਈ ਧਰ ਲੱਭਦੇ, ਨਾਨਕ ਤਾਂ ਕੀ ਭਗਤ ਕਰੇ, ਜੇ ਪ੍ਰਸਾਦ ਆਭੂਖਣ ਪਹਿਰੀਜੈ, ਮਨ ਤੇ ਸਿਮਰ ਗਿਆਸ ਕੀਜੈ, ਜੇ ਪ੍ਰਸਾਦ ਅਸਵਸਤ ਅਸਵਾਰੀ, ਮਨ ਤੇ ਪ੍ਰਭ ਕੋ ਕਬੂ ਨਾਮ ਵਸਾਰੀ, ਜੇ ਪ੍ਰਸਾਦ ਬਾਗ ਮਿਲਖਤ ਨਾਮ, ਰਾਗ ਪ੍ਰੋਇ ਪ੍ਰਭ ਆਪਣੇ ਮਨ, ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠ ਸਾ ਤਿਸੇ ਧਿਆਈ, ਤਿਸੇ ਧਿਆਏ ਜੋ ਇਹ ਗੱਲ ਲਖੈ, ਈਹਾਂ ਊਹਾਂ ਨਾਨਕ ਤੇਰੀ ਰੱਖੈ, ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਵਿਚਾਰ ਬਿਹਾਰੀ, ਤਿਸ ਪ੍ਰਭ ਕੋ ਸਭ ਸਾਹ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹੇ, ਗੁਰਪ੍ਰਸਾਦ ਨਾਨਕ ਸਾ ਜਸ ਕਹਿ, ਜੇ ਪ੍ਰਸਾਦ ਸੁਣੇ ਕਰਨਾ, ਜੇ ਪ੍ਰਸਾਦ ਭੇਖੇ ਵਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਣਾ, ਜੇ ਪ੍ਰਸਾਦ ਹਸਤ ਕਰ ਚੱਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਅਵਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕਉ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਣ ਮਨ ਸਦਾ ਹਜੂਰ, ਜੇ ਪ੍ਰਸਾਦ ਤੂੰ ਭਾਵੇ ਸਾਜ, ਰੇ ਮਨ ਮੇਰੇ ਤੂੰ ਤਾਂ ਸਿਉਰਾ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਮਤ ਉੱਤਮ ਹੋਏ, ਸਰਮਦਾਨ ਪ੍ਰਭ ਤੇਰੀ ਮਾਇਆ, ਆਪੋ ਕਛੁ ਨਾ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਤਿਤ ਲਗੇ ਹਰ ਨਾਥ, ਨਾਨਕ ਇਨ ਕੈ ਕਛੁ ਨਾ ਹਾਥ, ਸਲੋ ਅਗਮ ਅਗਾਧ ਪਾਰ ਬਮ ਸੋਏ, ਜੋ ਜੋ ਕਹੈ ਸੁਮੁਖਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ, ਅਸ਼ਟਪਦੀ ਸਾਧ ਕੈ ਸੰਗ ਮੁਖੁ ਜਲ ਹੋਦ, ਸਾਧ ਸੰਗ ਮਲ ਸਗਲੀ ਖੋਦ, ਸਾਧ ਕੈ ਸੰਗ ਮਿਟੇ ਅਭਿਮਾਨ, ਸਾਧ ਕੈ ਸੰਗ ਪ੍ਰਗਟ ਸੋ ਗਿਆਨ, ਸਾਧ ਕੈ ਸੰਗ ਬੁੱਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਯਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਣੀ, ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧ ਕੈ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਖ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਣ, ਸਾਧ ਕੈ ਸੰਗ ਮਨੋਹਰ ਬੈਣ, ਸਾਧ ਕੈ ਸੰਗ ਨਾ ਕਤੂੰ ਧਾਵੈ, ਸਾਧ ਸੰਗ ਅਸਤ ਮਨ ਪਾਵੇ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪਨੀਤ, ਸਾਧ ਸੰਗ ਕੈ ਸਿਉਣੀ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ, ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧ ਕੈ ਸੰਗ ਨਾ ਕਬਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲੈ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵਨ, ਜਿਸ ਧਨ ਤੇ ਸਭ ਕੋ ਬਰਸਾਵੇ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੁਭਾ ਸੁਰਦੇਵ, ਸਾਧੂ ਕੈ ਸੰਗ ਪਾਪ ਪਲੈਣ, ਸਾਧ ਸੰਗ ਅੰਮ੍ਰਿਤ ਗੁਣ ਗਾਣ, ਸਾਧ ਕੈ ਸੰਗ ਸਰਵਧਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧ ਕੈ ਸੰਗ ਕਲੁਖ ਤਹਰੈ, ਸਾਧ ਕੈ ਸੰਗ ਨਰਕ ਪਰਹਰੈ, ਸਾਧ ਕੈ ਸੰਗ ਇਹਾਵਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੇ, ਸਾਧ ਕਾ ਸੰਗ ਨਾ ਬਿਰਥਾ ਜਾਵੇ, ਪਾਰ ਬਮ ਸਾਧ ਰਜ ਵਸੈ, ਨਾਨਕ ਉਧਰੈ ਸਾਧ ਸੁਣ ਰਸੈ, ਸਾਧ ਕਾ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕਾ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕਾ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨ ਜਾਣੈ, ਜੇ ਤਾ ਸੁਣੇ ਤੇ ਤਾ ਬਖਿਆਨੈ, ਸਾਧ ਕੀ ਉਹ ਮਾਤੇ ਗੁਣ ਤੇ ਦੂਰ, ਸਾਧ ਕੀ ਉਹ ਮਾਰੇ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਔਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲਿਆਲੇ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਵ ਕੋ ਸੋਭ, ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਮ ਵਸੁਦਾ ਕੋ ਖੁਦੇ ਕੋ ਚੰਦਨ ਲੇ, ਬ੍ਰਹਮ ਗਿਆਨੀ ਕਾ ਹੈ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ, ਜੈਸੇ ਧਰਿ ਉਪਰ ਆਕਾਸ, ਬ੍ਰਹਮ ਗਿਆਨੀ ਕਾ ਮਿੱਤਰ ਸਤਰੂ ਸਮਾਨ, ਬ੍ਰਹਮ ਗਿਆਨੀ ਕਾ ਨਾਹੀ ਅਵਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭੈ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼,
ਬ੍ਰਹਮ ਗਿਆਨੀ ਕਾ ਗਰੀਬੀ ਸਭ ਮਾਹ, ਬ੍ਰਹਮ ਗਿਆਨੀ ਪਰ ਉਪਕਾਰ ਮਾਹ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਾ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਾ ਏਕੈ ਰੰਗ, ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਦ, ਬ੍ਰਹਮ ਗਿਆਨੀ ਹਉਮ ਬੁੱਧ ਤਿਆਗ, ਬ੍ਰਹਮ ਗਿਆਨੀ ਕਾ ਮਨ ਪਰਮਾਨੰਦ, ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਾਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹਿਤਾ, ਬ੍ਰਹਮ ਗਿਆਨੀ ਕਾ ਹੋਏ ਅਚਿੰਤਨ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਏ, ਬ੍ਰਹਮ ਗਿਆਨੀ ਕਾ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕਿਵੇਂ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਗਤ ਜੁਗ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਆਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲ, ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਅਪਰ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸਨ, ਪਰ ਤ੍ਰੈ ਰੂਪ ਨ ਪੇਖੈ ਨੇਤਰ, ਸਾਧਗੀ ਟੈਲ ਸੰਸੰਗ ਹੈ, ਕਰਨਾ ਸੁਣੇ ਕਾਉ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸਨਾ ਮਨ ਤੇ ਡਰੈ, ਇੰਦਰੀ ਜਿਤ ਪੰਜ ਦੋਖ ਤੇ ਰਹਿ, ਨਾਨਕ ਕੋਟ ਮਧੇ ਕੋ ਐਸਾ ਪ੍ਰਸ, ਬਹਿਸ ਨੂੰ ਸੋਜੇ ਸੁਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨੇ ਕਰਮ, ਤਿਸ ਬੈਸ ਨੂੰ ਕਰ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਆਪ ਦ੍ਰਿੜੇ ਵਰੈ ਨਾਮ ਜਪਾਵੈ, ਨਾਨਕ ਬੈਸ ਨੂੰ ਪਰਮਗਤ ਪਾਵੇ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੇ ਨਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੇ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ, ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮਾ ਤਮੈ ਸੁਧ, ਰਾਮ ਨਾਮ ਸਾਰਸ ਪੀਵੈ, ਉਸ ਪੰਡਤ ਕਾ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਤ ਫਿਰ ਜੋਨ ਨਾਵੇ, ਵੇਦ ਪ੍ਰਾਣ ਸਿਮਰਤ ਬੂਜੈ ਮੂਲ, ਸੁਖਮ ਮੈਂ ਜਾਣੇ ਅਸਥੂਲ, ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼, ਬੀਜ ਮੰਤਰ ਸਰਵ ਕੋ ਗਿਆਨ, ਚੌਂ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੇ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ,
ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਕਤ ਪਾਥਰ ਕੋ ਤਾਰੈ ਸਰਵ ਰੋਗ ਕਾਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਦਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰ ਗਏ ਪ੍ਰਵਾਣ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸਹੁ ਕਹਾਵੇ ਤੈ ਸਾਰਗ ਤੈ ਸਾਧ ਸਹੁ ਸਦਾ ਅਨੰਤ ਤੈ ਨਹੀਂ ਵਿਓ ਤੈ ਸਾ ਸਵਰਨ ਤੈ ਸੀ ਉਸ ਮਾਟੀ ਤੈ ਸਾ ਅੰਮ੍ਰਿਤ ਤੈ ਸੀ ਬੇਖਾਟੀ ਤੈ ਸਾ ਮਾਣ ਤੈ ਸਾ ਅਭਿਮਾਨ ਤੈ ਸਾ ਰੰਗ ਤੈ ਸਾ ਰਜਾਨ ਜੋ ਵਰਤਾ ਹੈ ਸਾਹਿ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੇ ਤੈਸਾ ਤਿੰਨ ਨਾਉ ਆਪੇ ਕਰਨ ਕਰਾਵਣ ਜੋ ਪ੍ਰਭ ਭਾਵੈ ਸੋਈ ਫੁਨ ਹੋ ਪਸਰਿਓ ਆਪ ਹੋਏ ਅਨੰਤ ਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾ ਸਦਾ 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 ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਰੋ ਉਸ ਤਦ ਕਰਿਆ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਣਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਮਨ ਭਰਮੇ ਉਦਾਸੀ ਕਈ ਕੋਟ ਵੇਦ ਕੈ ਸੋਤੈ ਕਈ ਕੋਟ ਤਪੀਸਰ ਹੋਤੈ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਬ ਵਿਚਾਰੇ ਕਈ ਕੋਟ ਨਵ ਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿੱਖ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਉ ਤਿਤ ਤਿਤ ਲਗਣਾ ਨਾਨਕ ਕਰਤੇ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੀਅਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛੱਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਹ ਭਾਵੇ ਤਿਸ ਤਿਸ ਨਿਸਧਾਰੇ ਕਈ ਕੋਟ ਰਾਜਸਥਾਨ ਸਾਧ ਕਈ ਕੋਟ ਵੇਦ ਪ੍ਰਾਣ ਸਿਮਰਤ ਆਸ ਸਾਧ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤਰ ਕਈ ਕੋਟ ਕੀ ਅਚਰ ਜੀਵੈ ਕਈ ਕੋਟ ਗਿਰੀ ਮਹਿਰ ਸਵਰਨ ਥੀਵੈ ਕਈ ਕੋਟ ਜਗ ਨਿਰਪਚਾ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇਰ ਸਭ ਹੂੰ ਤੇ ਦੂਰ ਨਾਨਕ ਆਪ ਅਲਹਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੈ ਥੱਕ ਪਾਏ ਕਈ ਕੋਟ ਕੀ ਹੈ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਭਾਣਾ ਤੈ ਤੈ ਰੱਖੈ ਨਾਨਕ ਸਭ ਕਿਸ ਪ੍ਰਭ ਕਹਿ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮਾ ਪਾਰ ਬ੍ਰਹਮਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਮਨਾ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ
ਸਦਾ ਸਦਾ ਇੱਕ ਓਂਕਾਰ, ਕਈ ਗੁਰ ਕੀਨੇ ਬਹੁ ਭਾਨ, ਪ੍ਰਭ ਤੇ ਹੋਏ ਪ੍ਰਭ ਮਹਿ ਸੰਭਾਨ, ਤਾਂ ਕਾ ਅੰਤ ਨ ਜਾਣੇ ਕੋਇ, ਆਪੇ ਆਪ ਨਾਨ ਪ੍ਰਭ ਸੋਏ, ਕਈ ਗੁਰ ਪਾਰ ਬਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਗੁਰ ਤੱਤ ਕੇ ਬਿਤ, ਸਦਾ ਨਿਹਾਰਾ ਇੱਕੋ ਨੇਤਰ, ਕਈ ਗੁਰ ਨਾਮ ਰਸ ਪੀਵੈ, ਅਮਰ ਬੈ ਸਤ ਸਦ ਹੀ ਜੀਵੈ, ਕਈ ਗੁਰ ਨਾਮ ਗੁਣ ਗਾਵਿਨ, ਆਤਮ ਰਸ ਸੁਖ ਸਹਿਜ ਸਮਾਵਿਨ, ਆਪਣੇ ਜਨ ਗੋ ਸਾਧ ਸਾਧ ਸਮਾਰਿ, ਨਾਨਕਿਓ ਪਰਮੇਸ਼ਰ ਕੇ ਪਿਆਰੇ ਸਰੋ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ, ਨਾਨਕ ਤਿਸ ਬਲਿਹਾਰ ਨੈ, ਜਲ ਥਲ ਮਹੀ ਜਲ ਸੋਇ, ਅਸ਼ਟ ਪਈ ਕਰਨ ਕਰਾਵਣ ਕਰਨ ਜੋਗ, ਜੋਤ ਭਾਵੇ ਸੋਈ ਹੋ, ਕਿਰ ਮੈਂ ਥਾਵ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸੰਭਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਣਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ, ਪ੍ਰਭ ਭਾਵੈ ਮਨੁ ਗਤ ਪਾਵੇ, ਪ੍ਰਭ ਭਾਵੈ ਤਾਂ ਪਾਥਰ ਤਰਾਵੇ, ਪ੍ਰਭ ਭਾਵੇ ਬਿਨ ਸਾਸ ਤੇ ਰੱਖ, ਪ੍ਰਭ ਭਾਵੇ ਤਾਂ ਹਰ ਗੁਣ ਭਖ ਹੈ, ਪ੍ਰਭ ਭਾਵੇ ਤਾਂ ਪਤ ਤੇ ਉਧਾਰ, ਆਪ ਕਰੇ ਆਪਣ ਵਿਚਾਰ, ਦੂਸਰਿਆਂ ਕਾ ਆਪ ਸੁਆਮੀ, ਇਹ ਲੈ ਵਿਸੇ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਜਬਰ ਨਾ ਆਵੇ, ਕਹੋ ਮਨੁੱਖ ਤੇ ਕਿਆ ਹੋ ਆਵੇ, ਜੋ ਦਿਸ ਭਾਵੇ ਸੋਈ ਕਰਾਵੇ, ਇਸ ਗਿਆ ਹਾਥ ਹੋਏ ਤਾਂ ਸਭ ਕੁਛ ਲੈ, ਜੋ ਦਿਸ ਭਾਵੇ ਸੋਈ ਕਰੇ, ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣਦੇ ਆਪਣੇ ਆਪ ਬਚੈ, ਭਰਮੇ ਭੁੱਲਾ ਦੈ ਦਿਸਤਾਵੇ, ਨਿਮਕ ਮਾਏ ਚਾਰ ਗੁਣ ਫਿਰ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਂ ਨਾ ਮਿਲੇ, ਖਿਰ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਂ ਕਾ ਦਿਸ ਕਛੂ ਨਾ ਆਵੇ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ, ਜਾਂ ਕੋ ਆਪਣੀ ਕਰੇ ਬਖਸੀਸ, ਤਾਂ ਗਾਲੇ ਖਾਣਾ ਗਣੇ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਜ, ਘੜ ਘੜ ਪੂਰਨ ਬ੍ਰਹਮ ਪ੍ਰਗਾ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੇ ਦੇਖ ਬਡਾਈ, ਇਸ ਕਾ ਬਲ ਨਾ ਹੀ ਅਸਾਧ, ਕਰਨ ਕਰਾਉਣ ਸਰਬ ਕੋ ਨਾਦ, ਆਗਿਆਕਾਰੀ ਬਪਰਾ ਜੀਓ, ਜੋ ਦਿਸ ਪਾਵੇ ਸੋਈ ਫਣ ਥੀਓ, ਕਬਹੂ ਊਚ ਨੀਚ ਮੈਂ ਵਸੈ, ਕਬੂ ਸੋਗ ਹਰਖ ਰੰਗ ਹੱਸੈ, ਕਬੂ ਨਿਨ ਚਿੰਦ ਵਿਵਹਾਰ, ਕਬੂ ਊਭ ਆਕਾਸ ਬਿਆਨ, ਕਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬੂ ਨਿਰਤ ਕਰੇ ਬਹੁ ਭਾਂਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਹਾਂਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋ ਦਰਬਾਰ, ਕਬੂ ਹੋਏ ਬਹਿ ਬੜ ਰਾਜਾ, ਕਬੂ ਪੇਖਾਰੀ ਨੀਚ ਕਾ ਸਾਜਾ, ਕਬੂ ਆਪ ਕੀਰਤ ਮੈਂ ਆਵੇ, ਕਬੂ ਭਲਾ ਭਲਾ ਕਹਾਵੇ, ਜਿਉਂ ਪ੍ਰਭ ਰਾਖੇ ਤਿਵਹੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਬਖਿਆਣ, ਕਬੂ ਮੋਹਣ ਧਾਰੀ ਲਾਵੇ ਧਿਆਨ, ਕਬੂ ਤੱਟ ਤੀਰਥ ਇਸਨਾਨ, ਕਬੂ ਸਿੱਧ ਸਾਧ ਮੁਹ ਗਿਆਨ, ਕਬੂ ਕੀੜ ਹੱਥ ਪਤੰਗ ਹੋਏ ਜੀਆ, ਅਣਕ ਜੋਣ ਭਰਮ ਹੈ ਪਰਮੀਆ, ਨਾਨਾ ਰੂਪ ਜਿਉਂ ਸੋਗੀ ਦਿਖਾਵੈ, ਜਿਉਂ ਪ੍ਰਭ ਭਾਵੇ ਤਿਵੇ ਨਚਾਵੇ, ਜੋ ਦਿਸ ਭਾਵੇ ਸੋਈ ਹੋਏ, ਨਾਨਕ ਤੂੰ ਜਾਵਰ ਨਾ ਕੋਏ, ਕਬੂ ਸਾਧ ਸੰਗਤ ਇਹ ਪਾਵੇ, ਉਸੇ ਅਸਥਾਨ ਤੇ ਬਹੁਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸੇ ਅਸਥਾਨ ਕਾ ਨਹੀਂ ਬਿਨਾ, ਮਨ ਦਾ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬਮ ਕੈ ਸੰਗ, ਜੂੰ ਜਲ ਮੈਂ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਣ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਸਰੋ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ,
ਨਾਨਕ ਗਰਭ ਗਲੇ ਅਸ਼ਟਭਈ ਜਿਸ ਗੰਤ ਰਾਜ ਅਭਿਮਾਨ ਸੋ ਨਰਕ ਪਾਤੀ ਹੋ ਸਾਣ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਵਤ ਬਿਸ਼ਟਾਂ ਗਾਜਨ ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੇ ਧਨਵੰਤਾ ਹੋਏ ਕਰ ਗਿਰਬਾਵੈ ਤ੍ਰਿਣ ਸਮਾਨ ਕਰ ਸੰਗ ਨ ਜਾਵੇ ਬਹੁ ਲਸਕਰ ਮਾਨੁਖ ਉਪਰ ਕਰਿਆ ਪਲ ਭੀਤਰ ਤਾਂ ਗਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਰ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦਾਂ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋੜ ਕਰਮ ਕਰੇ ਹੋਂ ਧਾਰੇ ਸਰਮ ਪਾਵੇ ਸਗਲੇ ਬਿਰਧਾਰੇ ਅਣਕ ਤਪੱਸਿਆ ਕਰੇ ਹੰਕਾਰ ਨਰਕ ਸਰੂਪ ਫਿਰ ਫਿਰੇ ਅਵਤਾਰ ਅਣਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੈ ਤਿਸੇ ਬਲਾਈ ਨਿਕਟ ਨਾ ਆਵੈ ਸਰਬ ਕੀ ਰਹਿਣ ਜਾਂ ਕਾਮਨ ਹੋਏ ਕਹੋ ਨਾਨਕ ਤੰਗ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ ਜਬ ਇਹ ਜਾਣੇ ਮੈਂ ਕੁਛ ਕਰਤਾ ਤਬਲਾ ਗਰਭ ਜੋਣ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬਲਾ ਨੇ ਚਲਣਾ ਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬਲਾ ਧਰਮ ਰਹਿ ਦੇਹ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ ਸਹਿਜ ਖਿਡੇ ਲਖ ਕੋਠ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਸ਼ਾ ਪਾਵੇ ਅਣਕ ਭੋ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖਪ ਖਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਭਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੈ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋਗ ਕਿਨੋ ਸੁਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੇ ਕਰੇ ਬਵੇ ਆਪੇ ਏਕ ਆਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਵਿਸਤਾਰ ਸਭ ਕੁਛ ਕਾਵ ਕਰਨੇ ਹਾਰ ਉਸ ਤੇ ਭਿੰਨ ਕਹੂੰ ਕਿਛ ਹੋਏ ਥਾਣ ਥਰੰਤਰ ਏਕੈ ਸੋਏ ਆਪਣੇ ਜਿਲ ਆਪ ਕਰਨੇ ਹਾਰ ਕਹੁਤ ਕਰੇ ਰੰਗ ਆਪਾਰ ਮਨ ਮਾਇਆ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ 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 ਸਭ ਕੀਨਾ ਕੋੜ ਮਦੈ ਕਿਨ ਬਿਰਲੇ ਚੀਨਾ ਭਲਾ 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 ਤੇਰਾ ਰੂਪ ਅਤ ਸੁੰਦਰ ਆ ਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘੱਟ ਘੱਟ ਸੁਣੀ ਸਰਵਨ ਬਖਿਆਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਭਈ ਸੰਤ ਕਾ ਦੁਖਨ ਆਰ ਜਾ ਘਟੈ ਸੰਤ ਕਾ ਦੁਖਨ ਜਮ ਤੇ ਨਹੀਂ ਛੁਟੈ ਸੰਤ ਕਾ ਦੁਖਨ ਸੁਖ ਸਭ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ ਸੰਤ ਕਾ ਦੁਖਨ ਮਤ ਹੋਏ ਮਲੀਨ ਸੰਤ ਕਾ ਦੁਖਨ ਸੋਭਾ ਤੇ ਹੀਨ ਸੰਤ ਕਹਿ ਹੱਥੇ ਕੋ ਰੱਖੇ ਨਾ ਕੋਏ ਸੰਤ ਕਾ ਦੁਖਨ ਥਾਣ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨ ਸੰਤ ਸੰਗ ਨਿੰਦੁ ਵੀ ਤਰੈ ਸੰਤ ਕਹਿ ਦੁਖਣ ਦੇ ਮੁਖ ਪਵੈ ਸੰਤਨ ਕਹਿ ਦੁਖਣ ਕਾਗ ਜੋ ਲਵੈ ਸੰਤਨ ਕਹਿ ਦੁਖਣ ਸਰਬ ਜੋਨ ਪਾਏ ਸੰਤ ਕਹਿ ਦੁਖਣ ਤ੍ਰਿਗ ਜੋਨ ਕਿਰਮਾਏ ਸੰਤਨ ਕਹਿ ਦੁਖਣ ਤ੍ਰਿਸਨਾ ਮੈਂ ਜਲੈ ਸੰਤ ਕਹਿ ਦੁਖਣ ਸਭ ਕੋ ਛਲੈ ਸੰਤ ਕਹਿ ਦੁਖਣ ਤੇ ਸਭ ਜਾਏ
ਸੰਤ ਕੈ ਦੁਖ ਨੀਚ ਨਚਾਏ, ਸੰਤ ਦੁਖੀ ਕਾ ਥਾਉ ਕੋ ਨਾਏ, ਨਾਨਕ ਸੰਤ ਭਾਵੈ ਤਉ ਵਿਗਤ ਪਾਏ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਖਿੰਡੀ ਨਾ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨਮ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕਾ ਨਿੰਦਕ ਸਰਬ ਰੋ, ਸੰਤ ਕਾ ਨਿੰਦਕ ਸਦਾ ਬਿਜੋ, ਸੰਤ ਕੀ ਨਿੰਦਾ ਦੋਖ ਮੈਂ ਦੋ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਗ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕਾ ਦੁਖੀ ਕੋ ਡਾਣ ਲਾਗੈ, ਸੰਤ ਕਾ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੀ ਦੁਖਣਾ ਸੁਖ ਤੇ ਡਰੈ, ਸੰਤ ਕਾ ਦੁਖੀ ਕੋ ਨਾਹੀਂ ਠਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਵੀ ਤੇ ਟੂਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ, ਸੰਤ ਕਾ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਦੇ ਥੋਥਾ, ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਏ, ਆਪਣ ਬੀਜਾ ਪੇਈ ਖਾਏ, ਸੰਤ ਕੇ ਦੁਖੀ ਕੋ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਭਾਰ, ਸੰਤ ਕਾ ਦੁਖੀ ਇਉਂ ਬਲਲਾਏ, ਜਿਉਂ ਜਲ ਵਿਹੂਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਇਦਨ ਨਹੀਂ ਤਰਾਪੈ, ਸੰਤ ਕਾ ਦੁਖੀ ਛੂਟੇ ਅਕੇਲਾ, ਜਿਉਂ ਬਾੜ ਤਿਲ ਖੇਤ ਮਹਿ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿੱਥਿਆ ਕੈਦ, ਕਿਰਤ ਨਿੰਦ ਕਾ ਧੁਰ ਹੀ ਪਿਆ, ਨਾਨਕ ਜੋ ਦਸ ਭਾਵੇ ਸੋਈ ਥੀਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕਾ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕਾ ਦੁਖ ਨ ਧ੍ਰਿਸ਼ਟੈ ਕੋਇ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕੀਰਤਨਾ ਮੇਟੈ ਕੋਇ, ਨਾਨਕ ਜਾਣੈ ਸੱਚਾ ਸੋਇ, ਸਭ ਘਟ ਤਿਸ ਕਉ ਕਰਨੇ ਹਾਰ, ਸਦਾ ਸਦਾ ਤਿਸ ਕਉ ਨਮਸਕਾਰ, ਪ੍ਰਭ ਕਿਸ ਤਿਸ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾ, ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖਿਲਾਫ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣਾ ਨਾਮ ਦੇ, ਬਡਭਾਗੀ ਨਾਨਕ ਜਨ ਸੇ ਸਰੋ, ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ, ਅਸ਼ਟਪਦ ਮਨੁ ਕੀਟੇ ਬਿਰਥੀ ਸਭ ਜਾਣ, ਦੇਵਨ ਕਉ ਏਕੇ ਭਗਵਾਨ, ਜਿਸ ਕਹਿ ਦੀਏ ਰਹਿ ਅਗਾਏ, ਬਹੁ ਨ ਤਿਸ ਨਾ ਲਾਗੇ ਆਏ, ਮਾਰੇ ਰਾਖੈ ਏਕੋ ਆਪ, ਮਨੁ ਕਹਿ ਕਿਛੁ ਨਾਹੀ ਹਾਤ, ਤਿਸ ਕਾ ਹੁਕਮ ਬੂਤ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪੁਰੋਏ, ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਲਾਗੇ ਕੋਇ, ਉਸ ਦੇ ਮਨ ਮੈਂ ਕਰਨ ਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਵੇਲਾ ਕਰ ਲਹਿ ਜੀਓ, ਨੈਣੂ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ, ਬਡਭਾਗੀ ਤੇ ਜਨ ਜਗ ਮਾਏ, ਸਦਾ ਸਧਾਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਇਹ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨ, ਇਹ ਤੁਧ ਕਿਉ ਸੋਝੀ ਜਾਨ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੂਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੂਝੈ, ਸਾਧ ਸੰਗ ਹਰ ਹਰ ਜਸ ਕੈਦ, ਸਰਵ ਰੋਗ ਤੇ ਹਰ ਜਨ ਰੈਦ, ਅਣ ਦਿਨ ਕੀਰਤਨ ਕੇਵਲ ਬਖਿਆਣ,
ਗ੍ਰਸਤ ਮੈਂ ਸੋਈ ਨਿਰਵਾਣ, ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ, ਪਾਰ ਬਮ ਕੀ ਜਸਮਨ ਭੂਖ, ਨਾਨਕ ਤਿਸੇ ਨਾ ਲਾਗੈ ਦੂਖ, ਜਿਸ ਕੋ ਹਰਪਾ ਮਨ ਚਿੱਤ ਆਵੈ, ਸੋ ਸੰ ਸੋਹੇ ਲਾ ਨਹੀਂ ਡੁਲਾਵੇ, ਜਿਸ ਪ੍ਰਾਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੇ, ਜੈਸਾ ਸਾਂ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ 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 ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੂੰ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਸ ਜਨਮੈ ਨਾ ਮਰੈ, ਆਪਣੇ ਦਿਲ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸਿੰਘ, ਆਪੇ ਆਪ ਸਗਲ ਮੈਂ ਆਪ, ਅਣਕ ਜੁਗਤ ਰਾਜ ਥਾ ਪਿਓ ਥਾਪ, ਅਵਨਾਸੀ ਨਾ ਕਿਸ ਖੰਡ, ਧਾਰਨ ਧਾਰ ਰਿਹੋ ਬ੍ਰਹਿਮੰਡ, ਅਲੱਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਦੁਰੇ ਤਨ ਮੰਤ, ਪ੍ਰਭ ਕੇ ਸੇਵ ਸਗਲ ਉਧਾਰਨ, ਪ੍ਰਭ ਕੇ ਸੇਵ ਧੂਪ ਵਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸਭ ਜਾ ਭੈ ਨਿਹਾਲ, ਹੁਣ ਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੇ ਬਡਭਾਗੈ, ਨਾਮ ਜਪਤ ਪਾਵੇ ਬਸਰਾਮ, ਨਾਨਕ ਤਿੰਨ ਪੁਰਖ ਗੌਤਮ ਕਰਮਾਣ, ਜੋ ਹੀ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਦੇ ਉਪਜੇ ਦਸਮਾਏ ਸਮਾਏ, ਉਹ ਸੁਖ ਨਿਧਾਨ ਉਹਨੂੰ ਬਣਿਆਏ, ਆਪਸ ਕੋ ਆਪ ਦੀ ਨੂੰ ਮਾਣ, ਨਾਨਕ ਪ੍ਰਭ ਜਾਨੇ ਕੋ ਜਾਣ, ਸਲੋ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾਂ ਕੈ ਸਿਮਰਨ ਉਦਰੀਏ, ਨਾਨਕ ਤਿਸ ਬਲਿਹਾਰ, ਅਸ਼ਟਭਈ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲੀ ਚਿੰਤਾ ਜਿਸ ਮਨ ਮਾਹੇ, ਤਿਹ ਤੇ ਬਿਰਥਾ ਕੋਈ ਨਾਇ, ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆ, ਆਪਣ ਕੀਆ ਕੁਛ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀਂ ਤੇਰੇ ਕਿਸ ਕਾਮ, ਗਤ ਨਾਨਕ ਜਪ ਏਕ ਹਰਨਾਮ, ਰੂਪਬੰਦ ਹੋਏ ਨਾਹੀਂ ਮੋਏ, ਪ੍ਰਭ ਕੀ ਜੋ ਸਗਲ ਘੜ ਸੋਏ, ਧਨਵੰਤਾ ਹੋਏ ਕਰ ਗੁਰੂ ਗੁਰਬਾਵ, ਸਭ ਕਿਸ ਤਿਸਕਾ ਕਰ, ਧਨਵੰਤਾ ਹੋਏ ਕੋ ਗਰਬੈ, ਜਾਂ ਸਭ ਕੇ ਤਿਸਕਾ ਦੀਆ ਦਰਬੈ, ਅਸੂਰਾ ਜੇ ਕਹੂ ਕਹਾਵੇ, ਪ੍ਰਭ ਕੀ ਕਲਾ ਪ੍ਰਭਿਆ, ਅਣਕ ਵਿਸਤਾਰ ਏਕ ਤੇ ਭੈ, ਇਹ ਗਰਾਤ ਪ੍ਰਾਸ਼ ਗਏ, ਮਨ ਤਨ ਤਰੇ ਪ੍ਰਵਰਾਤਾ, ਗੁਰਪ੍ਰਸਾਦ ਨਾਨਕ ਜਾਤਾ ਸਲੋਕ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਅਸ਼ਟਭਈ ਜਾਚਕ ਜਨ ਜਾਚੈ ਪ੍ਰਧਾਨ, ਕਰ ਕਿਰਪਾ ਦੇਵ ਹਰਨਾਮ, ਸਾਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮਿਰਸਰਦਾਪੁਰ, ਸਦਾ ਸਦਾ ਪ੍ਰਭ ਕੇ ਗੁਣ ਗਾਓ, ਸਾਹ ਸਾਹ ਪ੍ਰਭ ਤੁਮੇ ਤੇ ਆਓ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਇਹ ਕੋਟ ਇੱਕ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਨ, ਪੂਰਨ ਪੁਰਖ ਨਹੀਂ ਡੋਲਨ, ਸੋ ਪਰ ਭਰੇ ਪ੍ਰੇਮ ਰਸ ਰੰਗ, ਉਪਜੇ ਚਾਓ ਸਾਧ ਕੈ ਸੰਗ, ਪਰੇ ਸਰਨ ਆਣ ਸਭ ਤਿਆਗ, ਅੰਤਰ ਪ੍ਰਗਾਸ ਅਣ ਦੇ ਨਿਵਲਾਗ, ਬੜਭਾਗੀ ਜਪਿਆ ਪ੍ਰਸ ਹੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਆਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਿਆ, ਇਸ ਪੁੰਨੀ ਸਰਦਾ ਸਭ ਪੂਰੀ, ਪ੍ਰਭ ਰਿਹਾ ਸਤਸੰਗ ਹਜ਼ੂਰੀ, ਜਿਸ ਕਾ ਸਾ ਤਿੰਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨਾ ਭੰਨੈ,
ਸੋ ਕਿਉਂ ਬਿਸਰੈ ਜੇ ਕੀਆ ਜਨ, ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖ, ਗੁਰਪ੍ਰਸਾਦ ਕੋ ਬਿਰਲਾ ਲੱਖ, ਸੋ ਕਿਉਂ ਬਿਸਰੈ ਜੇ ਬਿਖਤੇ ਕੰਡ, ਜਨਮ ਜਨਮ ਕਾ ਟੂਟਾ ਗੰਡ, ਗੁਰ ਪੂਰਾ ਤਤ ਇਹ ਬੁਝਾਇਆ, ਪ੍ਰਭੂ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰਨਾਮ, ਸਿਮਰ 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 ਸੁਖ ਪਾਓ, ਆਪ ਜਪੋ ਅਵਰੈ ਨਾਮ ਜਪਾਓ, ਭਗਤ ਪਾਏ ਧਰੀਏ ਸੰਸਾਰ, ਬਿਨ ਭਗਤੀ ਤਨ ਹੋ ਸੀਸ਼ਾਰ, ਸਰਬ ਕਲਿਆਣ ਸੁਖ ਨਿਤਨਾਮ, ਬੁੱਢ ਜਾਤ ਪਾਏ ਵਿਸਰਾਮ, ਸਗਲ ਦੁੱਖ ਕਾ ਹੋਵਤ ਨਾਦ, ਨਾਨਕ ਨਾਮ ਜਪੋ ਗੁਣਤਾ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰੇ ਸੁਆਉ, ਨਿਤ ਰੂਪ ਬਿਹਦਰ ਸੁਖ ਹੋਏ, ਮਨ ਬਿਸੇ ਸਾਹ ਚਰਨ ਧੋਏ, ਭਗਤ ਜਨਾ ਕਹਿ ਮਨ ਤਨ ਰੰਗ, ਬਿਰਲਾ ਕੋ ਪਾਵੇ ਸੰਗ, ਏਕ ਬਸ ਦੀਜੇ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਵ ਗਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕਹਿ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਬਨੀਤ, ਭਗਤ ਭਾਏ ਲਾਵੇ ਮਨ ਹੀਤ, ਹਮ ਨਿਰਗੁਣ ਹਾਰੇ ਨੀਚੇ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮ ਹਰ ਕੇ ਗੁਣ ਗਾਏ, ਅਣਗਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਣ ਸਮਾਧੀ ਆਪ ਆਪਣ ਕੀਆ, ਨਾਨਕਾ ਆਪੇ ਹੀ ਫਿਰ ਜਾਪ, ਅਸ਼ਟਪਈ ਜਬ ਆਕਾਰ ਕਸ਼ਨ ਅੰਦਰ ਚੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਣ ਸਮਾਦ, ਤਬ ਬੈਰ ਬਰੋ ਕੇ ਸੰਗ ਕਮਾਦ, ਜਬ ਇਸ ਕਾ ਵਰਨ ਚਿਹਨ ਨਾ ਜਾਪ, ਤਬ ਹਰ ਸੋ ਕਹੁ ਕਿਸੇ ਵਿਆਪ, ਜਬ ਆਪਣੇ ਆਪ ਆਪ ਪਾਰ ਬ੍ਰਹਮ, ਤਬ ਮੋਹ ਕਾਂ ਕਿਸ ਹੋਵਤ ਭਰਮ, ਆਪਣ ਖੇਲ ਆਪ ਰਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਗਤ ਕਹੋ ਕਿਸ ਕਹੋ ਗਣੀ, ਜਬ ਇੱਕ ਹੈ ਹਰ ਅਗਮੇ ਪਾਰ, ਤਬ ਨਰਕ ਸੁਰ ਕਹੋ ਕੌਣ ਉਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਖਤ ਕਹੁ ਕਿਤ ਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਣ ਨਡਰ ਕਵਣ ਕਤ ਡਰੈ, ਆਪਣ ਜੋਤ ਆਪ ਕਰਨੇ ਹਾਰ, ਨਾਨਕ ਠਾਕਰ ਅਗਮਿਆ ਪਾਰ, ਅਵਨਾਸੀ ਸੁਖ ਆਪਣ ਆਸਨ, ਤੈਂ ਜਨਮ ਮਰਨ ਕਹੁ ਕਹਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੁ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਜ ਲੇਖਾ, ਜਬ ਨਾਥ ਨੇ ਜਨਮ ਗੋਚਰਿਆ ਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬੰਧੈ, ਆਪਣੇ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਪਰਜਾ, ਜਾਂ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈਂ ਬਿਨ ਮੈਲ ਕਹੂੰ ਕਿਆ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਭਾਈ, ਤਬ ਕਵਣ ਮਾਏ ਬਾਪ ਮਿੱਤਰ ਸੁੱਤ ਪਾਈ, ਜਾਂ ਸਰਬ ਕਲਾ ਆਪੇ ਪਰਵੀਨ, ਤੈਂ ਬੇਦ ਕਤੇਬ ਕਹਾਂ ਕੋ ਜੀਣ, ਜਬ ਆਪਣੇ ਆਪ ਆਪ ਉਰਤਾਰੇ, ਤਾਂ ਸਗਣ ਅਪਸਗਣ ਕਹਾਂ ਵਿਚਾਰ, ਜੈ ਆਪਣੂ ਚ ਆਪਣੇ ਆਪ ਨੇਰਾ, ਤੈਂ ਕੌਣ ਠਾਕਰ ਕੌਣ ਕਹੀਏ ਚਿਹਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ,
ਜਾਂ ਛਲ ਅਸ਼ੇਦ ਅਭੇ ਸਮਾਇਆ ਊਆਂ ਕਿਸੈ ਵਿਆਪਤ ਮਾਇਆ ਆਪਸ ਗੋ ਆਪਿਆ ਦੇ ਤੇ ਗੁਣਕਾਰ ਨਾਹੀ ਪਰਵੇ ਜਾ ਕਹਿ ਇੱਕ ਇੱਕ ਭਗਵੰਤਾ ਤੈ ਕੌਣ ਹੈ ਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੈ ਕੌਣ ਸਾਈ ਕਹਾਵਤ ਕਉ ਨਰਕ ਗੋ ਸੁਰਗ ਬੈਸ਼ਾਵ ਆ ਜਾਲ ਮਾਇਆ ਜਿੰਜਾਲ ਹਉਮੈ ਮੋਹ ਭਰਮ ਭੈ ਭਾਰ ਦੁਖ ਸੁਖ ਮਾਨ ਅਪਮਾਨ ਅਣ ਪ੍ਰਕਾਰ ਕਿਉ ਬਖਿਆਣ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਇੱਕ ਹੈ ਜੈ ਅਵਗਤ ਭਗਤਾਂ ਭਾਵੈ ਤਿਸ ਖੇਲ ਖਿਲਾਵੇ ਬੇਸਮਾਨ ਅਥਾਂ ਅਗਨ ਤੈ ਤੋ ਲੈ ਜਿਉਂ ਬਿਲਾਵੋ ਤੂੰ ਨਾਨਕ ਦਾਸ ਬੋਲੈ ਸਲੋ ਜੀ ਜੰਤ ਕੇ ਠਾਕਰਾ ਆਪੇ ਆਪਣੇ ਭਾਣੇ ਲੈ ਸਮਾਏ ਤੂੰ ਤੇ ਭਿੰਨ ਨਹੀਂ ਕੁਛ ਹੋਏ ਆਪਣ ਸੂ ਸਭ ਜਗਤ ਪਰੋਏ ਜਾਂ ਕੋ ਪ੍ਰਭ ਜਵਾਬ ਸੱਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤੱਤ ਕਾ ਬੇਤ ਨਾਨਕ ਸਗਲ ਸਭ ਸਰੇਗ ਨਿਰੰਜਨ ਰਾਏ ਜੀ ਕੀ ਯੁਗ ਜਾਂ ਕਹਿ ਸਭਾਦ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਕਰਮਾਨਿਆ ਕਰਨਹਾਰ ਨਾਨਕ ਯੁਗ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਉਹ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸਦੇ ਉੱਪਰ ਨਹੀਂ ਵਿਚਾਰ ਜਾਂ ਕਹਿ ਮਨ ਵਸਿਆ ਨਿਰੰਕਾਰ ਬੰਧਨ ਤੋੜ ਭੈ ਨਿਰਵੈਰ ਅਣ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪੈਰ ਪਾਪੇਖੋ ਨੇਰਾ ਮਿਟਿਆ ਗਿਆਨ ਬਿਨਸਿਆ ਦੇਰਾ ਸੁਣ ਉਪਦੇਸ਼ ਹਿਰਦੇ ਵਸਾਓ ਮਨ ਇੱਛੇ ਨਾਨਕ ਫਲ ਪਾਓ ਹਲਤ ਪਲ ਦੋ ਲਿਓ ਸੁਹਾਰ ਰਾਮ ਨਾਮ ਅੰਤਰੁਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਜ ਪਰੀਖਿਆ ਮਨ ਦਾ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਵ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬੌਰ ਨਾ ਆਵੇ ਜਾਏ ਤਹਿ ਤੇ ਦੂਰ ਕਹਾਂ ਕੋ ਜਾਏ ਉਭਰੇ ਰੱਖਣ ਹਾਰ ਤਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵੇ ਸੁਖ ਚਿੰਤਾ ਜਾਏ ਮਿਟੇ ਹੰਕਾਰ ਤੇ ਜਨ ਕੋ ਕੋਈ ਨਾ ਪੁੰਚਨਹਾਰ ਸਿਰੇ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਭੇਦ ਉਧਰ ਸ੍ਰਿਸ਼ਟ ਚਰਨ ਕਮਲ ਜਾਂ ਕੇ ਅਨੂਪ ਸਵਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕੈ ਨਿਕ ਨਾਵ ਦਿਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇਕ ਘਟ ਮਾਏ ਅਣਕ ਰੰਗ ਨਾਨਾ ਦ੍ਰਿਸ਼ਟਾਏ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਦ ਅਨਹਤ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪਰਿਆ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਾਰ ਬ੍ਰਹਮ ਐਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਏ ਚਾਰ ਕੁੰਡ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇ ਸੱਸੀ ਅਰਸੂ ਨਖੱਤਰ ਮੈਂ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਮਹੂੰ ਡੋਲੈ ਸਰਬ ਗਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਂ ਕੀ ਜੋਤ ਧਾਰਿਓ ਸਵਾਮੀ ਉਤਪੋਧ ਗੁਰਪ੍ਰਸਾਦ ਭਰਮ ਕਾ ਨਾਥ ਨਾਨਕ ਤਿਨ ਮੈਂ ਵਿਸਾਦ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕਾ ਹਿਰਦੇ ਸਭ ਧਰਮ ਸੰਜਨਾ ਸੁਣੇ ਸਭ ਬਚਨ ਸਰਬਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿ ਸਤ ਬਚਨ ਸਾਧੂ ਸਭ ਕਹਿ ਜੋ ਹੋਏ ਸੋਈ ਸੁਖ ਮਨ ਕਰਨ ਕਰਾਵਣ ਹਾਰ ਪ੍ਰਭ ਜਨ ਅੰਤਰ ਬਸੇ ਬਾਹਰ ਪੀ ਹੋਈ ਨਾਨਕ ਦਰਸ਼ਨ ਦੇ ਸਭ ਮੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇਕੰਕਾਰ ਅਣਗਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਹਿ ਮਿਲਾਏ ਕਵਣ ਨਿਗੁਣ ਗੁਣ ਕਹੀਏ ਦੂਰ ਆਪੇ ਆਪ ਬਾਪ ਭਰਪੂਰ ਅੰਤਰਗਾ ਜਿਸ ਆਪ ਜਨਾਏ ਨਾਨਕ ਦੇਹ ਜਨ ਆਪ ਬਜਾਏ ਸਰਬੋਦਿਆ ਵਰਤਾਰ ਸਰਬ ਨੈਣਿਆ ਪੇਖਣ ਹਾਰ ਸਗਲ ਸਮੱਗਰੀ ਜਾਂ ਕਾ ਤਨਮ ਆਪਣ ਜਾ ਸਾਹਿਬ ਵੀ ਸੁਣਾ ਆਵਣ ਜਾਣੇ ਖੇਰ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਅਲਪਤ ਰਹੇ ਜੋ ਕਹਿਣਾ ਸੁਆਪੇ ਗਏ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ ਇਸ ਦੇ ਹੋਏ ਸੋ ਨਾ ਹੀ ਬੁਰਾ ਉਰੇ ਗਾਉਂ ਗਣੇ ਕਿਛ ਕਰਾ ਆਪ ਭਲਾ ਕਰ ਤੂੰ ਤਿਆਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਆ ਸਾਜ ਬਹੁਤ ਪੌਦੇ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਮੁਸਰ ਹੋ ਤਾਂ ਸੋ ਜੀ ਪਾਏ ਤਿਸ ਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੋ ਜਾਣ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਗਜ ਸਿਰਦੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਣ ਕਾ ਇਹ ਸੁਆਵ ਜਨ ਕਾ ਸੰਗ ਚਿਤ ਆਵੇ ਨਾਮ ਆਪ ਮੁਗਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜਿੰਦ ਆਸ ਨੇ ਤਿਆਗੋ ਤਰੰਗ ਸੰਜਨਾ ਕੀ ਧੂੜ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਨ ਸਾਗਰ ਤਰੋ ਹਰ ਧਨ ਕੇ ਪਰਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਗੁਸ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰੋ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਖ ਪੀਓ ਚਿੱਤ ਚਿਤਮੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ
ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਨ ਨਾਮ ਵਾਰੰਗਵਾਰ, ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ। ਸਾਜ ਕੇ ਬਚਨ ਅਮਲੀ ਗੁਲਾਲ, ਇਹ ਰਤਨ ਸੁਣਤ ਕਮਾਵਤ ਹੋਤ ਉਧਾਰ। ਆਪ ਦਰੈ ਲੋਕੈ ਨਿਸਤਾਰ, ਸਫਲ ਜੀਵਨ ਸਭ ਦਾ ਗਾ ਸੰਗ, ਜਾਂ ਕਾ ਮਨ ਲਾਗਾ ਰੰਗ। ਜੈ ਜੈ ਸਬਦ ਅਨਾਹਤ ਵਾਜੈ, ਸੁਣ ਸੁਣ ਅਨੰਦ ਕਰੈ ਪ੍ਰਭ ਗਾਜੈ। ਪ੍ਰਗਟ ਗੋਪਾਲ ਮਹਾਂਤ ਗੈ ਮਾਥੇ, ਨਾਨਕ ਉਦਰੈ ਤਿਨ ਕੈ ਸਾਥੇ। ਸਰਨ ਜੋ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ। ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਵਿਗਾਰ ਦੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇ ਪਹਮਾਰੀ। ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਅਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਦਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬੌਰ ਨਾ ਹੋਵੇ ਆਵਣ ਜਾਣ। ਹਰ ਤਨ ਖਾਣ ਚੱਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ। ਖੇਮ ਸਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕਹਿ ਮਤ ਸਗਲ ਤੇ ਉਹਦਾ। ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਰਸੀ ਦ੍ਰਿਸ਼ਟਤਾ। ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੈ। ਇਹੋ ਨਿਧਾਨ ਜਪੈ ਮਨ ਕੋਇ, ਸਭ ਯੁਗ ਮੈਂ ਤਾਂ ਕੀ ਗਤ ਹੋਇ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਸਗਲ ਮਤਾ ਕੇਵਲ ਹਰਨਾਮ, ਗੋਬਿੰਦ ਭਗਤ ਕੈ ਮਨ ਬਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾਂ ਕੈ ਮਸਤ ਕਰਮ ਪ੍ਰਭ ਪਾਏ, ਸਾਧ ਸਰ ਨਾਨਕ ਤੇ ਆਏ। ਜਿਸ ਮਨ ਬਸੈ ਸੁਣੇ ਲਾਏ ਪ੍ਰੀਤ, ਤੇ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਂ ਗਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੇ। ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਹਿ ਸਮਾਣੀ। ਦੁਖ ਰੋਗ ਬਿਣਸੇ ਪੈ ਪਰਮ, ਸਾਧਨਾ ਨਿਰਮਲ ਤਾਂ ਕੇ ਕਰਮ। ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਣੀ। ਦੁਖ ਰੋਗ ਬਿਣਸੇ ਪੈ ਪਰਮ, ਸਾਧਨਾ ਨਿਰਮਲ ਤਾਂ ਕੇ ਕਰਮ। ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਰੀ ਸ਼ੁਰੂ ਸ਼ੁਰੂ ਕਰੀਏ ਸ਼ੁਰੂ ਕਰੀਏ ਹਾਂਜੀ ਹਾਂ ਵਾਹਿਗੁਰੂ ਜੀ।
ਪਰਮ ਸਤਿਕਾਰਯੋਗ ਸਤਿਸੰਗ ਜੀਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਸਜੇ ਸਮੂਹ ਮਾਈ ਭਾਈ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ, ਨਾਲ ਆਪਣੀ ਅਸੀਸ ਬਖਸ਼ੋ ਤਾਂ ਜੋ ਕੀਰਤਨ ਦੁਆਰਾ ਆਪ ਸੰਗਤਾਂ ਦੀ ਸੇਵਾ ਕਰ ਸਕੀਏ। ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਵਰ ਤਖਤ ਦੇ ਮਾਲਕ, ਬਾਣੀ ਕੇ ਬੋਇਤ, ਨਾਮ ਕੇ ਜਹਾਜ਼, ਹਾਲਤ ਪਲਤ ਕੇ ਰਾਖੀ, ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਮਨਾ ਰਹੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇਸ ਵਧਾਈ ਨੂੰ ਵੀ ਫਤਿਹ ਦੇ ਰੂਪ ਵਿੱਚ ਹੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਗੁਣਾਂ ਦੀ ਹੀ ਆਪਾਂ ਵਿਚਾਰ ਕਰਾਂਗੇ। ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕੀਤੀ, ਕਿਉਂ ਲੋੜ ਪਈ, ਕੀ ਵਡਿਆਈਆਂ ਨੇ ਸਤਿਗੁਰ ਦੀਆਂ, ਆਪਾਂ ਸਾਰੇ ਵਿਚਾਰਾਂਗੇ। ਆਓ ਪਹਿਲਾਂ ਸ਼ਬਦ ਸਰਵਣ ਕਰੀਏ, ਔਰ ਸਮਾਪਤੀ ਵੇਲੇ ਫੁੱਲਾਂ ਦੀ ਵਰਖਾ ਵੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ। ਕਿਉਂ? ਕਿਉਂਕਿ ਚਵਰ ਤਖਤ ਦੇ ਮਾਲਕ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗ੍ਰੰਥ ਬਹੁਤ ਨੇ, ਸਾਰੇ ਹੀ ਚੰਗੇ ਨੇ, ਕੋਈ ਮਾੜਾ ਨਹੀਂ, ਪਰ ਬ੍ਰਹਿਮੰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇਵਲ ਇੱਕੋ ਹੀ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਜੀ ਸਰਵਣ ਕਰੀਏ। ਅਗਰ ਕਿਸੇ ਨੇ ਸੇਵਾ ਕਰਨੀ ਹੈ ਫੁੱਲਾਂ ਦੀ ਤਾਂ ਘੰਟਾ ਸਵਾ ਘੰਟਾ ਹੈਗਾ, ਉਹ ਲੈ ਕੇ ਆ ਸਕਦੇ ਹੈ ਫੁੱਲਾਂ ਦੀ ਵਰਖਾ ਕਰਨੀ। ਸਤ ਕੇ ਕਾ
ਦਾ ਸ਼ਬਦ ਸਤਿਗੁਰ ਦੇ ਸ਼ੁਕਰਾਨੇ ਵਜੋਂ ਔਰ ਰਾਗ ਮਾਲ ਕੌਂਸ ਵਿੱਚ ਆਪ ਜੀ ਦੀ ਸੇਵਾ ਕਰਾਂਗੇ। ਬੜੀਆਂ ਪਿਆਰੀਆਂ ਮਿੱਠੀਆਂ ਪੰਕਤੀਆਂ ਨੇ, ਸਾਰੇ ਰਸਨਾ ਪਵਿੱਤਰ ਕਰਿਓ। ਕੋਈ ਅਰਦਾਸ ਪੂਰੀ ਹੋਈ ਤਾਂ ਸ਼ੁਕਰਾਨਾ ਕਰੋ, ਕੋਈ ਮਨ ਚ ਇੱਛਾ ਹੈ ਤਾਂ ਕਹੋ ਦਾਤਾ ਸਾਡੀ ਵੀ ਸੁਣ, ਸਾਡੇ 'ਤੇ ਵੀ ਕਰ ਕਿਰਪਾ, ਫਿਰ ਅਸੀਂ ਵੀ ਤੇਰਾ ਇਉਂ ਆ ਕੇ ਸ਼ੁਕਰਾਨਾ ਕਰੀਏ। ਸਤਿਗੁਰ ਆਪਣੇ ਸੁਣੀ ਅਰਦਾਸ, ਸਤਿਗੁਰ ਆਪਣੇ ਸੁਣੀ ਅਰਦਾਸ, ਸਤਿਗੁਰ ਆਪਣੇ ਸੁਣੀ ਅਰਦਾਸ, ਮਨ ਤਨ ਅੰਤਰ ਪ੍ਰਭੂ ਧਿਆਇਆ, ਗੁਰਪੁਰੇ ਦਰ ਸਗਲ ਚੁਕਾਇਆ, ਸਭ ਦੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਏ ਸਤਿਗੁਰ ਆਪਣੇ ਸੁਣੀ ਅਰਦਾਸ, ਸਤਿਗੁਰ ਆਪਣੇ ਸੁਣੀ ਅਰਦਾਸ, ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਜੰਕ ਕੀਆ ਸਭ ਕਿਛੋ
ਕਾਇਮ ਨਾ ਮੇਟੇ ਕੋਈ ਪਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਦੀ ਸੁਕਾਰੋ ਸਤਿਗੁਰੇ ਆਪਣੇ ਸੁਣੀ ਅਰਦਾਸ ਸਤਿਗੁਰੇ ਆਪਣੇ ਸੁਣੀ ਅਰਦਾਸ ਕਰ ਗਿਆ ਸਗਲਾ ਰਾਸ ਕਰ ਗਿਆ ਸਗਲਾ ਰਾਸ ਸਤਿਗੁਰੇ ਆਪਣੇ ਸਤਿਗੁਰ ਆਪਣੇ ਸਤਿਗੁਰ ਆਪਣੇ ਸੁਣੀ ਅਰਦਾਸ ਜਾਂਕ ਅੰਤ ਬਸ ਹਰ ਨਾਮ ਜੋ ਵੇਖੈ ਸੋ ਬ੍ਰਹਮ ਗਿਆਨ ਵਿਸ਼ ਵਿਸ਼ਵੇ ਜਾਂਕੇ ਮਨ ਪਰਗਾਸ ਤਿਸ ਜਨ ਕੈ ਪਰ ਬ੍ਰਹਮ ਕਾ ਨਿਵਾਸ ਸਤਿਗੁਰ ਆਪਣੇ ਸੁਣੀ ਅਰਦਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਗਿਆ ਸਗਲਾ ਰਾਸ ਕਰ ਗਿਆ ਸਗਲਾ ਰਾਸ ਸਤਿਗੁਰ ਆਪਣੇ ਸੁਣੀ ਅਰਦਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਿਸ ਗੁਰ ਕੋ ਸਦ ਕਰੀ ਨਮਸਕਾਰ ਕਿਸ ਗੁਰ ਕੋ ਸਦ ਜਉ ਬਲਿਹਾਰ ਸਤਿਗੁਰ ਕੇ ਚਰਨ ਤੋਇ ਤੋਇ ਪੀਵਾ ਗੁਰੂ ਨਾਨਕ ਜਪ ਜਪ ਸਜੀਵਾ ਸਤਿਗੁਰ ਆਪਣੇ ਸੁਣੀ ਹਰਦਾ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਗਿਆ ਸਗਲਾ ਰਾਸ ਕਰ ਆਇਆ ਸਗਲਾ ਰਾਸ ਸਤਿਗੁਰ ਆਪਣੇ ਸਤਿਗੁਰ ਆਪਣੇ ਸਤਿਗੁਰ ਆਪਣੇ ਸੁਣੀ ਅਰਦਾਸ ਤਨ ਅੰਤਰ
ਸਗਲ ਛੁਪਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਕਿਸ ਕੀ ਸੇਵ ਸਤਿਗੁਰਿਆ ਪੁਨੇ ਸੁਣੀ ਅਰਦਾਸ ਸਤਿਗੁਰਿਆ ਪੁਨੇ ਸੁਣੀ ਅਰਦਾਸ ਕਰ ਜਿਆ ਸਗਲਾ ਰਾਸ ਕਰ ਜਿਆ ਸਗਲਾ ਰਾਸ ਸਤਿਗੁਰੇ ਆਪਣੇ ਸਤਿਗੁਰੇ ਆਪਣੇ ਸਤਿਗੁਰੇ ਆਪਣੇ ਸੁਣੀ ਅਰਦਾਸ ਅਗਲਾ ਸ਼ਬਦ ਗੁਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਜਿਤਨੇ ਮਾਈ ਭਾਈ ਸਜੇ ਬੜੇ ਪਿਆਰ ਨਾਲ ਆ ਇੱਕ ਵਾਰ ਸ਼ਬਦ ਦੀਆਂ ਇਹਨਾਂ ਪੰਕਤੀਆਂ ਨੂੰ ਸਾਰੇ ਰਲ ਕੇ ਪੜ੍ਹੀਏ ਬਿਨਾਂ ਤਬਲੇ ਦੇ ਗਾਵਾਂਗੇ ਤਾਂ ਕਿ ਸਾਰੇ ਗਾਓ ਇੱਕ ਪਾਸੇ ਸੇਵਕ ਇੱਕ ਪਾਸੇ ਸਾਰੀ ਸੰਗਤ ਕਿਰਪਾ ਕਰਨੀ ਜੀ ਸਤਿਗੁਰ ਆਪਣੇ ਸੁਣੀ ਅਰਦਾਸ ਬੜੇ ਪਿਆਰ ਨਾਲ ਜਪ ਰਹੇ ਹੋ ਥੋੜਾ ਜਿਹਾ ਹੋਰ ਜਰਾ ਖੁੱਲ ਕੇ ਜਪੋ ਕਰੋ ਕਿਰਪਾ ਸਤਿਗੁਰ ਆਪਣੇ ਸੁਣੀ ਅਰਦਾਸ ਜਪੋ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਜਿਆ ਸਗਲਾ ਰਾਸ ਕਰ ਜਿਆ ਸਗਲਾ ਰਾਸ ਕਰ ਜਿਆ ਸਗਲਾ ਰਾਸ ਕਰ ਜਿਆ ਸਗਲਾ ਰਾਸ ਸਤਿਗੁਰ ਆਪਣੇ ਸੁਣੀ ਅਰਦਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਜਿਆ ਸਗਲਾ ਰਾਸ ਕਰ ਜਿਆ ਸਗਲਾ ਰਾਸ ਸਤਿਗੁਰ ਆਪਣੇ ਸਮਾਂ ਬਾਕੀ ਹੈ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਵਡਿਆਈਆਂ ਗੁਣਾਂ ਬਾਰੇ ਵਿਚਾਰ ਕਰਾਂਗੇ। ਜਿਹੜੇ ਨਾਲ ਬੋਲ ਸਕੋ ਜ਼ਰੂਰ ਨਾਲ ਰਸਨਾ ਪਿੱਤਰ ਕਰੋ। ਰਾਮ ਜਨਾ ਕੋ ਰਾਮ ਪਰੋਸਾ, ਰਾਮ ਜਨਾ ਕੋ ਰਾਮ ਪਰੋਸਾ, ਰਾਮ ਜਨਾ ਕੋ ਰਾਮ ਪਰੋਸਾ। ਨਾਮ ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਾਮ ਜਨਾ ਪਰੋਸਾ, ਰਾਮ ਜਨਾ ਕੋ ਰਾਮ ਪਰੋਸਾ। ਜਨਾ
ਰਾਮ ਭਰੋਸਾ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਾਮ ਜਨਾ ਕੋ ਰਾਮ ਭਰੋਸਾ ਰਾਮ ਜਨਾ ਕੋ ਰਾਮ ਭਰੋਸਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵੇਲੇ ਗੁਰਗੱਦੀ ਤੇ ਬੈਠੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵੇਲੇ ਇਹ ਮਹਿਸੂਸ ਕੀਤਾ ਕਿ ਗੁਰੂ ਘਰ ਦੇ ਜਿਹੜੇ ਦੋਖੀ ਨੇ ਦੁਸ਼ਮਣ ਨੇ ਉਹ ਗੁਰਬਾਣੀ ਦੇ ਵਿੱਚ ਮਿਲਾਵਟ ਕਰਨ ਲੱਗੇ ਨੇ। ਮਿਲਾਵਟ ਹਰ ਬੰਦਾ ਨਹੀਂ ਕਰ ਸਕਦਾ, ਮਿਲਾਵਟ ਕਰਨ ਵਾਸਤੇ ਵੀ ਅਕਲ ਚਾਹੀਦੀ। ਹੁਣ ਜਿਹੜੇ ਗੁਰਬਾਣੀ ਚ ਮਿਲਾਵਟ ਕਰਦੇ ਨੇ ਨਾਥ ਸਾਹਿਬ ਸਿੰਘ ਬੜੇ ਸਿਆਣੇ ਬੰਦੇ ਆ। ਸ਼ਬਦ ਦੀ ਪੰਕਤੀ ਅੱਜ ਵੀ ਕਈ ਵੀਰ ਧੋਖਾ ਖਾ ਜਾਂਦੇ ਆ। ਸ਼ਬਦ ਹੈ ਬਾਲੀ ਰੋਵੈ ਨਾਹੀ ਪਤਾਰ ਨਾਨਕ ਦੁਖੀਆ ਸਭ ਸੰਸਾਰ। ਔਰ ਇਸ ਤੋਂ ਅਗਲੀ ਪੰਕਤੀ ਹੈ ਮੰਨੇ ਨਾਉ ਸਹੀ ਜਿਣ ਜਾਏ ਔਰੀ ਕਰਮ ਨਾ ਲਿਖੇ ਲਾਏ। ਇਹ ਅਸਲ ਚ ਪੰਕਤੀਆਂ। ਹੁਣ ਮਿਲਾਵਟ ਕਿਵੇਂ ਕੀਤੀ? ਪਹਿਲੀ ਪੰਕਤੀ ਵੀ ਛੱਡ ਦਿੱਤੀ ਔਰ ਆਖਰੀ ਵੀ ਛੱਡ ਦਿੱਤੀ, ਵਿਸ਼ਕਾਰ ਦੀ ਇੱਕ ਪੰਕਤੀ ਲੈ ਲਈ ਨਾਨਕ ਦੁਖੀਆ ਸਭ ਸੰਸਾਰ। ਹੁਣ ਇਸ ਸ਼ਬਦ ਚ ਮਿਲਾਵਟ ਕਿਵੇਂ ਕੀਤੀ? ਸੋ ਸੁਖੀਆ ਜਿਸ ਨਾਮ ਆਧਾਰ। ਹੁਣ ਇਹ ਜਿਹੜੀ ਲਾਈਨ ਹੈ ਸੋ ਸੁਖੀਆ ਜਿਸ ਨਾਮ ਆਧਾਰ, ਇਹ ਗੁਰਬਾਣੀ ਦੀ ਪੰਕਤੀ ਹੈ ਹੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਉੱਪਰਲੀ ਪੰਕਤੀ ਚ ਦੁੱਖ ਹੈ, ਇਸ ਕਰਕੇ ਥੱਲੇ ਦੀ ਲਾਈਨ ਚ ਸੁੱਖ ਪਾ ਦਿੱਤਾ ਤਾਂ ਕਿ ਸੰਗਤਾਂ ਨੂੰ ਭੁਲੇਖਾ ਲੱਗੇ। ਇਹ ਧਿਆਨ ਰੱਖਣਾ, ਅਸਲੀ ਪੰਕਤੀ ਇਹੋ ਹੀ ਹੈ ਬਾਲੀ ਰੋਵੈ ਜਪੋ ਸਾਰੇ ਬਾਲੀ ਰੋਵੈ ਨਾਹੀ ਪਤਾਰ ਨਾਨਕ ਦੁਖੀਆ ਸਭ ਸੰਸਾਰ। ਸੋ ਸੁਖੀਆ ਜਿਸ ਨਾਮ ਆਧਾਰ, ਇਹ ਗੁਰਬਾਣੀ ਨਹੀਂ ਹੈ। ਅੱਜ ਕੱਲ ਵੀ ਕਈ ਵਾਰ ਮੈਸੇਜ ਵੀ ਆਉਂਦੇ ਨੇ ਨਾ, ਉੱਥੋਂ ਵੀ ਇੱਕ ਲਾਈਨ ਆਉਂਦੀ ਆ ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤੱਤੀ ਵਾਓ। ਇਹ ਵੀ ਕੋਈ ਪੰਕਤੀ ਨਹੀਂ ਹੈ ਗੁਰਬਾਣੀ ਦੀ। ਪਰ ਸ਼ਰਾਰਤੀ ਬੰਦੇ ਨਾਨਕ ਨਾਮ ਵਰਤ ਕੇ ਨਾ ਭੁਲੇਖਾ ਪਾਈ ਜਾਂਦੇ ਆ, ਚੰਗਾ ਭਲਾ ਬੰਦਾ ਭੁਲੇਖਾ ਖਾ ਜਾਂਦਾ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਿਚਾਰ ਕੀਤੀ ਕਿ ਉਹਨਾਂ ਇੱਕ ਐਸਾ ਗ੍ਰੰਥ ਤਿਆਰ ਕੀਤਾ ਜਾਏ ਔਰ ਸ਼ਬਦ ਬਾਣੀ ਇਸ ਤਰ੍ਹਾਂ ਲਿਖੀ ਜਾਏ ਕਿ ਉਹਦੇ ਚ ਕੋਈ ਮਿਲਾਵਟ ਨਾ ਕਰ ਸਕੇ। ਔਰ ਸਭ ਤੋਂ ਵੱਡੀ ਗੱਲ,
ਸਾਰੇ ਸੰਸਾਰ ਨੂੰ ਇੱਕ ਸਾਂਝਾ ਗ੍ਰੰਥ ਦੇ ਦਿੱਤਾ ਜਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਵੀ ਪਿਆਰ ਨਾਲ ਪੜ੍ਹੇ ਆਖੇ ਤਾਂ ਮੇਰਾ ਹੀ ਹੈ। ਇਹ ਵਿਚਾਰ ਕੀਤੀ ਪਰ ਥੋੜਾ ਜਿਹਾ ਪਿੱਛੇ ਚੱਲੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦਾ ਸਾਨੂੰ ਪਤਾ ਲੱਗੇਗਾ। 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਚ। ਮੁਸਲਮਾਨ ਬਾਬਾ ਫਰੀਦ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਸਤਿਗੁਰਾਂ ਦੀ ਬਾਣੀ। ਹਾਂ, ਇੱਥੇ ਇਹ ਦੱਸਣਾ ਜ਼ਰੂਰੀ ਹੈ, ਕੋਈ ਸੌਖਾ ਕੰਮ ਨਹੀਂ ਸੀ ਇਹਨਾਂ ਸਾਰਿਆਂ ਦੀ ਬਾਣੀ ਨੂੰ ਇੱਕ ਜਗ੍ਹਾ ਇਕੱਠਿਆਂ ਕਰਨਾ। ਸਾਰਾ ਕੁਝ ਇਕੱਠਾ ਕੀਤਾ, ਊਚ ਨੀਚ ਮਟਾਈ, ਤੇ ਇਹਦੇ ਕਰਕੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਲੋਹਾਂ ਤੇ ਬਹਿਣਾ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਰਮ ਪਾਣੀ ਵਿੱਚ ਉਬਾਲੇ ਗਏ, ਸੀਸ ਤੇ ਰੇਤ ਵੀ ਪਈ, ਕਿਉਂਕਿ ਜਿਹੜੇ ਚਾਹੁੰਦੇ ਨੇ ਊਚ ਨੀਚ ਬਣੀ ਰਹੇ, ਉਹ ਕਦ ਚਾਹੁੰਦੇ ਨੇ ਕਿ ਦੁਨੀਆਂ ਇਕੱਠੀ ਹੋ ਕੇ ਬੈਠੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਥੋੜਾ ਜਿਹਾ ਪਿੱਛੇ ਚੱਲਾਂਗੇ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦਾ ਪਤਾ ਲੱਗੇਗਾ। ਪਹਿਲਾਂ ਭਗਤ ਕਬੀਰ ਸਾਹਿਬ ਬਾਰੇ ਵਿਚਾਰ ਕਰਦੇ ਹਾਂ, ਅਖੀਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਆਪਾਂ ਵਿਚਾਰ ਆ ਕੇ ਸਮਾਪਤ ਕਰਨੀ ਹੈ। ਪਰ ਇੱਕ ਵਾਰ ਜਿਤਨੇ ਮਾਈ ਪਏ ਬੈਠੇ ਹੋ ਸਾਰੇ ਕਰੋ ਰਸ਼ਨਾ ਪਵਿੱਤਰ। ਰਾਮ ਜਨਾ ਕੋ ਰਾਮ ਭਰੋਸਾ ਜਪੋ, ਰਾਮ ਜਨਾ ਕੋ ਰਾਮ ਭਰੋਸਾ। ਆਪ ਨੂੰ ਜਪਣ ਵਾਸਤੇ ਤਾਂ ਕਿਹਾ, ਇੱਕ ਤਾਂ ਜਪੀਏ ਤੇ ਦੂਸਰਾ ਇਹ ਗੁਰਸਿੱਖਾਂ ਦਾ ਸੰਗ ਹੈ। ਕਿਧਰੇ ਜਾਣਾ ਹੋਵੇ ਨਾ, ਚਾਰ ਸਾਥੀ ਤੋਰੇ ਹੋਣ ਤੇ ਸਫ਼ਰ ਮਹਿਸੂਸ ਨਹੀਂ ਹੁੰਦਾ। ਸਾਥੀ ਕੋਈ ਨਾ ਹੋਵੇ ਨਾ ਤੇ ਬੰਦਾ ਕਹਿੰਦਾ ਯਾਰ ਸਫ਼ਰ ਮੁੱਕਦਾ ਹੀ ਨਹੀਂ। ਇਹ ਹੁਣ ਗੁਰਸਿੱਖਾਂ ਦਾ, ਗੁਰੂ ਕੀ ਪਿਆਰੀਆਂ ਸੰਗਤਾਂ ਦਾ ਸੰਗ ਹੈ, ਇੱਥੇ ਮਨ ਤੁਰਦਾ। ਆਖੋ ਸਤਨਾਮ। ਬਾਣੀ ਦੇ ਨਾਲ ਨਾਲ ਤੇ ਗੁਰੂ ਨਾਨਕ ਦੇ ਚਰਨਾਂ ਤੱਕ ਜਾ ਪਹੁੰਚਦਾ ਹੈ। ਕਰੋ ਕਿਰਪਾ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਨਾਮ ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਭਗਤ ਕਬੀਰ ਬਨਾਰਸ ਵਿੱਚ ਰਹਿੰਦੇ, ਬੜਾ ਵੱਡਾ ਤੀਰਥ ਹੈ ਬਨਾਰਸ। ਜਾਤ ਦੇ ਜੁਲਾਏ ਨੇ, ਨੀਵੀਂ ਜਾਤ ਦੇ। ਔਰ ਇਹ ਸਮਾਂ ਕਿਹੜਾ? ਨੀਵੀਂ ਜਾਤ ਜਿਨ੍ਹਾਂ ਨੂੰ ਆਪਾਂ ਸਟੂਲ ਕਾਸਟ ਕਹਿ ਦਿੰਦੇ ਹਾਂ, ਕੋਈ ਨੀਵੀਂ ਜਾਤ ਦਾ ਮੰਦਰ ਨਹੀਂ ਜਾ ਸਕਦਾ, ਕੋਈ ਵੇਦਾਂ ਦੀ ਪੂਜਾ ਨਹੀਂ ਕਰ ਸਕਦਾ, ਪੜ੍ਹ ਵੀ ਨਹੀਂ ਸਕਦਾ। ਇੱਥੋਂ ਤੱਕ ਕਿ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਵੀ ਕੋਈ ਨਹੀਂ ਕਰ ਸਕਦਾ। ਜਦ ਤੱਕ ਉੱਚੀ ਜਾਤ ਵਾਲੇ ਨਾ ਨਾ ਨਹਾ ਲੈਣ, ਨੀਵੀਂ ਜਾਤ ਵਾਲਾ ਨਹੀਂ ਨਹਾ ਸਕਦਾ। ਪਰ ਉੱਚੀਆਂ ਜਾਤਾਂ ਵਾਲੇ ਸੁੱਤੇ ਹੁੰਦੇ ਸਨ ਤੇ ਅੰਮ੍ਰਿਤ ਵੇਲੇ ਕਬੀਰ ਸਾਹਿਬ ਇਸ਼ਨਾਨ ਕਰਕੇ ਵੀ ਆ ਜਾਂਦੇ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਇੱਕ ਵਾਰ ਐਸਾ ਮਨ ਬੰਦਗੀ ਵਿੱਚ ਲੱਗਾ ਸਿਮਰਨ ਵਿੱਚ, ਬਿਰਤੀ ਨਾ ਖੁੱਲੀ ਕਬੀਰ ਸਾਹਿਬ ਜੀ ਦੀ, ਤੇ ਜਿਸ ਵੇਲੇ ਬਿਰਤੀ ਖੁੱਲੀ ਸੂਰਜ ਚੜ ਆਇਆ, ਪਰਨਾ ਮੋਢੇ ਤੇ ਮਾਰਿਆ, ਪਰਨਾ ਪੁਰਾਣੀ ਬੋਲੀ ਹੈ ਪਿੰਡਾਂ ਦੀ, ਤੌਲੀਆ ਤੌਲੀਆ ਮੋਢੇ ਤੇ ਮਾਰਿਆ, ਗੰਗਾ ਘਾਟ ਚੱਲ ਪਏ, ਕਿਉਂਕਿ ਉਦੋਂ ਨਲਕੇ ਤੇ ਆਉਂਦੇ ਨਹੀਂ ਸਨ, ਨਦੀਆਂ ਖੂਹਾਂ ਤੇ ਲੋਕੀ ਨਹਾਉਂਦੇ ਸਨ ਦਰਿਆਵਾਂ ਤੇ। ਜਿਸ ਵੇਲੇ ਗੰਗਾ ਘਾਟ ਪਹੁੰਚੇ ਭਗਤ ਕਬੀਰ ਸਾਹਿਬ, ਮੁਕੰਦਾ ਨਾਮ ਦਾ ਇੱਕ ਪੰਡਿਤ, ਉਹ ਗੰਗਾ ਵਿੱਚ ਨਹਾ ਕੇ ਬਾਹਰ ਨਿਕਲਿਆ, ਪੌੜੀਆਂ ਕਾਫੀ ਸੀ ਉਤਰਨ ਵਾਲੀਆਂ, ਹੁਣ ਕਬੀਰ ਸਾਹਿਬ ਤੇ ਆਰਾਮ ਨਾਲ ਉਤਰਦੇ ਸੀ ਰਾਮ ਰਾਮ ਜਪਦੇ ਹੋਏ, ਤੇ ਗੰਗਾ ਦਾ ਪਾਣੀ ਵੀ ਬੜਾ ਠੰਡਾ, ਇੱਕ ਸਰਦੀਆਂ ਦੇ ਦਿਨ ਸਰੀਰ ਵੀ ਵਿਚਾਰੇ ਦਾ ਪਤਲਾ ਜਿਹਾ, ਆਖੋ ਸਾਧਨਾ ਮੁਕੰਦੇ ਦਾ, ਨਹਾ ਕੇ ਨਿਕਲਿਆ ਤੇ ਸਰੀਰ ਕੰਬੇ ਪਿਆ, ਤੇ ਇਹ ਵੀ ਰਾਮ ਰਾਮ ਜਪਦਾ ਪੌੜੀਆਂ ਚੜ੍ਹਦਾ ਪਿਆ। ਸਾਹਮਣੇ ਕਬੀਰ ਸਾਹਿਬ ਨੂੰ ਵੇਖਿਆ ਨਾ ਤੇ ਤਿੰਨੇ ਕੱਪੜੀ ਅੱਗ ਲੱਗ ਗਈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਤਨਾ ਗੁੱਸਾ, ਨਹਾ ਕੇ ਠੰਡੇ ਪਾਣੀ ਨਾਲ ਆਇਆ ਪਰ ਮਨ ਸੜਨ ਲੱਗ ਪਿਆ। ਕਹਿਣ ਲੱਗਾ ਘੋਰ ਕਾਲੀਯੁਗ ਆ ਗਿਆ, ਇਹ ਜੁਲਾਈ ਵੀ ਸਵੇਰੇ ਸਵੇਰੇ ਗੰਗਾ ਤੇ ਨਹਾਉਣ ਲੱਗ ਪਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਥੱਲੇ ਉਤਰਿਆ, ਫਿਰ ਦੁਬਾਰਾ ਨਹਾਤਾ ਮੁਕੰਦਾ, ਦੁਬਾਰਾ ਨਹਾ ਕੇ ਫਿਰ ਪੌੜੀਆਂ ਚੜ੍ਹਿਆ ਤੇ ਕਬੀਰ ਸਾਹਿਬ ਫਿਰ ਅੱਗੇ, ਜੋ ਤਾਂ ਆਪਣੀ ਮਸਤੀ ਚ ਆ ਰਹੇ ਸਨ। ਮੁਕੰਦਾ ਕਹਿੰਦਾ ਸੀ ਜੁਲਾਏ ਨੇ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ। ਤੀਸਰੀ ਵਾਰੀ ਫਿਰ ਥੱਲੇ ਉਤਰਿਆ, ਮੁਕੰਦਾ ਪੰਡਿਤ ਤੀਸਰੀ ਵਾਰੀ ਨਹਾ ਕੇ ਆਇਆ ਤੇ ਹੁਣ ਪੈਰ ਅੱਗੇ ਰੱਖਦਾ ਜਾਂਦਾ ਦੂਸਰੇ ਪਾਸੇ, ਕਿਉਂਕਿ ਠੰਡ ਬੜੀ, ਪਾਣੀ ਬੜਾ ਠੰਡਾ, ਇੱਕ ਸਰੀਰ ਕਮਜ਼ੋਰ ਤੇ ਜਿਹੜਾ ਗੁੱਸੇਖੋਰ ਜ਼ਿਆਦਾ ਹੁੰਦਾ ਨਾ ਵੈਸੇ ਬੜਾ ਕੰਬਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕੰਬਦਾ ਕੰਬਦਾ ਪੌੜੀਆਂ ਚੜ੍ਹ ਰਿਹਾ। ਕਬੀਰ ਸਾਹਿਬ ਨੂੰ ਦੇਖਿਆ ਤੇ ਕਹਿਣ ਲੱਗਾ ਉਹ ਜੁਲਾਏ ਸਵੇਰੇ ਸਵੇਰੇ ਮੱਥੇ ਲੱਗ ਗਿਆ, ਤੂੰ ਮੇਰਾ ਜਨਮ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ। ਪਰ ਚੌਥੀ ਵਾਰੀ ਨਹਾਉਣ ਦੀ ਹਿੰਮਤ ਨਹੀਂ, ਕਬੀਰ ਸਾਹਿਬ ਨੂੰ ਮਾੜਾ ਚੰਗਾ ਬੋਲਦਾ ਘਰ ਚਲਾ ਗਿਆ। ਪੰਡਿਤ ਜੀ ਦੀ ਘਰਵਾਲੀ ਕਹਿਣ ਲੱਗੀ, ਪੰਡਿਤ ਜੀ ਕੀ ਗੱਲ ਹੈ, ਬੜੇ ਗੁੱਸੇ ਚੋ, ਦੇਰ ਵੀ ਬੜੀ ਕਰ ਦਿੱਤੀ। ਤੇ ਮੁਕੰਦਾ ਪੰਡਿਤ ਕਹਿਣ ਲੱਗਾ, ਅੱਜ ਕਬੀਰ ਜੁਲਾਇਆ ਮੱਥੇ ਲੱਗ ਗਿਆ, ਮੇਰਾ ਤੇ ਜਨਮ ਹੀ ਭ੍ਰਿਸ਼ਟ ਹੋ ਗਿਆ, ਤਿੰਨ ਵਾਰੀ ਨਹਾਤਾ ਪਰ ਸਾਹਮਣੇ ਹੀ ਰਿਹਾ, ਹਟਿਆ ਨਹੀਂ। ਘਰਵਾਲੀ ਕਹਿਣ ਲੱਗੀ, ਬੈਠੋ ਤੁਸੀਂ, ਭੋਜਨ ਕਰੋ, ਭਾਵ ਪ੍ਰਸ਼ਾਦਾ ਛਕੋ। ਥਾਲੀ ਰੱਖ ਦਿੱਤੀ। ਹੁਣ ਜਿਸ ਵੇਲੇ ਮੁਕੰਦਾ ਥਾਲੀ ਵਿੱਚ ਹੱਥ ਪਾਉਂਦਾ ਏ ਤੇ ਕੀ ਦੇਖਦਾ, ਕਬੀਰ ਸਾਹਿਬ ਵੀ ਨਾਲ ਬੈਠੇ ਹੋਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੱਥ ਬਾਹਰ ਕੱਢਿਆ ਥਾਲੀ ਚੋਂ, ਫਿਰ ਹੱਥ ਪਾਇਆ, ਦੇਖਦਾ ਕਬੀਰ ਸਾਹਿਬ ਕੋਲ ਬੈਠੇ, ਉਹ ਵੀ ਥਾਲੀ ਚ ਹੱਥ ਪਾਉਂਦੇ। ਕਹਿਣ ਲੱਗਾ ਜੁਲਾਏ ਤੂੰ ਮੇਰਾ ਇੱਥੇ ਵੀ ਪਿੱਛਾ ਨਹੀਂ ਛੱਡਿਆ। ਘਰਵਾਲੀ ਕਹਿਣ ਲੱਗੀ, ਪੰਡਿਤ ਜੀ ਹੋਇਆ ਕੀ ਤੁਹਾਨੂੰ? ਕਹਿਣ ਲੱਗਾ ਹੋਣਾ ਕੀ, ਇਹ ਜੁਲਾਇਆ ਇੱਥੇ ਵੀ ਆ ਗਿਆ। ਘਰਵਾਲੀ ਕਹਿਣ ਲੱਗੀ, ਜੇ ਇੱਥੇ ਹੋਵੇ ਤੇ ਮੈਨੂੰ ਨਜ਼ਰ ਨਾ ਆਉਣਾ, ਇੱਥੇ ਤੇ ਕੋਈ ਵੀ ਨਹੀਂ, ਤੁਸੀਂ ਹੋ ਤਾਂ ਮੈਂ ਵਾਂ। ਕਬੀਰ ਕਬੀਰ ਕਲਪਦੇ ਪਿਓ ਤਾਂ ਨਜ਼ਰ ਆਉਂਦੇ ਨੇ, ਰੋਟੀ ਖਾ ਲਓ।
ਤੀਸਰੀ ਵਾਰੀ ਫਿਰ ਹੱਥ ਪਾਇਆ ਤਾਂ ਕਬੀਰ ਸਾਹਿਬ ਫਿਰ ਕੋਲ ਬੈਠੇ ਮੁਸਕਰਾ ਰਹੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜਾ ਗੁੱਸਾ ਚੜਿਆ, ਇਸ ਜਲਾਏ ਨੂੰ ਮੈਂ ਮਾਰ ਦੇਣਾ। ਪਿੱਟ ਚੁੱਕ ਲਈ। ਕਬੀਰ ਸਾਹਿਬ ਨੂੰ ਮਾਰਨ ਵਾਸਤੇ ਮੁਕੰਦਾ ਦੌੜਿਆ, ਘਰਵਾਲੀ ਨੇ ਪਿੱਛੋਂ ਰੌਲਾ ਪਾ ਦਿੱਤਾ, ਮੇਰਾ ਪਤੀ ਪਾਗਲ ਹੋ ਗਿਆ, ਪਕੜੋ ਇਹਨੂੰ। ਲੋਕੀ ਵੀ ਪਿੱਛੇ ਦੌੜ ਪਏ। ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੀ ਕਰਨੀ ਹੈ। ਆਖੋ ਸਤਨਾਮ। ਇਹ ਸੁਣਾਉਣ ਦਾ ਮਕਸਦ ਕੀ ਹੈ? ਹੱਥ ਵਿੱਚ ਇੱਟ ਮੁਕੰਦੇ ਦੇ ਦੌੜਿਆ ਜਾਂਦਾ। ਉਧਰ ਭਗਤ ਕਬੀਰ ਸਾਹਿਬ ਨੇ ਇਸ਼ਨਾਨ ਕੀਤਾ ਤੇ ਗੰਗਾ ਘਾਟ ਦੀਆਂ ਪੌੜੀਆਂ ਚੜ੍ਹਦੇ ਪਏ ਨੇ ਵਾਪਸ। ਸਾਰੇ ਬੜੀ ਮਸਤੀ ਚ ਰਾਮ ਰਾਮ ਕਹਿੰਦੇ। ਕਬੀਰ ਸਾਹਿਬ ਦਾ ਸ਼ਬਦ ਤੁਸੀਂ ਬੜੇ ਪਿਆਰ ਨਾਲ ਪੜ੍ਹਦੇ ਹੋ ਨਾ, ਇੱਕ ਵਾਰੀ ਕਰੋ ਸਾਰੇ ਰਸਨਾ ਪਵਿੱਤਰ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਉਂ ਸਿਮਰਨ ਕਰਦੇ ਆ ਰਹੇ ਤੇ ਮੁਕੰਦੇ ਨੇ ਇੱਟ ਵਾਲਾ ਹੱਥ ਉੱਪਰ ਕੀਤਾ। ਕਹਿਣ ਲੱਗਾ, ਜੁਲਾਇਆ ਮੈਂ ਤੈਨੂੰ ਮਾਰ ਕੇ ਛੱਡਣਾ। ਜ਼ੋਰ ਦੀ ਇੱਟ ਕਬੀਰ ਸਾਹਿਬ ਨੂੰ ਮਾਰੀ। ਇੱਟ ਜਿਹੜੀ ਕਬੀਰ ਸਾਹਿਬ ਦੇ ਮੱਥੇ ਚ ਲੱਗੀ ਤੇ ਇੱਟ ਦੇ ਦੋ ਟੁਕੜੇ ਹੋ ਗਏ। ਇੱਟ ਮੱਥੇ ਚ ਮਾਰੀ, ਦੋ ਟੁਕੜੇ ਹੋ ਗਏ ਤੇ ਕਬੀਰ ਸਾਹਿਬ ਖਲੋ ਗਏ। ਮੁਕੰਦੇ ਨੇ ਤੇ ਇੱਟ ਮਾਰੀ, ਦੋ ਟੁਕੜੇ ਵੀ ਹੋ ਗਏ, ਪਰ ਕਬੀਰ ਸਾਹਿਬ ਨੇ ਉਹ ਲੱਗੀ ਜਿਵੇਂ ਕੋਈ ਫੁੱਲ ਲੱਗਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਰਾਮ ਨੇ ਰੱਖਿਆ ਕੀਤੀ, ਵਾਹਿਗੁਰੂ ਨੇ ਰੱਖਿਆ ਕੀਤੀ। ਆਪ ਜੀ ਇਤਿਹਾਸ ਪੜ੍ਹਦੇ ਹੋ ਨਾ ਭਾਈ ਵਿਧੀ ਚੰਦ, ਤਾਂ ਕਿ ਸਮਝ ਆ ਜਾਏ ਆਪਾਂ ਨੂੰ। ਉਹਨਾਂ ਪਿੱਛੇ ਮੁਗਲ ਸਿਪਾਹੀ ਲੱਗੇ ਸਨ, ਪੱਟੀ ਦਾ ਇਲਾਕਾ ਤਰਨ ਤਾਰਨ ਸਾਹਿਬ ਦੇ ਕੋਲ ਭੱਠੀ ਚ ਅੱਗ ਬਲਦੀ ਸੀ ਤੇ ਭਾਈ ਵਿਧੀ ਚੰਦ ਦੀ ਬਲਦੀ ਹੋਈ ਭੱਠੀ ਚ ਵੜ ਗਏ। ਅੱਗ ਬਲਦੀ ਪਈ ਤੇ ਭੱਠੀ ਵਿੱਚ ਵੜਦਿਆਂ ਭਾਈ ਵਿਧੀ ਚੰਦ ਨੇ ਕਿਹਾ, ਇਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਰਾਖਾ ਤੇ ਤੂੰ ਹੀ ਹੈ। ਆਖੋ ਸਤਨਾਮ। ਬਲਦੀ ਭੱਠੀ ਚ ਵੜ ਗਏ ਤੇ ਦੂਸਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਸਨ। ਉਸ ਵੇਲੇ ਸਤਿਗੁਰੂ ਨੇ ਸਿੱਖਾਂ ਨੂੰ ਕਿਹਾ, ਪਾਣੀ ਦੀਆਂ ਗਾਗਰਾਂ ਲਿਆਓ, ਆਪਣੇ ਸੀਸ ਚ ਪਾਣੀ ਦੀਆਂ ਗਾਗਰਾਂ ਪਵਾਈਆਂ ਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕੀ ਕੌਤਕ ਵਰਤਾਇਆ? ਸਾਹਿਬ ਜੀ ਕਹਿਣ ਲੱਗੇ, ਬੀਧੀ ਚੰਦ ਬਲਦੀ ਹੋਈ ਭੱਠੀ ਚ ਵੜ ਗਿਆ ਹੈ ਨਾ, ਜਿਤਨਾ ਦੁੱਖ ਉਸਨੂੰ ਮਿਲਣਾ ਸੀ, ਸੇਕ ਲੱਗਣਾ ਸੀ, ਅਸਾਂ ਆਪਣੇ ਤੇ ਲੈ ਲਿਆ ਤੇ ਸੇਵਕ ਨੂੰ ਤਾਂ ਧੀਵਾ ਨਹੀਂ ਲੱਗਣ ਦਿੱਤੀ। ਆਖੋ ਸਤਨਾਮ। ਸ਼ਬਦ ਪੜ੍ਹਦੇ ਆ ਨਾ, ਜਪੋ ਸਾਰੇ, ਤਾਤੀ ਵਾਓ ਜਪੋ, ਤਾਤੀ ਵਾਓ ਨਾ ਲੱਗਈ ਪਾਰ, ਬ੍ਰਹਮ ਸਰਨਾਈ ਚੌ ਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਪਾਏ। ਤੇ ਭਾਈ ਬਿਧੀ ਚੰਦ ਮੁਗਲ ਸਿਪਾਹੀ ਦੌੜ ਗਏ ਨਾ ਲੱਭਦੇ ਲੱਭਦੇ ਤੇ ਬਲਦੀ ਹੋਈ ਭੱਠੀ ਚੋਂ ਬਾਹਰ ਆ ਗਏ। ਆਖੋ ਸਤਨਾਮ। ਗੁਰੂ ਰਖਵਾਲਾ। ਇਉਂ ਜਿਸ ਵੇਲੇ ਇੱਟ ਮਾਰੀ ਮੁਕੰਦੇ ਨੇ ਨਾ ਤੇ ਵਿਚਕਾਰ ਕਬੀਰ ਦਾ ਪ੍ਰਭੂ ਆ ਗਿਆ, ਵਾਹਿਗੁਰੂ ਆ ਗਿਆ। ਆਖੋ ਸਤਨਾਮ। ਇੱਟ ਕਿੰਨੇ ਜ਼ੋਰ ਦੀ ਲੱਗੀ, ਦੋ ਟੁਕੜੇ ਹੋਈ, ਨਾ ਖੂਨ ਵਗਿਆ ਨਾ ਸਿਰ ਪਾਟਾ ਤੇ ਮੁਕੰਦਾ ਬੜਾ ਹੈਰਾਨ ਹੋ ਗਿਆ। ਲੋਕ ਵੀ ਇਕੱਠੇ ਹੋ ਗਏ।
ਹੁਣ ਇੱਥੇ ਮੁਕੰਦਾ ਕਹਿੰਦਾ ਕਬੀਰ ਜੁਲਾਏ ਤੂੰ ਮੇਰਾ ਜਨਮ ਧਰਮ ਭ੍ਰਿਸ਼ਟ ਕਰ ਦਿੱਤਾ, ਮੈਂ ਜਨੇਊ ਧਾਰੀ ਪੰਡਿਤ ਹਾਂ, ਇਹ ਦੇਖ ਜਨੇਊ ਪਾਇਆ ਹੋਇਆ। ਉੱਥੇ ਫਿਰ ਕਬੀਰ ਸਾਹਿਬ ਨੇ ਕਿਹੜਾ ਸ਼ਬਦ ਉਚਾਰਿਆ, ਆਓ ਇੱਕ ਵਾਰ ਪਹਿਲਾਂ ਇਹਨਾਂ ਪੰਕਤੀਆਂ ਨੂੰ ਪੜ੍ਹੀਏ। ਰਾਮ ਜਨਾ ਕੋ ਰਾਮ ਭਰੋਸਾ ਜਪੋ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਾਮ ਜਨਾ ਕੋ ਰਾਮ ਭਰੋਸਾ। ਹੁਣ ਇੱਥੇ ਸ਼ਬਦ ਉਚਾਰਿਆ, ਹਮ ਕਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਕੰਠ ਕਹਿੰਦੇ ਨੇ ਗਲੇ ਨੂੰ। ਕਬੀਰ ਸਾਹਿਬ ਕਹਿਣ ਲੱਗੇ ਤੂੰ ਮੈਨੂੰ ਹੁਣੇ ਕਿਹਾ ਮੈਂ ਜਨੇਊ ਧਾਰੀ ਪੰਡਤ ਹਾਂ, ਤੇ ਕਬੀਰ ਸਾਹਿਬ ਕੀ ਕਹਿੰਦੇ ਨੇ, ਹਮ ਕਰ ਸਾਡੇ ਘਰ, ਤੇ ਰੋਜ਼ ਹੀ ਸੂਤਰ ਉਣਿਆ ਜਾਂਦਾ ਆਖੋ ਸਾਥ। ਕਬੀਰ ਸਾਹਿਬ ਜਲਾਏ ਨੇ ਤੇ ਖੱਡੀਆਂ ਦਾ ਕੰਮ ਕਰਦੇ ਨੇ। ਖੱਡੀਆਂ ਅੱਜ ਕੱਲ੍ਹ ਬੱਚਿਆਂ ਨੂੰ ਸਮਝ ਨਹੀਂ ਆਉਣੀਆਂ, ਧਾਗੇ ਬਣਾਉਂਦੇ ਆ, ਸੌਖਾ ਸਮਝ ਆ ਜਾਵੇ। ਤੇ ਕਹਿਣ ਲੱਗੇ ਇਹ ਜਿਹੜਾ ਜਨੇਊ ਵੀ ਤੂੰ ਗਲ ਚ ਪਾਇਆ ਹੋਇਆ ਹੈ ਨਾ, ਇਹ ਸੂਤਰ ਵੀ ਇਹ ਧਾਗੇ ਵੀ ਅਸੀਂ ਜੁਲਾਏ ਬਣਾਉਂਦੇ ਹਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਕਹਿੰਦੇ, ਹਮ ਕਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਇਹ ਜਿਹੜਾ ਤੇਰੇ ਗਲੇ ਚ ਕੰਠ ਚ ਜਨੇਊ ਹੈ ਨਾ, ਇਹ ਸਾਡੇ ਜੁਲਾਇਆਂ ਦੇ ਹੱਥਾਂ ਦਾ ਬਣਿਆ ਹੋਇਆ, ਜਿਹਨੂੰ ਦੇਖ ਕੇ ਨਫ਼ਰਤ ਕਰ ਰਹੇ ਹੋ। ਤੁਮ ਤੋ ਵੇਦ ਪੜ੍ਹੋ ਗਾਇਤਰੀ, ਇਹ ਮੁਕੰਦੇ ਆ, ਤੁਸੀਂ ਵੇਦ ਪੜ੍ਹਦੇ ਹੋ, ਗਾਇਤਰੀ ਦੇ ਮੰਤਰ ਦਾ ਜਾਪ ਕਰਦੇ ਹੋ, ਸਾਨੂੰ ਨਹੀਂ ਪੜ੍ਹਨ ਦਿੰਦੇ ਕਿਉਂਕਿ ਅਸੀਂ ਨੀਵੀਂ ਜਾਤਦੇ ਹਾਂ ਤੇ ਮੈਨੂੰ ਲੋੜ ਵੀ ਕੋਈ ਨਹੀਂ, ਆਖੋ ਸਾਥਨਾ। ਤੁਮ ਤੋ ਵੇਦ ਪੜ੍ਹੋ ਗਾਇਤਰੀ, ਗੋਬਿੰਦ ਰਹਿੰਦੇ ਹਮਾਰੇ, ਉਹ ਗੋਬਿੰਦ ਤੇ ਮੇਰੇ ਹਿਰਦੇ ਵਿੱਚ ਵਸਿਆ ਹੋਇਆ, ਇੱਥੋਂ ਕਿਵੇਂ ਕੱਢ ਲਓਗੇ, ਆਖੋ ਸਾਥਨਾ। ਅਗਲੀ ਪੰਕਤੀ, ਮੇਰੀ ਜੇਬਾ ਬਿਸ਼ਨ, ਇਹ ਜਿਹੜੀ ਮੇਰੀ ਜਵਾਨ ਹੈ ਨਾ, ਇਹੋ ਵਿਸ਼ਨੂੰ ਹੈ, ਆਖੋ ਸਾਥਨਾ। ਨੈਣ ਨਾਰਾਇਣ, ਮੇਰੀ ਅੱਖਾਂ ਚੋਂ ਨਾਰਾਇਣ ਉਹ ਵਾਹਿਗੁਰੂ ਵਸਦਾ ਹੈ, ਇੱਥੋਂ ਕਿਵੇਂ ਕੱਢ ਲਓਗੇ। ਮੇਰੀ ਜੇਬਾ ਬਿਸ਼ਨ ਨੈਣ ਨਾਰਾਇਣ, ਹਿਰਦੇ ਵਸੇ ਗੋਬਿੰਦਾ, ਉਹ ਗੋਬਿੰਦ ਵਾਹਿਗੁਰੂ ਤੋਂ ਮੇਰੇ ਹਿਰਦੇ ਚ ਵਸਿਆ ਹੋਇਆ। ਜਮ ਦੁਆਰ ਜਬ ਪੂਛ ਸੁਬਵਰੇ, ਤਬ ਕਿਆ ਕੈਸ ਮੁਕੰਦਾ, ਜਦੋਂ ਲੇਖਾ ਹੋਏਗਾ ਮੁਕੰਦਿਆ ਉਸ ਦਰਗਾਹ ਵਿੱਚ ਜਾਵੇਂਗਾ, ਇਹ ਕਹਿ ਕੇ ਬਚ ਜਾਏਗਾ ਕਿ ਮੈਂ ਉੱਚੀ ਜਾਤਾਂ। ਉੱਥੇ ਅਮਲਾਂ ਤੇ ਨਿਬੇੜੇ, ਆਖੋ ਸਾਥਨਾ। ਚੰਗੇ ਕਰਮ ਜਿਹੜੇ ਨੇ ਨਾ, ਉਹੀ ਖਿਹੜਾ ਛੁਡਾਉਂਦੇ ਆ ਜਮਦੂਤਾਂ ਕੋਲੋਂ, ਦਰਗਾਹ ਵਿੱਚ ਤਾਂ ਥਾਂ ਮਿਲਦਾ ਹੈ। ਆਪਣੇ ਆਪ ਨੂੰ ਉੱਚੇ ਸਮਝ ਕੇ ਬਾਕੀ ਸਾਰਿਆਂ ਨੂੰ ਨੀਵਾਂ ਸਮਝ ਕੇ ਨਫ਼ਰਤ ਕਰਦੇ ਹੋ, ਜੇ ਤੇਰੇ ਵਿੱਚ ਵਾਹਿਗੁਰੂ ਵਸਦਾ ਹੈ ਤੇ ਮੇਰੇ ਵਿੱਚ ਵੀ ਹੈ, ਫਿਰ ਨਫ਼ਰਤ ਕਿਉਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਸ਼ਬਦ ਦੀ ਘੋਰ ਪੰਕਤੀ ਬੜੀ ਕਮਾਲ ਦੀ ਹੈ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆ। ਕੀ ਕਿਹਾ, ਹਮ ਕਤ ਲਹੂ ਤੁਮ ਕਤ ਦੂਧ, ਮੁਕੰਦਿਆ ਜੇ ਤੂੰ ਬ੍ਰਾਹਮਣ ਉੱਚੀ ਜਾਤ ਦਾ, ਤੇਰੇ ਵਿੱਚ ਫਿਰ ਖੂਨ ਨਹੀਂ ਹੋਣਾ ਚਾਹੀਦਾ, ਤੇਰੇ ਵਿੱਚ ਤੇ ਦੁੱਧ ਹੋਣਾ ਚਾਹੀਦਾ, ਆਖੋ ਸਤਨਾਮ। ਹਮ ਕਤ ਲਹੂ, ਮੇਰੇ ਵਿੱਚ ਲਹੂ ਹੈ, ਖੂਨ ਹੈ, ਤੇਰੇ ਵਿੱਚ ਵੀ ਲਹੂ ਹੈ, ਜੇ ਤੂੰ ਉੱਚੀ ਜਾਂਦਾ ਫਿਰ ਤੇਰੇ ਚ ਤਾਂ ਦੁੱਧ ਹੋਣਾ ਚਾਹੀਦਾ, ਨਹੀਂ ਨਾ। ਅਗਲੀ ਪੰਕਤੀ,
ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ। ਜੇ ਤੈਨੂੰ ਪੰਡਿਤ ਮਾਂ ਨੇ ਜਨਮ ਦਿੱਤਾ ਹੈ ਨਾ, ਫਿਰ ਸੁਣ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਬਾਟ ਕਹਿੰਦੇ ਨੇ ਰਸਤਾ। ਜਿਸ ਰਸਤੇ ਤੁਸੀਂ ਨੀਵੀਂ ਜਾਤ ਵਾਲੇ ਪੈਦਾ ਹੋਏ ਆ ਮਾਤਾ ਦੇ ਪੇਟ ਵਿੱਚੋਂ, ਬਖੰਦਿਆ, ਤੂੰ ਵੀ ਤਾਂ ਉਸੇ ਰਸਤੇ ਤੋਂ ਪੈਦਾ ਹੋਇਆ। ਜੇ ਉੱਚੀ ਜਾਤ ਹੈ ਫਿਰ ਕਿਸੇ ਹੋਰ ਜਗ੍ਹਾ ਤੋਂ ਕਿਉਂ ਨਾ ਪੈਦਾ ਹੋਇਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਿਤਨੇ ਲੋਕ ਸਨ ਕਬੀਰ ਸਾਹਿਬ ਦੇ ਪੈਰਾਂ ਤੇ ਮੱਥਾ ਟੇਕਦੇ, ਆਖੋ ਸਤਨਾਮ। ਪਰ ਕਬੀਰ ਨੂੰ ਸਮਝਿਆ ਤੇ ਆਖਿਆ, ਜੁਲਾਇਆ ਹੀ। ਪਰ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਬਾਕੀ ਭਗਤਾਂ ਨਾਲ ਕਬੀਰ ਸਾਹਿਬ ਦੀ ਬਾਣੀ ਵੀ ਦਰਜ ਕੀਤੀ, ਜਦੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਭਗਤ ਕਬੀਰ ਸਾਹਿਬ ਨੂੰ ਵੀ ਮੱਥਾ ਟੇਕਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਮ ਰਾਮ ਭਰੋਸਾ ਜਪੋ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਾਮ ਜਨਾ ਕੋ ਰਾਮ ਭਰੋਸਾ। ਸਮਾਂ ਸਾਡੇ ਕੋਲ ਘੱਟ ਹੈ, ਥੋੜ੍ਹਾ ਥੋੜ੍ਹਾ ਛੱਡ ਕੇ ਕਵਾਂਗੇ। ਭਗਤ ਨਾਮਦੇਵ ਮਹਾਰਾਸ਼ਟਰ 'ਚ ਪੈਦਾ ਹੋਏ, ਬ੍ਰਹਮ ਗਿਆਨੀ, ਇਹ ਜਾਤ ਦੇ ਛਿੰਬੇ ਨੇ, ਇਹਨਾਂ ਨੂੰ ਵੀ ਨੀਵੀਂ ਜਾਤ ਦਾ ਗਿਣਿਆ। ਅਤੇ ਜਿਸ ਵੇਲੇ ਔਂਡਾ ਨਾਗਨਾਥ ਦੇ ਮੰਦਰ ਗਏ, ਹਜ਼ੂਰ ਸਾਹਿਬ ਤੋਂ ਕੁਝ ਮੀਲ ਦੂਰ ਹੈ, ਕਦੀ ਜਾਓ ਤਾਂ ਦਰਸ਼ਨ ਕਰਿਓ। ਮੰਦਰ 'ਚ ਬੈਠੇ ਸ਼ਬਦ ਪੜ੍ਹ ਰਹੇ ਸਨ, ਲੋਕ ਆ ਕੇ ਬਹਿ ਗਏ। ਪੰਡਤਾਂ ਨੇ ਦੇਖਿਆ ਕਿ ਇਹ ਜੁਲਾਇਆ ਕਬੀਰ, ਉਹ ਤੇ ਹੈ ਹੀ ਹੈ, ਇਹ ਛਿੰਬਾ ਵੀ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬਨਾਰਸ ਵਿੱਚ ਹੋਏ, ਇਹ ਮਹਾਰਾਸ਼ਟਰ ਵਿੱਚ। ਤੇ ਨਾਮਦੇਵ ਜੀ ਹੱਥਾਂ ਚ ਖੜਤਾਲਾਂ ਨੇ, ਇੱਕ ਤੁੰਬਾ, ਸ਼ਬਦ ਪੜ੍ਹ ਰਹੇ ਨੇ। ਪੰਡਤਾਂ ਨੇ ਛੇਣੇ ਵੀ ਖੋਲੇ, ਨਾਮਦੇਵ ਜੀ ਨੂੰ ਬਾਹੋਂ ਪਕੜ ਕੇ ਉਠਾਇਆ, ਧੱਕੇ ਮਾਰੇ, ਕੁੱਟਿਆ ਤੇ ਮੰਦਰ ਚੋਂ ਬਾਹਰ ਕੱਢ ਦਿੱਤਾ। ਦਰਦ ਹੁੰਦਾ ਹੈ ਨਾ, ਕੋਈ ਸ਼ਰਧਾ ਨਾਲ ਆਵੇ ਤਾਂ ਉਹਨੂੰ ਕੋਈ ਕਹਿਣਾ ਤੇ ਚਲਾ ਜਾ ਵੱਖਰੀ ਗੱਲ ਹੈ, ਉਹਨੂੰ ਕੁੱਟੇ ਵੀ ਮਾਰੇ ਵੀ ਕਿੱਡਾ ਦੁੱਖ ਹੁੰਦਾ ਜਿਹਨੂੰ ਦੁਨੀਆ ਭਗਤ ਕਹੇ। ਆਖੋ ਸਤਨਾਮ। ਇਸ ਗੱਲ ਦੀ ਗਵਾਹੀ ਭਗਤ ਜੀ ਆਪ ਦਿੰਦੇ ਨੇ ਆਪਣੇ ਸ਼ਬਦ ਵਿੱਚ, ਸੂਦ ਸੂਦ ਕਰ ਮਾਰ ਉਠਾਇਓ, ਮੈਨੂੰ ਸ਼ੂਦਰ ਕਿਹਾ, ਨੀਵੀਂ ਜਾਤ ਦਾ। ਭਗਤਾਂ ਦਾ ਗੁੱਸਾ ਗਿਲਾ ਦੁਨੀਆਂ ਨਾਲ ਨਹੀਂ ਹੁੰਦਾ, ਰੱਬ ਨਾਲ ਹੁੰਦਾ। ਮਨ ਵੈਰਾਗੀ ਹੋਇਆ ਤੇ ਭਗਤ ਜੀ ਕਹਿੰਦੇ ਨੇ, ਸੂਦ ਸੂਦ ਕਰ ਮਾਰ ਉਠਾਓ, ਕਹਾਂ ਕਰੂੰ ਬਾਪ ਬੀਠਲਾ। ਬੀਠਲ, ਇਹ ਮੇਰੇ ਵਾਹਿਗੁਰੂ, ਮੇਰੇ ਪਿਤਾ, ਹੁਣ ਤੂੰ ਦੱਸ ਕਿਹਨੂੰ ਜਾ ਕੇ ਆਪਣਾ ਦਰਦ ਦੱਸਾਂ, ਇਹਨਾਂ ਤਾਂ ਮੈਨੂੰ ਕੁੱਟ ਕੁੱਟ ਕੇ ਬਾਹਰ ਕੱਢ ਦਿੱਤਾ। ਸੂਦ ਸੂਦ ਕਰ ਮਾਰ ਉਠਾਇਓ, ਮੈਨੂੰ ਮਾਰ ਰਹੀ ਹੈ। ਆਖੋ ਸਤਨਾਮ। ਕਹਾਂ ਕਰੂੰ ਬਾਪ ਬੀਠਲਾ, ਤੂੰ ਦੱਸ। ਇੱਕ ਹੋਰ ਮਨ ਦਾ ਦਰਦ ਦੱਸਿਆ, ਜੇ ਮੈਂ ਤੇਰੀ ਭਗਤੀ ਨਹੀਂ ਕਰ ਸਕਦਾ, ਜੇ ਮੈਂ ਤੇਰਾ ਸਿਮਰਨ ਨਹੀਂ ਕਰ ਸਕਦਾ,
ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਕਿਉਂ ਮੈਨੂੰ ਜਨਮ ਦਿੱਤਾ ਛੀਪੇ ਦੇ ਘਰਾਂ ਚ? ਕਿਉਂ ਦਿੱਤਾ? ਕਮਾਲ ਦੀ ਗੱਲ, ਭਗਤ ਜੀ ਮੰਦਰ ਦੇ ਪਿੱਛੇ ਜਾ ਕੇ ਬੈਠੇ ਤੇ ਇੱਕ ਹੋਰ ਸ਼ਬਦ ਉਚਾਰਿਆ, ਉਹਦੇ ਵਿੱਚ ਮਨ ਦਾ ਦਰਦ ਕਿਵੇਂ ਬਿਆਨ ਕੀਤਾ? ਭਗਤ ਕਰਤ ਮੇਰੇ ਤਾਲ ਛਿਣਾਏ, ਮੈਂ ਤੇ ਭਗਤੀ ਕਰਦਾ ਸਾਂ, ਮੇਰੇ ਛੈਣੇ ਵੀ ਖੋਲੇ। ਆਖੋ ਸਤਨਾਮ। ਭਗਤ ਕਰਤ ਮੇਰੇ ਤਾਲ ਛਿਣਾਏ, ਕਾਪੇ ਕਰੋ ਪੁਕਾਰਾ, ਕਿਹਦੇ ਅੱਗੇ ਪੁਕਾਰ ਕਰਾਂ? ਤੇ ਮੰਦਰ ਸਾਰਾ ਘੁੰਮ ਗਿਆ। ਆਖੋ ਸਤਨਾਮ। ਸਾਇੰਸ ਦਾ ਯੁੱਗ ਹੈ, ਕੋਈ ਕਹਿ ਸਕਦਾ ਪੱਥਰ ਦਾ ਮੰਦਰ ਕਿਵੇਂ ਘੁੰਮ ਗਿਆ? ਅਸੀਂ ਆਪ ਜਾ ਕੇ ਦਰਸ਼ਨ ਕੀਤੇ, ਸੰਗਤਾਂ ਜਾਂਦੀਆਂ। ਸ਼ਿਵਜੀ ਦਾ ਮੰਦਰ ਹੈ, ਤੁਸੀਂ ਕਿਧਰੇ ਵੀ ਸ਼ਿਵਜੀ ਭਗਵਾਨ ਦਾ ਮੰਦਰ ਦੇਖੋਗੇ ਨਾ, ਮੰਦਰ ਦਾ ਮੂੰਹ ਜੋ ਸਾਹਮਣੇ ਹੁੰਦਾ ਤੇ ਸਾਹਮਣੇ ਬੈਲ ਦੀ ਮੂਰਤੀ ਬਣੀ ਹੁੰਦੀ ਆ। ਕਦੇ ਵੀ ਜਾ ਕੇ ਦੇਖਿਓ, ਮੰਦਰ ਘੁੰਮਿਆ ਹੋਇਆ ਤੇ ਬੈਲ ਦੀ ਮੂਰਤੀ ਦੂਸਰੇ ਪਾਸੇ। ਆਖੋ ਸਤਨਾਮ। ਹੁਣ ਕਮਾਲ ਦੀ ਗੱਲ, ਜਿਹੜੀ ਵੀ ਸੰਗਤ ਆਪਣੀ ਜਾਂਦੀ ਨਾ, ਸਿੱਖ ਸੰਗਤ ਵੀ ਜਾਂਦੀ ਹੈ, ਪੰਡਿਤ ਇਹ ਤੇ ਜ਼ਰੂਰ ਕਹਿੰਦੇ ਨੇ ਉਹੀ ਮੰਦਰ ਹੈ, ਨਾਮਦੇਵ ਕਰਕੇ ਘੁੰਮਿਆ। ਪਰ ਕਮਾਲ ਦੀ ਗੱਲ ਹੈ, ਉਸ ਮੰਦਰ ਵਿੱਚ ਨਾ ਭਗਤ ਨਾਮਦੇਵ ਨੂੰ ਉਦੋਂ ਥਾਂ ਮਿਲੀ ਤੇ ਨਾ ਹੀ ਅੱਜ ਮਿਲੀ। ਆਖੋ ਸਤਨਾਮ। ਪਹਿਲਾਂ ਨਾਮਦੇਵ ਜੀ ਦੀ ਮੂਰਤੀ ਪੌੜੀਆਂ 'ਚ ਰੱਖੀ ਹੋਈ ਸੀ, ਹੁਣ ਲੋਕੀ ਬਹੁਤ ਜਾਂਦੇ ਆ ਨਾ, ਤੇ ਹੁਣ ਸਾਹਮਣੇ ਇੱਕ ਛੋਟੀ ਜਿਹੀ ਜਗ੍ਹਾ ਬਣਾ ਕੇ ਉੱਥੇ ਫਿਰ ਮੂਰਤੀ ਰੱਖ ਦਿੱਤੀ ਹੈ। ਮੰਦਰ ਵਿੱਚ ਅੱਜ ਵੀ ਥਾਂ ਕੋਈ ਨਹੀਂ ਨਾਮਦੇਵ ਜੀ ਨੂੰ। ਆਖੋ ਸਾਧਨਾ। ਪਰ ਸਦਕੇ ਜਾਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਜਿਨ੍ਹਾਂ ਨਾਮਦੇਵ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। ਉਹ ਜਦੋਂ ਵੀ ਆਪਾਂ ਵਰਲਡ ਵਿੱਚ ਕਿਧਰ ਵੀ ਬੈਠੇ, ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ, ਇਸ ਭਗਤ ਨਾਮਦੇਵ ਨੂੰ ਵੀ ਮੱਥਾ ਟੇਕਦੇ ਆ। ਆਖੋ ਸਾਧਨਾ। ਭਗਤ ਰਵਿਦਾਸ ਚਿਤੌੜ ਗਏ, ਪੰਗਤਾਂ ਲੱਗੀਆਂ ਹੋਈਆਂ ਤੇ ਚਿਤੌੜ ਦਾ ਰਾਣਾ ਤੇ ਰਾਣੀ ਝਾਲਾਂ ਬਾਈ, ਇਹ ਕਥਾ ਆਪ ਜੀ ਨੇ ਸੁਣੀ ਹੈ। ਚਿਰ ਪਿਆ ਦਰਸ਼ਨ ਦੇਖੇ, ਕੈਸਟ ਕੱਢੀ ਸੀ ਬਹੁਤ ਸਾਲ ਪਹਿਲਾਂ, ਥੋੜਾ ਜਿਹਾ ਅੰਸ ਲੈਣਾ ਹੈ ਸਤਿਗੁਰ ਦੀ ਮਹਾਨਤਾ ਦਾ ਪਤਾ ਲੱਗੇ। ਚਿਤੌੜ ਦਾ ਰਾਣਾ ਰਾਜਪੂਤ ਹੈ, ਉੱਚੀ ਜਾਤ ਦੇ, ਪੰਡਿਤ ਬੈਠੇ ਸਾਹਮਣੇ, ਪੰਗਤਾਂ ਲੱਗੀਆਂ, ਰਾਣੀ ਝਾਲਾਂ ਬਾਈ ਤੇ ਰਾਣਾ ਭਗਤ ਰਵਿਦਾਸ ਨੂੰ ਜਿਸ ਵੇਲੇ ਲੈ ਕੇ ਆਏ ਤੇ ਰੌਲਾ ਪੈ ਗਿਆ। ਪੰਡਿਤਾਂ ਨੇ ਕਿਹਾ, ਜਾਤ ਦਾ ਚਮਾਰ ਸਾਡੇ ਨਾਲ ਬੈਠੇਗਾ, ਅਸੀਂ ਲੰਗਰ ਨਹੀਂ ਛਕਣਾ। ਝਾਲਾਂ ਬਾਈ ਨੇ ਕਿਹਾ, ਰਵਿਦਾਸ ਜੀ ਮੇਰੇ ਗੁਰੂ ਨੇ। ਪੰਡਿਤ ਕਹਿਣ ਲੱਗੇ, ਤੁਹਾਡੇ ਹੋ ਸਕਦੇ ਆ, ਸਾਡੇ ਨਹੀਂ। ਜੇ ਇਹ ਚਮਾਰ ਨੀਵੀਂ ਜਾਤ ਦਾ ਭਗਤ ਬੈਠੇਗਾ, ਅਸੀਂ ਨਹੀਂ ਬਹਿਣਾ। ਰੌਲਾ ਪੈ ਗਿਆ ਤੇ ਭਗਤ ਰਵਿਦਾਸ ਜੀ ਨੂੰ ਪੰਗਤ ਵਿੱਚ ਉੱਠਣਾ ਪਿਆ। ਆਖੋ ਸਤਨਾ। ਕਮਰੇ 'ਚ ਆ ਗਏ, ਉਹਨਾਂ ਨੂੰ ਕੁਝ ਨਹੀਂ ਕਿਹਾ। ਦਾਸ ਨੇ ਕਿਹਾ ਨਾ, ਭਗਤਾਂ ਦਾ ਗਿਲਾ ਸ਼ਿਕਵਾ ਰੱਬ ਨਾਲ ਹੁੰਦਾ, ਦੁਨੀਆ ਨਾਲ ਨਹੀਂ। ਰਵਿਦਾਸ ਜੀ ਮਹਾਰਾਜ ਵੀ ਕਮਰੇ 'ਚ ਆ ਗਏ, ਬੂਹਾ ਬੰਦ ਕਰ ਲਿਆ ਤੇ ਰਾਜੇ ਤੇ ਰਾਣੀ ਨੂੰ ਕਿਹਾ, ਨਾ ਉੱਚੀ ਜਾਤ ਵਾਲਿਆਂ ਨੂੰ ਖਵਾਓ, ਕੋਈ ਗੱਲ ਨਹੀਂ। ਆਖੋ ਸਤਨਾ। ਮੈਂ ਤੇ ਨੀਵੀਂ ਜਾਤ ਦਾ ਫਿਰ ਖਾ ਲਾਂਗਾ, ਨਿਮਰਤਾ ਹੈ ਨਾ। ਤੇ ਕਮਰੇ ਦਾ ਬੂਹਾ ਬੰਦ ਕਰਕੇ ਉੱਥੇ ਸ਼ਬਦ ਉਚਾਰਿਆ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਬਾਂਧੀ,
ਮੈਂ ਤੇ ਕਦੀ ਨਹੀਂ ਕਿਹਾ ਮੈਂ ਬੜਾ ਉੱਚਾ, ਮੇਰਾ ਤੇ ਬਹਿਣਾ ਉੱਠਣਾ ਵੀ ਨੀਵਿਆਂ ਨਾਲ, ਮੈਂ ਤੇ ਬੈਠਦਾ ਵੀ ਨੀਵਿਆਂ ਨਾਲ, ਖਾਂਦਾ ਵੀ ਉੱਥੇ ਬਹਿ ਕੇ ਜਿੱਥੇ ਜੁੱਤੀਆਂ ਗੰਢਦਾ ਆਖੋ ਸਾਧਨਾ। ਪਰ ਇੱਕ ਗੱਲ ਹੈ, ਰਾਮ ਗੁਸਈਆਂ, ਸਾਰੇ ਜਪੋ, ਰਾਮ ਗੁਸਈਆਂ ਜੀ ਕੇ ਜੀਵਨ ਮੋਹੇ ਨਾ ਵਿਸਾਰੋ। ਨਾਮ ਜਪਤ ਸਭ ਮਿਟਿਓ ਅੰਧੇਸਾ, ਰਾਮ ਜਨਮੋ ਰਾਮ ਭਰੋਸਾ, ਰਾਮ ਜਨਮੋ ਰਾਮ ਭਰੋਸਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ। ਥੋੜ੍ਹਾ ਹੁਣ ਸੰਖੇਪ ਕਰਨਾ ਪਏਗਾ, ਕੋਈ 15 ਮਿੰਟ ਨੇ ਆਪਣੇ ਕੋਲ, ਵਿੱਚ ਫੁੱਲਾਂ ਦੀ ਵਰਖਾ ਵੀ ਕਰਨੀ ਆਪਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਈ ਤੇ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਕਰਨਾ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਲਿਖੀ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚਵਰ ਚਲਾ ਰਹੇ ਨੇ, ਆਖੋ ਸਾਧਨਾ। ਹਜ਼ਾਰਾਂ ਸੰਗਤਾਂ ਖੜੀਆਂ ਦੋਨੋਂ ਪਾਸੇ। ਰਾਮਸਰ ਗੁਰਦੁਆਰਾ ਸ਼ਹੀਦਾਂ ਦੇ ਕੋਲ ਹੈ ਅੰਮ੍ਰਿਤਸਰ ਸਾਹਿਬ, ਇੱਥੋਂ ਆਦਿ ਗ੍ਰੰਥ ਕਿਹਾ ਜਾਂਦਾ ਸੀ ਉਸ ਵੇਲੇ। ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਚੱਲੇ ਹਰਿਮੰਦਰ ਸਾਹਿਬ। ਦੋਨੋਂ ਪਾਸੇ ਸੰਗਤਾਂ ਖਲੋਤੀਆਂ ਫੁੱਲਾਂ ਦੀ ਵਰਖਾ ਕਰਦੀਆਂ ਨੇ। ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਤੇ ਪਹਿਲੇ ਗ੍ਰੰਥੀ ਬਣੇ ਧੰਨ ਬਾਬਾ ਬੁੱਢਾ ਜੀ, ਆਖੋ ਸਾਧਨਾ, ਜੀਵਨ ਵਾਲੇ ਬ੍ਰਹਮ ਗਿਆਨੀ। ਇਸ ਨੂੰ ਆਪਾਂ ਕਹਿੰਦੇ ਹਾਂ ਪਹਿਲਾ ਪ੍ਰਕਾਸ਼ ਦਿਵਸ, ਆਖੋ ਸਾਧਨਾ। ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਅੰਦਰ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਹੁਣ ਇਹ ਖਬਰ ਜਿਹੜੇ ਗੁਰੂ ਘਰ ਦੇ ਦੁਸ਼ਮਣ ਨੇ ਉਹਨਾਂ ਨੂੰ ਚੰਗੀ ਨਾ ਲੱਗੀ, ਉਹਨਾਂ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਐਸਾ ਗ੍ਰੰਥ ਤਿਆਰ ਕੀਤਾ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਮਾੜਾ ਲਿਖਿਆ। ਹੁਣ ਅਕਬਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ ਨਾ, ਇਹਨੂੰ ਅਚਲ ਬਟਾਲੇ ਭੇਜੋ, ਮੈਂ ਉੱਥੇ ਆ ਰਿਹਾ, ਮੈਂ ਦੇਖਣਾ ਚਾਹੁੰਦਾ, ਸੁਣਨਾ ਚਾਹੁੰਦਾ ਇਹਦੇ 'ਚ ਕੀ ਲਿਖਿਆ। ਤੇ ਜਿਹੜੇ ਚੁਗਲੀ ਕਰਨ ਗਏ ਸੀ ਉਹਨਾਂ ਨੂੰ ਕਿਹਾ ਪਹਿਲਾਂ ਮੈਂ ਦੇਖਾਂਗਾ, ਸੁਣਾਂਗਾ, ਫਿਰ ਦੱਸਾਂਗਾ ਇਹ ਗ੍ਰੰਥ ਰਹਿਣ ਦੇਣਾ ਕਿ ਇਹਦੇ 'ਤੇ ਪਾਬੰਦੀ ਲਗਾਉਣੀ ਹੈ। ਹੁਣ ਇਹ ਸੁਣਿਆ ਅੰਮ੍ਰਿਤਸਰ ਸਾਹਿਬ ਪਹੁੰਚਿਆ, ਜਿਹੜੇ ਕਮਜ਼ੋਰ ਮਨਾਂ ਵਾਲੇ ਸਨ ਥੋੜ੍ਹੇ ਘਬਰਾ ਗਏ, ਮਹਾਰਾਜ ਕੀ ਹੋਏਗਾ, ਹਿੰਦੁਸਤਾਨ ਦੇ ਬਾਦਸ਼ਾਹ ਦਾ ਸੁਣਿਆ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਮੁਸਕਰਾਏ ਨਾ, ਚਿਹਰਾ ਹੋਰ ਨੂਰੀ ਨੂਰ ਹੋ ਗਿਆ, ਆਖੋ ਸਤਨਾ, ਤੇ ਮੁਸਕਰਾ ਕੇ ਕਹਿਣ ਲੱਗੇ ਵਾਹੋ ਵਾਹੋ ਬਾਣੀ ਨਿਰੰਕਾਰ, ਆਖੋ ਸਤਨਾ, ਡਰਨ ਦੀ ਲੋੜ ਨਹੀਂ, ਸਮਾਂ ਆਇਆ। ਆਦਿ ਗ੍ਰੰਥ ਭਾਵ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਹਣੇ ਰੁਮਾਲਿਆਂ 'ਚ ਲਪੇਟ ਕੇ ਪੀੜਾ ਸਾਹਿਬ 'ਤੇ ਰੱਖਿਆ, ਵਿਛਾਈ ਕੀਤੀ ਉੱਪਰ ਵੀ ਰੁਮਾਲੇ, ਤੇ ਸਿੱਖ ਸੰਗਤਾਂ ਸ਼ਬਦ ਪੜ੍ਹਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਈਆਂ। ਰਸਤੇ 'ਚ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸੰਗਤਾਂ ਰਲਦੀਆਂ ਗਈਆਂ, ਇੱਕ ਭਾਰੇ ਨਗਰ ਕੀਰਤਨ ਦੇ ਰੂਪ ਵਿੱਚ ਸਤਿਗੁਰਾਂ ਦਾ ਸਰੂਪ ਅਚਲ ਬਟਾਲੇ ਪਹੁੰਚਿਆ। ਅਚਲ ਬਟਾਲਾ ਗੁਰੂ ਨਾਨਕ ਸਾਹਿਬ ਦੇ
ਸਹੁਰਿਆਂ ਦਾ ਪਿੰਡ ਆਖੋ ਸਾਧਨਾ ਨਾਲ। ਚਲੋ ਇਹ ਵੀ ਕਹਿ ਦਈਏ ਗੁਰਦੁਆਰਾ ਬੇਬੇ ਨਾਨਕੀ ਬਰਮਿੰਗਮ, ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਦੇ ਨਾਂ ਤੇ ਬਣਿਆ ਹੋਇਆ, ਆਖੋ ਸਾਧਨਾ। ਉਹ ਵਿਆਹ ਦਾ ਬੜਾ ਚਾਅ ਸੀ ਬੇਬੇ ਨਾਨਕੀ ਨੂੰ, ਜਿਸ ਵੇਲੇ ਆਪਣੇ ਵੀਰ ਦੀ ਜੰਜ ਲੈ ਕੇ ਗਏ ਸਨ ਅਚਲ ਬਟਾਲਾ। ਉਹ ਵੀ ਦਿਨ ਆਪਾਂ ਮਨਾਉਂਦੇ ਹੁੰਦੇ ਹਾਂ, ਵਧਾਈਆਂ ਹੋਣ। ਅਚਲ ਬਟਾਲੇ ਸੋਹਣੀ ਸਫਾਈ ਕਰਕੇ ਵਛਾਈ ਕੀਤੀ ਗਈ, ਸਫਾਈ ਕੀਤੀ, ਸੋਹਣੀ ਵਛਾਈ ਕਰ ਦਿੱਤੀ। ਉੱਚੀ ਜਗ੍ਹਾ ਪੀੜਾ ਸਾਹਿਬ, ਉੱਪਰ ਵੀ ਰੁਮਾਲੇ, ਉੱਪਰ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉੱਪਰ ਵੀ ਰੁਮਾਲੇ। ਇੱਕ ਸਿੱਖ ਤਾਬਿਆ ਬੈਠਾ, ਇੱਕ ਸਿੱਖ ਖੜਾ ਹੋ ਕੇ ਚਵਰ ਚਲਾ ਰਿਹਾ, ਤੇ ਸਾਹਮਣੇ ਆਪ ਵਰਗੀਆਂ ਸੰਗਤਾਂ ਚੌਂਕੜੇ ਮਾਰ ਕੇ ਬੈਠੀਆਂ, ਹੱਥ ਜੋੜ ਕੇ, ਤੇ ਕੀਰਤਨ ਹੋ ਰਿਹਾ। ਅਕਬਰ ਬਾਦਸ਼ਾਹ ਨੂੰ ਸੁਨੇਹਾ ਭੇਜਿਆ ਕਿ ਆਦਿ ਗ੍ਰੰਥ, ਉਸ ਵੇਲੇ ਕਹਿੰਦੇ ਸਨ ਤਾਂ ਦਾਸ ਨਾਲ, ਇਹ ਕਹਿੰਦਾ ਆਦਿ ਗ੍ਰੰਥ ਭਾਵ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਗਿਆ। ਜਿੱਥੇ ਤੱਕ ਨਜ਼ਰ ਜਾਂਦੀ ਹੈ ਨਾ ਸਾਧ ਸੰਗਤ, ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ ਸੀ, ਹਜ਼ਾਰਾਂ ਮੁਗਲ ਸਿਪਾਹੀ, ਸ਼ਾਹੀ ਤੰਬੂ ਲੱਗੇ, ਹਾਥੀ ਘੋੜੇ, ਉਹਦੇ ਵਜ਼ੀਰ ਮੰਤਰੀ ਦਰਬਾਰੀ ਸਾਰੇ ਨਾਲ। ਅਕਬਰ ਬਾਦਸ਼ਾਹ ਹੈ ਤੇ ਮੁਗਲ ਬਾਦਸ਼ਾਹ ਮੁਸਲਮਾਨ, ਪਰ ਇਹ ਗੁਰੂ ਘਰ ਪਹਿਲਾਂ ਆ ਚੁੱਕਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ, ਇਸ ਕਰਕੇ ਨੰਗੇ ਪੈਰ ਚੱਲ ਕੇ ਆਇਆ। ਆਖੋ ਸਾਧਨਾ, ਨੰਗੇ ਪੈਰ, ਇੱਕ ਮੁਗਲ ਬਾਦਸ਼ਾਹ ਨੰਗੇ ਪੈਰ ਚੱਲ ਕੇ ਆਇਆ, ਬੁਰਾ ਨਾ ਮੰਨਣਾ। ਥੋੜ੍ਹਾ ਜਿਹਾ ਜ਼ਰੂਰ ਆਪਾਂ ਮਨ ਨੂੰ ਸਮਝਾਈਏ, ਅਸੀਂ ਤਾਂ ਲੰਗਰ 'ਚ ਵੀ ਕਈ ਵਾਰ ਜੁੱਤੀਆਂ ਪਾ ਕੇ ਬੈਠਦੇ ਹਾਂ ਲੰਗਰ ਛਕਣ ਵਾਸਤੇ। ਨਹੀਂ, ਲੰਗਰ ਜਿਹੜਾ ਗੁਰੂ ਨਾਨਕ ਦਾ, ਆਖੋ ਸਾਧਨਾ ਹੋ ਸਹੀ, ਜਿਤਨਾ ਸਤਿਕਾਰ ਕਰਾਂਗੇ ਉਨੀ ਗੁਰੂ ਦੀ ਖੁਸ਼ੀ ਮਿਲੇਗੀ। ਇੱਕ ਮੁਗਲ ਬਾਦਸ਼ਾਹ ਨੰਗੇ ਪੈਰ ਆਇਆ, ਜਿਸ ਵੇਲੇ ਦਰਬਾਰ 'ਚ ਦਾਖਲ ਹੋਇਆ ਨਾ, ਤੇ ਕੀ ਦੇਖਦਾ, ਮੰਤਰੀ ਵੀ ਨਾਲ ਨੇ ਬਾਦਸ਼ਾਹ ਦੇ, ਉਹਦਾ ਸੈਨਾਪਤੀ ਵੀ, ਕਿਉਂਕਿ ਬਾਦਸ਼ਾਹ ਹਿੰਦੁਸਤਾਨ ਦਾ, ਨਿੰਦਿਆ ਚੁਗਲੀ ਕਰਨ ਵਾਲੇ ਵੀ ਨਾਲ ਨੇ। ਔਰ ਕਮਾਲ ਦੀ ਗੱਲ, ਅਕਬਰ ਬਾਦਸ਼ਾਹ ਸਿਆਣਾ ਬਹੁਤ ਸੀ, ਨਾਲ ਦੇਖਦਾ ਇੱਕ ਪੰਡਿਤ ਹੈ ਜਿਹਦੇ ਹੱਥ ਵਿੱਚ ਗੀਤਾ, ਇੱਕ ਕਾਜੀ ਹੈ ਜਿਹਦੇ ਕੱਛ ਵਿੱਚ ਕੁਰਾਨ ਸ਼ਰੀਫ ਹੈ। ਸਾਹਮਣੇ ਅਕਬਰ ਬਾਦਸ਼ਾਹ ਦੇਖਦਾ ਸੁੰਦਰ ਵਿਛਾਈ ਹੈ, ਫਿਰ ਪੀੜਾ ਸਾਹਿਬ ਹੈ, ਫਿਰ ਉੱਪਰ ਪ੍ਰਕਾਸ਼, ਪੀੜਾ ਸਾਹਿਬ ਦੇ ਉੱਪਰ, ਫਿਰ ਉੱਪਰ ਰੁਮਾਲੇ, ਇੱਕ ਸਿੱਖ ਤਾਬਿਆ ਬੈਠਾ ਇੱਕ ਚਵਰ ਚਲਾ ਰਿਹਾ। ਪਹਿਲਾਂ ਤਾਂ ਦੇਖ ਕੇ ਹੀ ਸਿਰ ਝੁਕਾ ਦਿੱਤਾ, ਆਖੋ ਸਾਧਨਾ। ਅਕਬਰ ਬਾਦਸ਼ਾਹ ਕਹਿਣ ਲੱਗਾ, ਅਗਰ ਕਿਸੇ ਧਾਰਮਿਕ ਗ੍ਰੰਥ ਦਾ ਸਤਿਕਾਰ ਹੈ ਤਾਂ ਇਸ ਆਦਿ ਗ੍ਰੰਥ ਭਾਵ ਗੁਰੂ ਗ੍ਰੰਥ ਸਾਹਿਬ ਦਾ। ਆਖੋ ਸਾਧਨਾ। ਅਕਬਰ ਕਹਿਣ ਲੱਗਾ, ਅਕਬਰ ਬਾਦਸ਼ਾਹ ਕਹਿਣ ਲੱਗਾ ਕਿ ਗੀਤਾ ਹਿੰਦੂਆਂ ਦਾ ਧਾਰਮਿਕ ਗ੍ਰੰਥ ਹੈ, ਪਰ ਪੰਡਿਤ ਨੇ ਉਹ ਪਕੜਿਆ ਜਿਵੇਂ ਆਮ ਕਿਤਾਬ ਹੋਵੇ। ਹੁਣ ਕੁਰਾਨ ਸ਼ਰੀਫ ਵੀ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ, ਪਰ ਮੁੱਲਾ ਨੇ ਕੱਛ 'ਚ ਲਈ ਹੋਈ ਜਿਵੇਂ ਆਮ ਕਿਤਾਬ ਹੈ। ਸਤਿਕਾਰ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਆਖੋ ਸਾਧਨਾ। ਸਾਹਮਣੇ ਆਇਆ, ਸੰਗਤ ਬੈਠੀ ਜਿਵੇਂ ਆ ਬੈਠੇ ਹੋ, ਤੇ ਅਕਬਰ ਸਾਹਮਣੇ ਆ ਕੇ ਬੈਠਾ। ਇਹਦਾ ਸੁਭਾਅ ਸੀ ਗੋਡੇ ਨੀਵੇਂ ਕਰਕੇ ਬੈਠਦਾ ਸੀ, ਪਿੱਛੇ ਇਹਦੇ ਮੰਤਰੀ ਵਜ਼ੀਰ ਬੈਠ ਗਏ, ਨਿੰਦਿਆ ਚੁਗਲੀ ਵਾਲੇ ਵੀ। ਹੁਣ ਜਿਹੜੇ ਨਿੰਦਿਆ ਚੁਗਲੀ ਕਰਦੇ ਸੀ ਨਾ, ਉਹਨਾਂ ਦੇਖਿਆ ਅਕਬਰ ਤੇ ਬੜੀ ਸ਼ਰਧਾ ਨਾਲ ਬਹਿ ਗਿਆ।
ਉਹਨਾਂ ਵਿੱਚੋਂ ਇੱਕ ਨੇ ਅਕਬਰ ਨੂੰ ਕਿਹਾ, ਬਾਦਸ਼ਾਹ ਸਲਾਮਤ, ਜਿਹਦੇ ਅੱਗੇ ਇੰਨੀ ਸ਼ਰਧਾ ਨਾਲ ਬੈਠੇ ਹੋ ਨਾ, ਇਸੇ ਗ੍ਰੰਥ ਵਿੱਚ ਤੇ ਸਾਰੇ ਧਰਮਾਂ ਨੂੰ ਮਾੜਾ ਲਿਖਿਆ। ਹੁਣ ਅਕਬਰ ਬਾਦਸ਼ਾਹ ਕਹਿ ਸਕਦਾ ਸੀ, ਹੁਕਮ ਕਰ ਸਕਦਾ ਸੀ, ਸੁਣਾਓ ਜੀ ਕੀ ਲਿਖਿਆ, ਨਹੀਂ, ਉਹ ਸ਼ਰਧਾ ਨਾਲ ਆਇਆ। ਆਖੋ ਸਾਥਣਾ, ਜਿਨ੍ਹਾਂ ਨੂੰ ਅੱਜ ਵੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਨਾ, ਇਹ ਕਥਾ ਕਹਾਣੀਆਂ ਕੇਵਲ ਸੁਣਨ ਸੁਣਾਉਣ ਵਾਸਤੇ ਨਹੀਂ, ਇਹ ਸਿੱਖਿਆ ਵਾਸਤੇ ਤੇ ਗੁਰੂ ਤੇ ਅਤੁੱਟ ਸ਼ਰਧਾ ਬਣੇ ਇਸ ਵਾਸਤੇ। ਆਖੋ ਸਾਥਣਾ, ਅਕਬਰ ਬਾਦਸ਼ਾਹ ਨੇ ਕਿਹਾ, ਮੈਨੂੰ ਪੜ੍ਹ ਕੇ ਸੁਣਾਓ ਇਸ ਇਲਾਹੀ ਬਾਣੀ ਵਿੱਚ ਕੀ ਲਿਖਿਆ ਹੋਇਆ। ਉਹ ਸੁਣਨਾ ਚਾਹੁੰਦਾ, ਵਾਕਈ ਮਾੜਾ ਲਿਖਿਆ ਸਾਰੇ ਧਰਮਾਂ ਨੂੰ। ਤਾਬਿਆ ਬੈਠੇ ਸਿੱਖ ਨੇ ਬੰਦਨਾ ਕਰਕੇ ਰੁਮਾਲਾ ਉਤਾਰਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਅੰਗ ਪਰਤਾਏ, ਅੰਗ ਹੋ ਸਕਦਾ ਬੱਚਿਆਂ ਨੂੰ ਪਤਾ ਨਾ ਲੱਗੇ, ਪੰਨੇ ਪਰ ਆਪਾਂ ਅੰਗ ਕਹਿੰਦੇ ਹਾਂ, ਕੁਝ ਅੰਗ ਪਰਤਾਏ ਤੇ ਪਹਿਲਾ ਇਤਿਹਾਸਕ ਹੁਕਮਨਾਮਾ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹੜਾ ਬਖਸ਼ਿਆ, ਆਓ ਪਹਿਲਾਂ ਇੱਕ ਵਾਰੀ ਕਰੋ ਰਸਨਾ, ਫਿਰ ਸਾਰੇ ਜਪਿਓ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਧੇਸਾ, ਨਾਮ ਜਪਤ ਸਭ ਮਿਟਿਓ ਅੰਧੇਸਾ, ਰਾਮ ਜਨਾ ਰਾਮ ਭਰੋਸਾ। ਪਹਿਲਾ ਹੁਕਮਨਾਮਾ ਕਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਬਖਸ਼ਿਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਈਆ ਕੋਈ ਅਲਾ। ਸਮਾਂ ਘੱਟ ਹੈ, ਪੂਰਾ ਸ਼ਬਦ ਨਹੀਂ ਪੜ੍ਹ ਸਕਦੇ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੇ ਗੁਸਈਆ ਕੋਈ ਅਲਾਏ, ਇਹ ਵਾਹਿਗੁਰੂ ਦੇ ਕਹਿ ਤੇਰੇ ਨਾਮ ਕਹੀ। ਕੋਈ ਅੱਲਾ ਕਹਿ ਕੇ ਯਾਦ ਕਰਦਾ ਹੈ, ਕੋਈ ਰਾਮ ਕੋਈ ਖੁਦਾ, ਕੋਈ ਗੋਬਿੰਦ ਕੋਈ ਮਾਧੋ, ਕੋਈ ਮੁਰਾਰੀ ਕੋਈ ਵਾਹਿਗੁਰੂ, ਤੂੰ ਇੱਕ ਹੈ ਤੇਰੇ ਨਾਮ ਕਹੀ। ਜਿਸਲੇ ਸ਼ਬਦ ਸੁਣਿਆ ਨਾ, ਜਪੋ ਸਾਰੇ, ਕੋਈ ਬੋਲੇ ਰਾਮ ਰਾਮ ਕੋਈ ਖੁਦਾ। ਤੇ ਮੁਸਲਮਾਨਾਂ ਦਾ ਜਿਹੜਾ ਸੁਭਾਅ ਹੈ, ਅਕਬਰ ਬਾਦਸ਼ਾਹ ਨੇ ਦੋਨੋਂ ਹੱਥ ਉੱਪਰ ਕੀਤੇ, ਕਹਿਣ ਲੱਗਾ ਹੈ ਸੁਭਾਨ ਅੱਲਾ। ਇਹ ਬਾਣੀ ਨਫ਼ਰਤ ਨਹੀਂ ਫੈਲਾਉਂਦੀ, ਸ਼ਬਦ ਸੁਣਿਆ ਇਉਂ ਲੱਗਾ ਜਿਵੇਂ ਅੱਲਾ ਤੇ ਰਾਮ ਇੱਕ ਰੂਪ ਹੋ ਕੇ ਇਸ ਗ੍ਰੰਥ 'ਚ ਬੈਠੇ ਨੇ। ਆਖੋ ਸਾਧਨਾ, ਤੇ ਨਿੰਦਿਆ ਚੁਗਲੀ ਕਰਨ ਵਾਲੇ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਦੂਸਰੀ ਜਗ੍ਹਾ ਤੋਂ ਵੀ ਪੜ੍ਹਾ ਕੇ ਦੇਖੋ, ਹੋ ਸਕਦਾ ਜਿੱਥੇ ਇਹਨਾਂ ਨੇ ਚੰਗਾ ਚੰਗਾ ਲਿਖਿਆ ਹੋਵੇ ਉੱਥੇ ਨਿਸ਼ਾਨੀਆਂ ਰੱਖੀਆਂ ਹੋਣ, ਜਦੋਂ ਕਹਿ ਗਏ ਤੂੰ ਸੁਣਾ ਦਿਆਂਗੇ। ਆਖੋ ਸਾਧਨਾ, ਅਕਬਰ ਬਾਦਸ਼ਾਹ ਨੇ ਫਿਰ ਬੇਨਤੀ ਕੀਤੀ, ਇੱਕ ਵਾਰੀ ਹੋਰ ਸੁਣਾਓ। ਤਾਬਿਆ ਬੈਠੇ ਸਿੱਖ ਨੇ ਫਿਰ ਰੁਮਾਲਾ ਉਤਾਰਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਅੰਗ ਪਰਤਾਏ ਤੇ ਦੂਸਰਾ ਇਤਿਹਾਸਕ ਹੁਕਮਨਾਮਾ ਕਿਹੜਾ ਬਖਸ਼ਿਆ ਮੇਰੇ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ। ਖਾਕ ਨੂਰ ਕਰਦੰਗ ਆਲਮ ਦੁਨਿਆਏ, ਖਾਕ ਮਿੱਟੀ ਨੂੰ ਕਹਿੰਦੇ, ਮਿੱਟੀ ਵਿੱਚ ਨੂਰ ਪਾ ਕੇ ਉਸ ਖੁਦਾ ਨੇ
ਤੁਹਾਡੀ ਮਰਜ਼ੀ, ਹਰੀ ਕਹਿ ਲਓ, ਵਾਹਿਗੁਰੂ ਕਹਿ ਲਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਖੁਦਾ ਨੇ ਮਿੱਟੀ 'ਚ ਨੂਰ ਪਾ ਕੇ ਨਾ ਆਪਣਾ ਇਹ ਦੁਨੀਆ ਬਣਾ ਦਿੱਤੀ। ਖੰਡ ਬ੍ਰਹਿਮੰਡ, ਪਸ਼ੂ ਪੰਛੀ, ਕੀੜੇ ਮਕੌੜੇ, ਇਹ ਚਲਦੀ ਹਵਾ, ਇਹ ਡਿੱਗਦੇ ਹੋਏ ਝਰਨੇ, ਇਹ ਪੇੜ ਪੌਦੇ, ਜੋ ਵੀ ਹੈ ਉਸ ਖੁਦਾ ਦਾ ਬਣਾਇਆ ਹੋਇਆ, ਉਸ ਵਾਹਿਗੁਰੂ ਦਾ। ਇਸ ਕਰਕੇ ਬੰਦਿਆ, ਉਹਨੂੰ ਭੁੱਲਣਾ, ਆਖੋ ਸਤਨਾਮ। ਜੋ ਦਿਖਦਾ ਹੈ ਨਾ, ਇੱਕ ਦਿਨ ਖਤਮ ਵੀ ਹੋਵੇਗਾ, ਪਰ ਉਹ ਖੁਦਾ, ਉਹ ਹਰੀ, ਉਹ ਵਾਹਿਗੁਰੂ ਰਹੇਗਾ। ਅਤੇ ਅਕਬਰ ਬਾਦਸ਼ਾਹ ਫਿਰ ਦੋਨੋਂ ਹੱਥ ਉੱਪਰ ਕੀਤੇ, ਕਹਿਣ ਲੱਗਾ, ਯਾ ਖੁਦਾ, ਇਹ ਬਾਣੀ ਤੋੜਦੀ ਨਹੀਂ, ਇਹ ਤੇ ਤੇਰੇ ਨਾਲ ਜੋੜਦੀ ਹੈ। ਤੇ ਨਿੰਦਿਆ ਚੁਗਲੀ ਕਰਨ ਵਾਲੇ ਕਹਿਣ ਲੱਗੇ, ਬੁਰਾ ਲੱਭਦਾ ਹੀ ਕੁਝ ਨਹੀਂ ਪਿਆ, ਬਾਦਸ਼ਾਹ ਨੂੰ ਗੁੱਸਾ ਹੀ ਨਹੀਂ ਆ ਰਿਹਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਕਹਿਣ ਲੱਗਾ, ਬਾਦਸ਼ਾਹ ਸਲਾਮਤ ਆਪਣੀ ਵੀ ਤਸੱਲੀ ਕਰ ਲਓ, ਹੋ ਸਕਦਾ ਇਹਨਾਂ ਦੋ ਚਾਰ ਜਗ੍ਹਾ ਨਿਸ਼ਾਨੀਆਂ ਰੱਖੀਆਂ ਹੋਣ ਜਿੱਥੇ ਚੰਗਾ ਚੰਗਾ ਲਿਖਿਆ ਸੁਣਾਈ ਜਾਵਾਂਗੇ। ਅਕਬਰ ਬਾਦਸ਼ਾਹ ਉੱਠਿਆ, ਉਹ ਜਿਹਨਾਂ ਨੂੰ ਵੀ ਅੱਜ ਵੀ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਨਹੀਂ ਨਾ, ਦੇਖੋ ਜੋ ਮਨ ਦੀ ਇੱਛਾ ਹੈ ਨਾ, ਅਰਦਾਸ ਕਰਿਓ, ਉਹ ਹੁਕਮਨਾਮਾ ਆਵੇਗਾ। ਅਕਬਰ ਬਾਦਸ਼ਾਹ ਉੱਠਿਆ, ਬੜੇ ਸਤਿਕਾਰ ਨਾਲ ਕੁਝ ਆਦਿ ਗ੍ਰੰਥ ਦੇ ਅੰਗ ਪਰਤਾਏ, ਉਂਗਲ ਦਾ ਇਸ਼ਾਰਾ ਕੀਤਾ, ਇੱਥੇ ਕੀ ਲਿਖਿਆ ਇੱਥੋਂ ਸੁਣਾਓ, ਕਿਉਂਕਿ ਚੁਗਲੀ ਕਰਨ ਵਾਲੇ ਨੇ ਕਿਹਾ ਸੀ ਮੁਸਲਮਾਨਾਂ ਨੂੰ ਤਾਂ ਬਹੁਤ ਹੀ ਮਾੜਾ ਲਿਖਿਆ ਹੋਇਆ। ਹੁਣ ਬਾਦਸ਼ਾਹ ਜਾਣਨਾ ਚਾਹੁੰਦਾ ਕਿ ਸੱਚਮੁੱਚ ਮਾੜਾ ਲਿਖਿਆ, ਤੇ ਤੀਸਰਾ ਹੁਕਮਨਾਮਾ ਕਿਹੜਾ ਬਖਸ਼ਿਆ। ਅੱਲੇ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈਖਾਕ ਫਕੀਰ ਮੁਸਾਫਿਰ, ਇਹੋ ਦਰਵੇਸ਼ ਕਬੂਲ ਦਰਾ। ਇਹ ਬੰਦਿਆ, ਤੇਰੇ 'ਚ ਖੁਦਾ ਦਾ ਨੂਰ ਹੈ, ਫਿਰ ਉਹਦੀ ਅੰਸ਼ੀ ਹੋਇਆ ਨਾ, ਆਖੋ ਸਤਨਾਮ। ਉਹ ਵਾਹਿਗੁਰੂ ਦੀ ਉਸ ਹਰੀ ਦੀ ਜੋਤ ਹੈ ਤੇਰੇ ਅੰਦਰ, ਤੇ ਜਿਹੜੇ ਉਹਦੇ ਸਿਮਰਨ ਵਿੱਚ ਲੱਗੇ ਨੇ ਨਾ, ਉਹਨਾਂ ਦੇ ਪੈਰਾਂ ਦੀ ਖਾਕ ਹੋ ਜਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਇਸੇ ਸ਼ਬਦ 'ਚ ਹੈ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਐ ਮੁਸਲਮਾਨ, ਤੇਰਾ ਨਾਮ ਬੜਾ ਸੋਹਣਾ ਹੈ, ਪਿਆਰਾ, ਪਰ ਸੱਚਾ ਮੁਸਲਮਾਨ ਤਾਂ ਹੈ, ਕਮਰੇ 'ਚ ਅੰਧੇਰਾ ਹੋਵੇ ਨਾ ਤੇ ਮੋਮਬੱਤੀ ਬਾਲੀਏ, ਮੋਮਬੱਤੀ ਆਪ ਸੜਦੀ ਹੈ, ਪਿਘਲਦੀ ਹੈ, ਪਰ ਸਾਨੂੰ ਰੋਸ਼ਨੀ ਦਿੰਦੀ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਉਚਾਰਨ ਕੀਤਾ ਸ਼ਬਦ ਹੈ, ਐ ਮੁਸਲਮਾਨ, ਕਿਸੇ ਨੂੰ ਦੁਖੀ ਦੇਖੇ ਨਾ ਤੇ ਮੋਮ ਦੀ ਤਰ੍ਹਾਂ ਤੇਰਾ ਦਿਲ ਪਿਘਲ ਜਾਵੇ, ਆਖੋ ਸਤਨਾਮ। ਤੂੰ ਆਪ ਭਾਵੇਂ ਦੁਖੀ ਹੋ ਜਾਈ, ਪਰ ਕਿਸੇ ਨੂੰ ਦੁੱਖ ਨਾ ਦੇਈ, ਆਪ ਦੁਖੀ ਹੋ ਭਾਵੇਂ ਪਰ ਦੂਸਰੇ ਨੂੰ ਸੁੱਖ ਦੇਈ, ਤਾਂ ਹੀ ਅੱਲਾ ਨੂੰ ਚੰਗਾ ਲੱਗੇਗਾ, ਆਖੋ ਸਤਨਾਮ। ਤੇ ਅਕਬਰ ਬਾਦਸ਼ਾਹ ਫਿਰ ਕਹਿੰਦਾ, ਯਾ ਖੁਦਾ, ਇਹ ਬਾਣੀ ਤੇ ਬੰਦੇ ਨੂੰ ਖੁਦਾ ਕਰਦੀ ਹੈ, ਆਖੋ ਸਤਨਾਮ, ਖੁਦਾ ਨਾਲ ਜੋੜਦੀ ਹੈ। ਹੁਣ ਚੁਗਲਖੋਰ ਨਿੰਦਕ ਕਹਿਣ ਲੱਗੇ, ਚਲੋ ਆਖਰੀ ਵਾਰੀ ਇੱਕ ਹਮਲਾ ਹੋਰ ਮਾਰ ਲਈਏ, ਸ਼ਾਇਦ ਕੁਝ ਲੱਭ ਹੀ ਪਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣਗੇ ਬਾਦਸ਼ਾਹ ਸਲਾਮਤ, ਇੱਕ ਵਾਰੀ ਹੋਰ ਪੜ੍ਹਾ ਕੇ ਦੇਖ ਲਓ, ਆਖਰੀ ਵਾਰੀ। ਤੇ ਅਕਬਰ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਮੂਰਖ ਤੇ ਹੈ ਨਹੀਂ, ਸਾਧ ਸੰਗਤ ਦੇਖਦਾ, ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਾਲਾ ਅਕਬਰ ਬਾਦਸ਼ਾਹ, ਤੇ ਨਾਲੇ ਕੀ ਕਹਿੰਦਾ, ਜਿਹੜੇ ਚੁਗਲਖੋਰ ਸਨ ਨਾ, ਨਿੰਦਿਆ ਚੁਗਲੀ ਕਰਦੇ ਪਏ ਨੇ ਗੁਰੂ ਘਰ ਦੇ ਦੁਖੀ। ਅਕਬਰ ਬਾਦਸ਼ਾਹ ਦੇਖਦਾ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਵੱਲ, ਪਰ ਜਵਾਬ ਉਹਨਾਂ ਨੂੰ ਦਿੰਦਾ, ਅਕਬਰ ਬਾਦਸ਼ਾਹ ਸਿਆਣਾ ਬੜਾ ਸੀ, ਮੂਰਖ ਤੇ ਹੈ ਨਹੀਂ ਨਾ, ਜਿਹੜਾ ਸਮਝਦਾ ਨਾ।
ਕਹਿਣ ਲੱਗਾ ਮੈਂ ਸਮਝ ਗਿਆ ਤੁਸੀਂ ਲੱਭਣਾ ਕੀ ਚਾਹੁੰਦੇ ਹੋ, ਆਖੋ ਸਾਤਨਾ ਮਾੜਾ ਲੱਭਣਾ ਚਾਹੁੰਦੇ ਹੋ, ਪਰ ਮੇਰੀ ਤਸੱਲੀ ਹੋ ਗਈ, ਇਹ ਗੁਰੂ ਨਾਨਕ ਦੀ ਬਾਣੀ ਹੈ, ਆਖੋ ਸਾਤਨਾ, ਇੱਥੇ ਕੁਝ ਵੀ ਮਾੜਾ ਨਹੀਂ। ਪਰ ਇੱਕ ਗੱਲ ਬੜੀ ਕਮਾਲ ਦੀ ਕਹਿ ਗਿਆ ਅਕਬਰ ਬਾਦਸ਼ਾਹ, ਕਹਿਣ ਲੱਗਾ ਮੈਂ ਫਿਰ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਕਰਕੇ ਇੱਕ ਸ਼ਬਦ ਹੋਰ ਸੁਣਾਂਗਾ, ਆਖੋ ਸਾਤਨਾ। ਫਿਰ ਤਾਬਿਆ ਬੈਠੇ ਸਿੱਖ ਨੂੰ ਕਿਹਾ ਇੱਕ ਵਾਰੀ ਇਹ ਇਲਾਹੀ ਬਾਣੀ ਫਿਰ ਸੁਣਾ ਦਿਓ। ਤੇ ਤਾਬਿਆ ਬੈਠੇ ਸਿੱਖ ਨੇ ਜਿਸ ਵੇਲੇ ਰੁਮਾਲਾ ਸਾਹਿਬ ਉਤਾਰਿਆ, ਕੁਝ ਅੰਗ ਫਿਰ ਪਰਤਾਏ, ਤੇ ਚੌਥਾ ਹੁਕਮਨਾਮਾ ਕਿਹੜਾ ਬਖਸ਼ਿਆ ਕਿ ਅਕਬਰ ਵਰਗਾ ਬਾਦਸ਼ਾਹ ਵੀ ਪਿਆਰ ਚਾ ਕੇ ਰੋਣ ਲੱਗ ਪਿਆ, ਆਖੋ ਸਾਤਨਾ। ਇਹ ਉਹ ਸ਼ਬਦ ਹੈ, ਅਕਸਰ ਆਪ ਜੀ ਵੀ ਬੜੇ ਪਿਆਰ ਨਾਲ ਪੜ੍ਹਦੇ ਹੋ, ਸੁਣਦੇ ਹੋ, ਸਾਰੇ ਜਪਿਓ ਦਾਸ ਨਾਲ। ਕਿਹੜਾ ਸ਼ਬਦ ਹੈ? ਅਵਲ ਅੱਲੇ ਨੂਰੇ ਪਾਇਆ ਕੁਦਰਤ ਕੇ ਸਭ ਮੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਲੇ ਕੋ ਮੰਦੇ। ਉਹ ਜਿਹੜਾ ਅੱਲਾ ਹੈ ਨਾ ਖੁਦਾ, ਉਹ ਜਿਹੜਾ ਰਾਮ ਹੈ, ਹਰੀ ਹੈ, ਨਾਰਾਇਣ ਹੈ, ਵਾਹਿਗੁਰੂ ਹੈ, ਗੌਡ ਹੈ, ਕਿੰਨੇ ਨਾਮਾਂ ਨਾਲ ਆਪਾਂ ਯਾਦ ਕਰਦੇ ਹਾਂ, ਉਹ ਤਾਂ ਇੱਕੋ ਹੀ ਹੈ। ਉਹਨੇ ਆਪਣਾ ਨੂਰ ਪਾ ਕੇ ਸਾਰੀ ਦੁਨੀਆ ਬਣਾਈ ਹੈ, ਆਖੋ ਸਾਤਨਾ। ਜਦ ਸਾਰੇ ਉਹਦੇ ਬਣਾਏ ਨੇ, ਫਿਰ ਨਫ਼ਰਤ ਕਿਹਦੇ ਨਾਲ ਕਰੀਏ, ਆਖੋ ਸਾਤਨਾ। ਸ਼ਬਦ ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਿਰ ਬਿਠਾਈ, ਭੁੱਲਿਓ ਨਾ ਦੁਨੀਆ ਚ ਰੱਬ ਤੇ ਰੱਬ ਚ ਦੁਨੀਆ ਵਸਦੀ ਹੈ, ਆਖੋ ਸਾਤਨਾ। ਜਦ ਉਹਦੇ ਹੀ ਬਣਾਏ ਨੇ ਸਾਰੇ, ਫਿਰ ਆਪਾਂ ਕਿਉਂ ਨਫ਼ਰਤ ਕਰਦੇ ਹਾਂ? ਮੁਸਲਮਾਨ ਵੀ ਉਹਦੇ, ਹਿੰਦੂ ਵੀ ਉਹਦੇ, ਈਸਾਈ ਵੀ ਉਹਦੇ, ਸਿੱਖ ਵੀ ਉਹਦੇ, ਤੇ ਸਤਿਗੁਰਾਂ ਦਾ ਉਪਦੇਸ਼ ਹੈ। ਜੇ ਕੋਈ ਰਾਮ ਕਹਿੰਦਾ ਨਾ, ਜਿੱਧਰ ਵੀ ਦੇਖੇ ਉਹਨੂੰ ਰਾਮ ਨਜ਼ਰ ਆਵੇ। ਜਿਹੜਾ ਖੁਦਾ ਕਹਿੰਦਾ, ਜਿੱਧਰ ਵੀ ਦੇਖੇ ਖੁਦਾ ਨਜ਼ਰ ਆਵੇ। ਜਿਹੜਾ ਵਾਹਿਗੁਰੂ ਕਹਿੰਦਾ, ਜਿੱਧਰ ਵੀ ਦੇਖੇ ਉਹਨੂੰ ਵਾਹਿਗੁਰੂ ਨਜ਼ਰ ਆਵੇ। ਫਿਰ ਕਿਹਦੇ ਨਾਲ ਕੋਈ ਲੜੇਗਾ? ਆਖੋ ਸਾਧਨਾ। ਜਿਹਨੂੰ ਮੰਨਦਾ ਉਹਨੂੰ ਹੀ ਤੇ ਸਾਰਿਆਂ ਚ ਦੇਖਦਾ। ਹੁਣ ਅਕਬਰ ਬਾਦਸ਼ਾਹ ਨੇ ਕਿਸੇ ਵੱਲ ਨਹੀਂ ਦੇਖਿਆ। 501 ਸੋਨੇ ਦੀ ਮੋਹਰ ਆਦਿ ਗ੍ਰੰਥ ਭਾਵ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਤੇ ਮੁਸਲਮਾਨਾਂ ਦਾ ਆਪਣਾ ਢੰਗ ਹੁੰਦਾ। ਅਕਬਰ ਬਾਦਸ਼ਾਹ ਨੇ ਬੜੀ ਸ਼ਰਧਾ ਨਾਲ ਕਿਹਾ ਸਿੱਖਾਂ ਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੇਰਾ ਸਲਾਮ ਕਹਿਣਾ, ਆਖੋ ਸਾਤਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੇਰਾ ਸਲਾਮ ਕਹਿਣਾ, ਕਹਿਣਾ ਮੈਂ ਦੀਨੇ ਇਲਾਹੀ ਧਰਮ ਚਲਾਉਣਾ ਚਾਹੁੰਦਾ ਸੀ ਜਿਹਦੇ ਚ ਸਾਰੇ ਬਰਾਬਰ ਹੋਣ, ਮੈਂ ਸੋਚਦਾ ਰਹਿ ਗਿਆ, ਪਰ ਗੁਰੂ ਅਰਜਨ ਦੇਵ ਜੀ ਨੇ ਕਰਕੇ ਦਿਖਾ ਦਿੱਤਾ, ਆਖੋ ਸਾਤਨਾ। ਜੋ ਕੋਈ ਮੁਸਲਮਾਨ ਪਿਆਰ ਨਾਲ ਬਾਣੀ ਪੜ੍ਹੇਗਾ, ਆਖੇਗਾ ਇਹ ਗੁਰੂ ਗ੍ਰੰਥ ਸਾਹਿਬ ਮੇਰਾ ਹੈ। ਜੋ ਕੋਈ ਹਿੰਦੂ ਪਿਆਰ ਨਾਲ ਪੜ੍ਹੇਗਾ, ਉਹ ਆਖੇਗਾ ਇਹ ਤੇ ਮੇਰਾ ਹੈ। ਸਿੱਖ ਨੇ ਤੇ ਕਹਿਣਾ ਹੀ ਹੈ, ਆਖੋ ਸਾਤਨਾ। ਨਿੰਦਕਾਂ ਦੇ ਮੂੰਹ ਕਾਲੇ ਹੋਏ, ਤੇ ਸਿੱਖ ਸੰਗਤਾਂ ਆਦਿ ਗ੍ਰੰਥ ਭਾਵ ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ ਕਰਦੀਆਂ ਵਾਪਸ ਸ੍ਰੀ ਹਰਿਮੰਦਰ ਸਾਹਿਬ ਨੂੰ ਚੱਲ ਪਈਆਂ। ਆਓ, ਸਮਾਂ ਵੀ ਸਮਾਪਤੀ ਦਾ ਹੋ ਗਿਆ, ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਅੱਜ ਪਹਿਲਾ ਦੀਵਾਨ ਹੈ, ਕੱਲ ਇਸੇ ਵੇਲੇ 7:15, ਤੇ ਪਰਸੋਂ ਦਾ ਦੀਵਾਨ ਮੇਰਾ ਖਿਆਲ ਹੈ 6:07, ਹਾਂਜੀ 5:00, ਪਰਸੋਂ ਸ਼ਾਮ ਦਾ 5:00। ਹੁਣ ਇਹ ਸਮਾਂ ਆਪ ਜੀ ਨੂੰ ਦੱਸਦਾ, ਸਮਾਂ ਚੇਂਜ ਹੈ, ਹੁਣ ਆ ਵੀ ਜਾਇਓ ਸਾਧ ਸੰਗਤ ਜੀ, ਆਖੋ ਸਾਧਨਾ। ਪਰਸੋਂ 5:00, ਕੱਲ੍ਹ ਦਾ ਸਮਾਂ ਸੇਮ ਹੀ ਹੈ।
ਦਰਸ਼ਨ ਦੇਣੇ ਔਰ ਨਾਲ ਬੇਨਤੀ ਹੈ ਕਿ ਹਰ ਸਾਲ ਆਪ ਜੀ ਕੋਲ ਆਈਦਾ, ਹਰ ਸਾਲ ਜ਼ਰੂਰਤਮੰਦ ਬੱਚੀਆਂ ਦੇ ਵਿਆਹ ਹੁੰਦੇ ਆ ਔਰ ਇਸ ਸਾਲ 27 ਅਕਤੂਬਰ ਨੂੰ ਫਿਰ 25 ਲੜਕੀਆਂ ਦੇ ਵਿਆਹ ਨੇ। ਪਿਛਲੇ ਸਾਲ ਲਾਈਵ ਆਇਆ ਸੀ, ਆਪ ਜੀ ਨੇ ਦੇਖਿਆ ਹੋਵੇਗਾ। ਔਰ ਇਸ ਬੇਬੇ ਨਾਨਕੀ ਦੇ ਘਰੋਂ ਸੰਗਤਾਂ ਪੂਰਬੰਧਕ ਵੀਰਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਇਹਨਾਂ ਕਦੀ ਰੋਕ ਨਹੀਂ ਪਾਈ। ਔਰ ਸਰਦਾਰ ਸਵਰਨ ਸਿੰਘ ਜੀ ਸਾਨੀ ਪਰਿਵਾਰ ਵੱਲੋਂ 501 ਪਾਉਂਡ ਉਹਨਾਂ ਸੇਵਾ ਵਾਸਤੇ ਦਿੱਤਾ। ਔਰ ਜੇ ਕੋਈ ਪਰਦੇ ਪਿੱਛੇ ਕੰਮ ਹੋਵੇ ਉਹ ਤਾਂ ਗੱਲ ਵੱਖਰੀ ਹੈ, ਜਿਹੜਾ ਸਾਰਾ ਕੁਝ ਸਾਹਮਣੇ ਹੁੰਦਾ, ਸਾਰਾ ਕੁਝ ਵਿਆਹ ਵੀ ਹੁੰਦੇ ਆ, 1-1 ਲੱਖ ਰੁਪਏ ਦਾ ਸਮਾਨ 1-1 ਬੱਚੀ ਨੂੰ ਦਿੱਤਾ ਜਾਂਦਾ ਹੈ, ਇਕੱਠੀਆਂ ਡੋਲੀਆਂ ਤੁਰਦੀਆਂ, ਫਿਰ ਸ਼ਾਮੀ 5 ਵਜੇ ਤੋਂ ਲੈ ਕੇ ਰਾਤ 3 ਵਜੇ ਤੱਕ ਕੀਰਤਨ ਦਰਬਾਰ ਹੁੰਦਾ, 15-16 ਰਾਗੀ ਜਥੇ ਆਉਂਦੇ ਆ, 50,000 ਰੁਪਏ ਦਾ ਰਾਸ਼ਨ ਹਰ ਮਹੀਨੇ ਗਰੀਬ ਘਰਾਂ 'ਚ ਦਿੱਤਾ ਜਾਂਦਾ, ਕਈ ਬੱਚਿਆਂ ਦੀ ਸਕੂਲਾਂ ਦੀ ਕਾਲਜਾਂ ਦੀ ਫੀਸ ਦਿੰਦੇ ਆ ਅਤੇ ਅੱਖਾਂ ਦੇ ਕੈਂਪ ਵੀ ਲੱਗਦੇ ਆ, 12 ਕੈਂਪ ਲੱਗ ਚੁੱਕੇ ਆ ਪਿੱਛੇ। ਸੱਚੀ ਗੱਲ ਹੈ, ਇੱਥੇ ਤਾਂ 25 ਕਿਹਾ ਸੀਗਾ, ਪਿਛਲੇ ਸਾਲ 31 ਵਿਆਹ ਹੋਏ, 1 ਮੁਸਲਮਾਨ ਬੱਚੀ ਦਾ ਨਿਕਾਹ ਵੀ ਕੀਤਾ, 10 ਵਿਆਹ ਬਾਅਦ 'ਚ ਫੇਰ ਹੋਏ, ਹਰ ਚੀਜ਼ ਦਾ ਰਿਕਾਰਡ ਹੈ, ਕਿਸੇ ਮੌਕੇ ਕੋਈ ਵੀ ਆ ਕੇ ਦੇਖ ਸਕਦਾ। ਜਿੰਨਾ ਸੇਵਾ ਦੇਣੀ ਉਹ ਕਦੀ ਸ਼ੱਕ ਨਹੀਂ ਕਰਦੇ, ਪਰ ਜਿਨ੍ਹਾਂ ਦੇ ਮਨ 'ਚ ਕੋਈ ਸ਼ੱਕ ਹੁੰਦਾ ਉਹ ਆ ਕੇ ਦੇਖ ਸਕਦਾ ਕਿੰਨੇ ਘਰਾਂ 'ਚ ਰਾਸ਼ਨ ਜਾ ਰਿਹਾ, ਕਦੋਂ ਤੋਂ ਜਾ ਰਿਹਾ, ਕਿੰਨੇ ਬੱਚਿਆਂ ਦੀ ਸਕੂਲਾਂ ਦੀ ਫੀਸ ਹੈ, ਕਿੰਨੇ ਵਿਆਹ ਹੁੰਦੇ ਨੇ, ਸਭ ਕੁਛ ਦੇਖਿਆ ਜਾ ਸਕਦਾ। ਅਤੇ ਇਸੇ ਸਾਲ ਹੀ 7 ਫਰਵਰੀ ਨੂੰ 12ਵਾਂ ਅੱਖਾਂ ਦਾ ਕੈਂਪ ਲੱਗਾ। ਸੱਚੀ ਗੱਲ ਹੈ, ਮਾਇਆ ਸਮਾਪਤ ਹੋ ਗਈ ਸੀ, ਮਹਾਰਾਜ ਨੇ ਕਿਰਪਾ ਕੀਤੀ, ਸਰਦਾਰ ਦਵਿੰਦਰ ਸਿੰਘ ਜੀ ਹੋਰ ਆ ਈਸਟ ਐਂਡ ਕੰਪਨੀ ਵਾਲੇ, ਇਹਨਾਂ ਦਾ ਫੋਨ ਆ ਗਿਆ, ਭਾਈ ਸਾਹਿਬ ਅਸੀਂ ਕੈਂਪ ਲਾਉਣਾ ਚਾਹੁੰਦੇ। ਮੈਂ ਕਿਹਾ ਵੀਰ ਜੀ ਆ ਜਾਓ, ਕਿਹਾ ਹੋਇਆ ਹਰ ਸਾਲ ਕੈਂਪ ਲੱਗਦਾ, ਮਾਇਆ ਹੈ ਨਹੀਂ, ਗੁਰੂ ਨੇ ਆਪੇ ਹੀ ਭੇਜ ਦਿੱਤੇ। ਅਤੇ 12ਵਾਂ ਕੈਂਪ ਫਿਰ ਕੀਰਤਪੁਰ ਸਾਹਿਬ ਲੱਗਾ, ਤਕਰੀਬਨ 8.5 ਲੱਖ ਰੁਪਈਆ ਖਰਚਾ ਸੀ। ਔਰ ਆ ਪਹੁੰਚੇ ਪਰਿਵਾਰ ਨਾਲ, ਦੇਖ ਕੇ ਇਤਨਾ ਉਤਸ਼ਾਹ ਆਇਆ, ਪਿੱਛੇ ਤੋਂ ਪਿੱਛੇ ਵੀ ਇਹਨਾਂ ਨੇ ਸੇਵਾ ਕੀਤੀ ਸੀ, ਆਪੇ ਹੀ ਡਿੱਗੀ ਭਰ ਕੇ ਕੇਲਿਆਂ ਦੀ, ਫਰੂਟ ਦੀ ਵੀ ਲੈ ਕੇ ਆਏ ਨਾਲ, ਉਹ ਵੀ ਨਾਲ ਵੰਡਦੇ ਰਹੇ। ਸਤਸੰਗ ਜੀਓ, ਆਪਣੇ ਵਾਸਤੇ ਜਿਉਣਾ ਵੱਖਰੀ ਗੱਲ ਆ, ਕਿਸੇ ਦਾ ਭਲਾ ਕਰਕੇ ਜਿਉਣਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ। ਔਰ ਆਪ ਸੰਗਤਾਂ ਬੇਸ਼ੱਕ ਇੱਥੇ ਬੈਠੇ ਹੋ, ਇਹ ਜੋ ਤੁਸੀਂ ਮਾਇਆ ਦੇ ਰਹੇ ਹੋ, ਇਹ ਤੁਹਾਡੀ ਮਾਇਆ ਕਈ ਜਗ੍ਹਾ ਖਰਚ ਹੁੰਦੀ ਹੈ, ਅਸੀਂ ਤਾਂ ਕੁਝ ਨਹੀਂ ਦੇ ਸਕਦੇ। ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਦਾਤਾ ਤੁਹਾਡੀਆਂ ਸਾਰਿਆਂ ਦੀਆਂ ਝੋਲੀਆਂ ਭਰੇ। ਆਓ ਆਖਰੀ ਪੰਕਤੀ ਪੜ੍ਹ ਕੇ ਫਿਰ ਆਪਾਂ ਕਰੀਏ ਸਮਾਪਤੀ। ਸਾਰੇ ਜਪੋ, ਹੇ ਗੁਰੂ ਗ੍ਰੰਥ ਸਾਹਿਬ ਪਿਤਾ, ਅਕਬਰ ਬਾਦਸ਼ਾਹ ਦੀ ਇੱਛਾ ਪੂਰੀ ਕੀਤੀ ਨਾ, ਅਸੀਂ ਵੀ ਆਸ ਲੈ ਕੇ ਆਏ ਹਾਂ, ਅੱਜ ਤੇਰਾ ਪਹਿਲਾ ਪ੍ਰਕਾਸ਼ ਦਿਵਸ ਹੈ, ਸਾਡੇ ਸਿਰ 'ਤੇ ਵੀ ਹੱਥ ਰੱਖ, ਸਾਡੇ ਵੀ ਰੁਕੋ ਹੋਏ ਕੰਮ ਪੂਰੇ ਹੋਣ, ਬੱਚਿਆਂ ਦੇ ਸੰਯੋਗ ਖੁੱਲ੍ਹਣ, ਜਿਨ੍ਹਾਂ ਦੇ ਕੰਮ ਅਧੂਰੇ ਨੇ ਪੂਰੇ ਹੋਣ, ਜਿਨ੍ਹਾਂ ਨੂੰ ਬੱਚਿਆਂ ਦੀ ਲੋੜ ਹੈ ਦਾਤਾ ਝੋਲੀਆਂ ਭਰੇ, ਸਰੀਰਕ ਰੋਗ ਨੇ ਦਾਤਾ ਉਹਨਾਂ ਦੇ ਦੁੱਖ ਦੂਰ ਕਰੇ। ਮਨ ਵਿੱਚ ਲਿਆਓ ਅਤੇ ਨਾਲੇ ਪੰਕਤੀ ਪੜ੍ਹੋ, ਫਿਰ ਕਰੀਏ ਸਮਾਪਤੀ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ
ਨਾਮ ਭਰੋਸਾ। ਇਤਨੀ ਸੇਵਾ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਮਥਾਵਾਂ ਬੀਬੀਆਂ ਭੈਣਾਂ ਸ਼ਬਦ ਭੇਟ ਧਰਮ ਕਾਰਜਾਂ ਵਾਸਤੇ ਮੈਂ ਅਰਦਾਸ ਕਰਾਈ, ਤਿਨ੍ਹਾਂ ਦੇ ਨਾਮ ਤੋਂ ਆਪ ਜਾਣੂ ਹੋ ਸਰਬੱਤ ਨੂੰ ਨਾਮਦਾਨ ਬਖਸ਼ਣਾ। ਸਾਧ ਸੰਗਤ ਜੀ, ਉਹ ਪਿਛਲੇ ਸਾਲ ਆਪ ਜੀ ਨੇ ਮਾਇਆ ਦਿੱਤੀ, ਤੁਹਾਡਾ ਹੱਕ ਬਣਦਾ ਦੇਖਣ ਦਾ ਜੇ ਅਸੀਂ ਮਾਇਆ ਦਿੱਤੀ, ਕਿੱਥੇ ਕਿੱਥੇ ਖਰਚ ਹੋਈ, ਤੋ ਪਿਛਲੇ ਸਾਲ ਜੋ ਵਿਆਹ ਹੋਏ ਪੁਰਾਣੀਆਂ ਸੀੜੀਆਂ ਨਹੀਂ ਹੈ, ਜਿਹੜੇ ਪਿਛਲੇ ਸਾਲ ਵਿਆਹ ਹੋਏ ਅਕਤੂਬਰ 'ਚ ਉਹ ਨਵੀਆਂ ਸੀੜੀਆਂ ਨੇ। ਆਪ ਜੀ ਹੁਣ ਜਾਂਦੇ ਹੋਏ ਬਾਹਰੋਂ ਲੈ ਲੈਣਾ, ਜੇ ਡੀਵੀਡੀ ਪਲੇਅਰ 'ਤੇ ਨਾ ਚੱਲੇ ਲੈਪਟਾਪ ਜਾਂ ਕੰਪਿਊਟਰ 'ਤੇ ਦੇਖਣਾ ਜ਼ਰੂਰ, ਆਪ ਜੀ ਨੂੰ ਅੱਛਾ ਲੱਗੇਗਾ। ਕਿਵੇਂ ਵਿਦਿਆਲੇ ਫ੍ਰੀ ਚੱਲਦੇ ਆ, ਕਿਵੇਂ ਅੱਖਾਂ ਦਾ ਕੈਂਪ ਲੱਗਾ, ਕਿਵੇਂ ਬੱਚੀਆਂ ਦੇ ਵਿਆਹ ਹੋਏ, ਇਹ ਸਾਰੀ ਡਿਟੇਲ ਹੈ। ਇਹ ਆਪ ਜੀ ਹੁਣ ਜਿਸ ਵੇਲੇ ਬਾਹਰ ਜਾਓਗੇ ਤਾਂ ਉੱਥੇ ਜ਼ਰੂਰ ਲੈ ਜਾਣਾ। ਜਿਨ੍ਹਾਂ ਨੂੰ ਅੱਜ ਮਿਲ ਗਈਆਂ ਅੱਜ ਲੈ ਲਿਓ, ਬਾਕੀਆਂ ਨੂੰ ਕੱਲ੍ਹ। ਆਓ ਜੀ ਹੁਣ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਸਤਨਾਮ ਸਤਨਾਮ ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਵਾਹਿਗੁਰੂ। ਰਾਮ ਕਲੀ ਮਹੱਲਾ ਤੁਜਾ ਆਨੰਦ ਕਿਉਂ ਓਂਕਾਰ, ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੇ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੇ ਮਲ ਵਜਿਆ ਵਧਾਇਆ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਇਆ, ਸਬਦੋ ਤਾ ਗਾਵੋ ਹਰਿ ਕੇਰਾ ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਤੋ ਸਦਾ ਰੋਵਣਾਲ, ਹਰ ਨਾਲ ਰਤੁ ਮਨ ਮੇਰੇ ਦੂਤ ਸਭ ਵਿਸਾਰਣ, ਅੰਗੇ ਕਰੋ ਕਰ ਤੇਰਾ ਕਾਰਜ ਸਮਸਵਾਰਣ, ਸਭ ਨੰਗ ਨਾ ਸਮਰਤ ਸਵਾਮੀ ਸੁਖੇ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋਵਣਾਲ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੁਭਾਵੇ, ਸਦਾ ਸ਼ਿਵ ਸਨਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸੱਚ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਬਣਾਈਆ, ਹਰ ਸ਼ਾਮ ਸੁਖਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਗੁਰਬਾਨਕ ਦਾ ਗੁਰੂ ਬੇਟੋ ਜਿਸ ਜਿਆ ਵੜਿਆਈਆ, ਕਹਿ ਨਾਨਕ ਸੁਣ ਸੰਤ ਸਭ ਧਰ ਬਿਆਰੋ, ਸੱਚ ਨਾਮ ਮੇਰਾ ਆਧਾਰ ਵਾਜੇ, ਪੰਚ ਬਦ ਗਰ ਸਭਾਗੇ ਕਰ ਸਭਾਗੇ ਸ਼ਾਮਨ ਵਾਜੇ, ਕੱਲਾ ਜਿਤ ਗਰਦਾਰੀਆ, ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਕਰ ਪਾਇਆ ਦੋ ਜਨ ਕੋ ਸੇ ਨਾਮ ਹਰ ਕੇ ਲਾਗੇ, ਕਹਿ
ਨਾਨਕ ਤੈਸ ਕੋ ਅਤਿਤ ਕਰ ਅਨਹਦ ਵਾਜੇ ਅਨੰਦ ਸਰੋਵਰ ਵਾਗਿਓ ਸਗਲ ਮਨੋਰਥ ਮੋਰੇ ਪਾਰ ਬ੍ਰਹਮ ਬ੍ਰਹਮਾਇਆ ਉਤਰੀ ਸਗਲੇ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸਾਜੇ ਵਾਣੇ ਸੰਤ ਸਾਜਣ ਵਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਕਹੇ ਪਲਤ ਕਹਤੇ ਭਗਤ ਸਤਿਗੁਰੂ ਰਿਆ ਬਰਬੋਰ ਮੈਨੂੰ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੁਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਬਾਤ ਦੂਸਰਾ ਦੁਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਮਰਿਆਈਆ ਵਾਚੇ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਵੇ ਨਾਮ ਤੇ ਆਇਆ ਗਏ ਮਸਕਰ ਗਾਲ ਨਾਨਕ ਤੇ ਮਖੋਜਲ ਕੇਤੀ ਛੋਟੇ ਨਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾ ਸਤਿਕਾਰ ਗੁਰਸਾਹਿਬ ਸਿੰਘ ਜੀਓ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਦੀ ਬਾਣੀ ਸਦਕਾ ਆਪ ਸੰਗਤਾਂ ਦੇ ਦਰਸ਼ਨ ਪ੍ਰਾਪਤ ਹੋਏ ਗੁਰਦੁਆਰਾ ਬੇਬੇ ਨਾਨਕੀ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਹਰ ਸਾਲ ਆਇਆਂ ਨੂੰ ਨਿਵਾਜਦੇ ਨੇ ਔਰ ਗਿਆਨੀ ਮਹਿੰਦਰ ਸਿੰਘ ਜੀ ਹਮਦਰਦ ਵੀਰ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੇਨਤੀ ਕੀਤੀ ਪ੍ਰਬੰਧਕ ਵੀਰਾਂ ਤੱਕ ਉਹਨਾਂ ਸੁਣਿਆ ਪਹੁੰਚਾਇਆ ਔਰ ਬਹੁਤ ਸਤਿਕਾਰ ਦਿੱਤਾ ਸਮੂਹ ਪ੍ਰਬੰਧਕ ਕਮੇਟੀ ਨੇ ਔਰ ਨਾਲ ਗਿਆਨੀ ਜਰਨੈਲ ਸਿੰਘ ਜੀ ਬਹੁਤ ਹੀ ਮਿੱਠ ਬੋਲੇ ਪਿਆਰੇ ਸੱਜਣ ਹਨ ਜਿਨ੍ਹਾਂ ਜਦੋਂ ਬਚਨ ਹੋਇਆ ਤਾਂ ਕਿਹਾ ਭਾਈ ਸਾਹਿਬ ਜ਼ਰੂਰ ਜੀ ਸਦਕੇ ਆਓ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ ਵੀ ਭੁੱਲਾ ਚੁੱਕਾ ਬਖਸ਼ੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਧ ਸੰਗਤ ਫਤਿਹ ਆਪ ਜੀ ਨੂੰ ਬੁਲਾਈ ਜਵਾਬ ਵੀ ਤੁਸੀਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਰੀ ਕਿਰਪਾ ਮੈਂ ਸੂਹ ਗਨੇਰੇ ਕੋਈ ਨਾ ਜਾਣੇ ਤੁਮਰਾਇਨ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਤਾ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਕਿ ਓਂਕਾਰ ਸ੍ਰੀ ਵਾਹਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੈਲੂ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮਨਾਉਣ ਦੀਆਂ ਖੁਸ਼ੀਆਂ ਵਿੱਚ ਸੱਚੇ ਪਾਤਸ਼ਾਹ ਜੀ ਦੀਵਾਨ ਸੱਜੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਆਇਆਂ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਜਾਪ ਦੀ ਸੇਵਾ ਕਰਵਾਈ ਸੱਚੇ ਪਾਤਸ਼ਾਹ ਜੀ ਉਪਰੰਤ ਸ਼ਬਦ ਕੀਰਤਨ ਹੋਏ ਗੁਰ ਇਤਿਹਾਸ ਵਿਚਾਰੇ ਗਏ ਗੁਰ ਇਤਿਹਾਸ ਵਿਚਾਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਗਲਤੀਆਂ ਦੀ ਖਿਮਾ ਕਰਨਾ ਅੱਗੇ ਤੂੰ ਸਮੱਤ ਬਖਸ਼ਣੀ ਸੋਝੀ ਬਖਸ਼ਣੀ ਬਾਣੀ ਪ੍ਰੇਮ ਸਤਿਕਾਰ ਸਹਿਤ ਪੜ੍ਹਨ ਸੁਣਨ ਦੀ ਸਮਰੱਥਾ ਬਖਸ਼ਣੀ ਪੜ੍ਹੀ ਬਾਣੀ ਦਾ ਫਲ ਭਾਵ
ਪਿਆਰੀਆਂ ਸੰਗਤਾਂ ਦੇ ਹਿਰਦੇ ਵਿੱਚ ਕਰਨਾ 'ਚ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਪਟਾਵਾਂ ਲੇਖੇ ਲਾਉਣੀਆਂ ਸ਼ੁਭ ਇਛਾਵਾਂ ਸਭ ਦੀਆਂ ਪੂਰਨ ਕਰਕੇ ਆਪਦੇ ਦਰ ਘਰ ਦਾ ਪਿਆਰ ਰਹਿਮਤਾਂ ਵਰਤਾਉਣੀਆਂ ਸਭ ਨੂੰ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ 'ਚ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਸੇਵ ਸਰਦਾਰ ਤਰਸੇਮ ਸਿੰਘ ਹੋਰਾਂ ਵੱਲੋਂ 'ਚ ਪਾਤਸ਼ਾਹ ਜੀ ਸੇਵਾ ਕਰਵਾਈ ਗਈ ਹੈ ਜਿਸ ਭਾਵਨਾ ਨੂੰ ਮੁੱਖ ਰੱਖਦਿਆਂ ਇਸ 'ਚ ਪਾਤਸ਼ਾਹ ਦੇ ਸੇਵਕਾਂ ਵੱਲੋਂ ਸੇਵਾ 'ਚ ਹਿੱਸਾ ਪਾਇਆ 'ਚ ਪਾਤਸ਼ਾਹ ਮਨੋਕਾਮਨਾਵਾਂ ਭਾਵਨਾ ਪੂਰਨ ਕਰਨੀਆਂ ਤੰਦਰੁਸਤੀਆਂ ਬਖਸ਼ਣੀਆਂ ਮਿਹਰ ਭਰਿਆ ਹੱਥ ਰੱਖਣਾ ਸਮੋ ਸੰਗਤਾਂ ਅਤੇ ਟਹਿਲੀਆਂ ਦੀ ਅਰਦਾਸ ਸਰਬੱਤੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀਓ ਇਸ ਵਕਤ ਸੱਜੇ ਦੀਵਾਨਾਂ ਦੀ ਸਮਾਪਤੀ ਆਪਦੇ ਬਖਸ਼ਿਆਂ ਭੰਡਾਰਿਆਂ ਵਿੱਚੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀਆਂ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰਨੀ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ 'ਚ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੂੰ ਉੱਦਮ ਉਪਰਾਲੇ ਬਖਸ਼ਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਗੁਰ ਇਤਿਹਾਸ ਗੁਰਪੁਰਬ ਮਨਾਉਣ ਦਾ ਬਲ ਬੁੱਧੀ ਬਖਸ਼ਣੀ ਪ੍ਰੇਮ ਪਿਆਰ ਬਖਸ਼ਣਾ ਚੜ੍ਹਦੀਆਂ ਕਲਾਂ ਬਖਸ਼ਣੀਆਂ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਤਵੇ ਚਲਾਇਓ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਪਹੁੰਚਾਏ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਹਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਦੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਦਾ ਗੁਰ ਪਾਰ ਉਤਾਰਨ ਹਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਇ ਹੋਐ ਸਿਫਤ ਖਸਮ ਦੀ ਨੁਰ ਅਰਸੋਂ ਪਰਸੋਂ ਚਟੀਐ
ਤੁਧ ਡਿਠ ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਹਾਂਦੈ ਸਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲ, ਹਮ ਬਾਰਕ ਤੁਮਰੇ ਧਾਰੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲ, ਹਮ ਬਾਰਕ ਤੁਮਰੇ ਧਾਰੇ, ਜਿਹੇ ਵਾਇਕ ਗਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀਂ ਲਹੀਐ ਰਹਾ, ਕੋਟ ਅਪਰਾਧ ਹਮਾਰੇ ਖੰਡ, ਅਨਕ ਵਿਧੇ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ, ਤੁਮਰੀ ਸਰਨ ਤੁਮਾਰੀ ਆਸ, ਤੁਮ ਹੀ ਸਜਣ ਸੋਹਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ, ਤੁਮਰੀ ਸਰਨ ਤੁਮਾਰੀ ਆਸ, ਤੁਮ ਹੀ ਸਜਣ ਸੋਹਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਸੱਜੀ ਪਿਆਰੀ ਸਾਧ ਸੰਗਤ, ਦਿਓ ਸੀਸ 'ਤੇ ਆਓ, ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਇੱਕ ਜ਼ਰੂਰੀ ਬੇਨਤੀ ਕਰਨੀ ਹੈ ਕਿ ਗੁਰੂ ਮਹਾਰਾਜ ਜੀ ਦਰਬਾਰ ਦੇ ਵਿੱਚ ਹਾਜ਼ਰ ਹਨ। ਕਈ ਵਾਰੀ ਆਪਾਂ ਦੇਖਦੇ ਹਾਂ ਮਹਾਰਾਜ ਜੀ ਅਜੇ ਸੱਚਖੰਡ ਗਏ ਵੀ ਨਹੀਂ ਹੁੰਦੇ, ਅਤੇ ਆਪਾਂ ਪਹਿਲਾਂ ਹੀ ਉੱਠ ਕੇ ਚਲੇ ਜਾਂਦੇ ਹਨ। ਸੋ ਆਓ, ਉਹ ਸੱਚੇ ਸਤਿਗੁਰੂ ਜਿਨ੍ਹਾਂ ਦਾ ਅੱਜ ਆਪਾਂ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਦਿਹਾੜਾ, ਸਮੂਹ ਸੰਗਤਾਂ ਨੂੰ, ਸਮੂਹ ਜਗਤ ਨੂੰ, ਸਾਰਿਆਂ ਨੂੰ ਆਪ ਜੀ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਆਪ ਜੀ ਗੁਰਦੁਆਰਾ ਬੇਬੇ ਨਾਨਕੀ ਜੀ ਵੱਲੋਂ ਆਪ ਜੀ ਜਿਉਂ ਆਖਦੇ ਹਨ, ਅਤੇ ਸੱਚੇ ਸਤਿਗੁਰੂ ਚਵਰ ਤੱਕ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਵਨ ਪਿੱਤਰ ਪ੍ਰਕਾਸ਼ ਦਿਹਾੜੇ 'ਤੇ ਆਪ ਜੀ ਨੂੰ ਸਾਰਿਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਨ। ਗੁਰੂ ਮਹਾਰਾਜ ਜੀ ਅੱਗੇ ਅਰਦਾਸ ਹੈ ਕਿ ਆਪ ਜੀ ਨੂੰ ਖੁਸ਼ੀਆਂ ਬਖਸ਼ਣ, ਜੋ ਆਪਾਂ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਮਨਾਉਂਦੇ ਹਨ, ਆਪ ਜੀ ਸੰਗਤਾਂ ਹਾਜ਼ਰੀਆਂ ਭਰਦੇ ਹਨ, ਮਹਾਰਾਜ ਆਪ ਜੀ ਨੂੰ ਖੁਸ਼ੀਆਂ ਬਖਸ਼ਣ, ਤਨ ਮਨ ਧਨ ਦੇ ਨਾਲ ਪ੍ਰੇਮ ਪਿਆਰ
ਅਤੇ ਚਾਅ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਣ। ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਸੁਰਿੰਦਰ ਸਿੰਘ ਜੀ ਰੰਗੀਲਾ ਅਤੇ ਨਾਲ ਬੇਟਾ ਜੀ ਤਬਲੇ 'ਤੇ, ਜਿਨ੍ਹਾਂ ਨੇ ਬੜਾ ਹੀ ਰਸਪੀਨਾ ਕੀਰਤਨ ਕਰਕੇ ਅੱਜ ਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜੇ 'ਤੇ ਰੌਸ਼ਨੀ ਪਾਈ ਹੈ, ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਨ। ਮਹਾਰਾਜ ਇਹਨਾਂ ਨੂੰ ਹੋਰ ਵੀ ਖੁਸ਼ੀਆਂ ਬਖਸ਼ਣ, ਦੂਰੋਂ ਆ ਕੇ ਇਹ ਇਸ ਦੇਸ਼ ਦੇ ਵਿੱਚ ਆ ਕੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਦੇ ਹਨ, ਗੁਰੂ ਦੇ ਲੜ ਲਾਉਂਦੇ ਹਨ। ਸੋ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਇਹਨਾਂ ਨੂੰ ਹੋਰ ਵੀ ਕੀਰਤਨ ਕਰਨ ਦਾ ਬਲ ਬਖਸ਼ਣ, ਚਾਅ ਬਖਸ਼ਣ। ਆਪ ਜੀ ਜਿਵੇਂ ਕਿ ਜਾਣਦੇ ਹੋ ਕਿ ਕੱਲ੍ਹ ਦਾ ਪ੍ਰੋਗਰਾਮ ਜੋ ਹੈ ਉਹ 7 ਤੋਂ ਲੈ ਕੇ 8 ਵਜੇ ਤੱਕ ਭਾਈ ਸਾਹਿਬ ਹੋਣਾ ਦਾ ਹੈ। ਉਸ ਤੋਂ ਉਪਰੰਤ ਜੋ ਬੁੱਧਵਾਰ ਦਾ ਪ੍ਰੋਗਰਾਮ ਹੈ ਉਹ 5 ਵਜੇ ਤੋਂ ਲੈ ਕੇ 6 ਵਜੇ ਤੱਕ ਹੈ, ਅਤੇ ਉਸ ਤੋਂ ਉਪਰੰਤ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਸਮਰਸੈਟ ਰੋਡ ਜਿਹੜਾ ਕਿ ਇੱਥੇ ਨਾਲ ਹੀ ਹੈ, ਉੱਥੇ 7 ਤੋਂ 8 ਵਜੇ ਆਪ ਜੀ ਨੇ ਹਾਜ਼ਰੀ ਭਰਨੀ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਵੀ ਆਪ ਜੀ ਹੁਣ ਆ ਕੇ ਦਰਸ਼ਨ ਦੇਣੇ। ਪਿਆਰੀ ਸਾਧ ਸੰਗਤ ਜੀ ਨਾਲ ਨਾਲ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਵੀਰ ਭਾਈ ਸਾਹਿਬ ਭਾਈ ਰਘਬੀਰ ਸਿੰਘ ਜੀ, ਆਵਾਜ਼ ਕੌਮ TV ਜਿਹੜਾ ਗੁਰਦੁਆਰਾ ਬੇਬੇ ਨਾਨਕੇ ਦੇ ਨਾਲ ਹਮੇਸ਼ਾ ਹੀ ਸਾਡੇ ਨਾਲ ਸਾਥ ਦਿੰਦੇ ਹਨ, ਜੋ ਅੱਜ ਦਾ ਪ੍ਰੋਗਰਾਮ ਇਹਨਾਂ ਨੇ ਫੁੱਲ ਰਿਕਾਰਡਿੰਗ ਕੀਤੀ ਹੈ। ਆਪ ਜੀ ਆਵਾਜ਼ ਕੌਮ TV 'ਤੇ ਇਹ ਜੋ ਪ੍ਰੋਗਰਾਮ ਹੈ ਦੇਖ ਸਕਦੇ ਹਾਂ, ਯੂਟਿਊਬ 'ਤੇ ਦੇਖ ਸਕਦੇ ਹਾਂ, ਐਂਡਰਾਇਡ 'ਤੇ ਦੇਖ ਸਕਦੇ ਹਾਂ। ਸੋ ਆਪ ਜੀ ਨੂੰ ਬੇਨਤੀ ਹੈ ਕਿ ਇਹ ਪ੍ਰੋਗਰਾਮ ਆਪ ਜੀ ਨੇ ਸਰਵਨ ਕਰਨਾ ਹੋਵੇ ਆਪ ਆਵਾਜ਼ ਕੌਮ TV 'ਤੇ ਦੇਖ ਸਕਦੇ ਹਾਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਅੱਜ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਹੈ। ਮਹਾਰਾਜ ਇਹਨਾਂ ਨੂੰ ਹੋਰ ਵੀ ਖੁਸ਼ੀਆਂ ਬਖਸ਼ਣ, ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ਣ, ਇਹੀ ਸਾਡੀ ਗੁਰੂ ਮਹਾਰਾਜ ਅਰਦਾਸ ਹੈ। ਅਗਰ ਆਪ ਜੀ ਨੇ ਕਿਸੇ ਨੇ ਵੀ ਕੋਈ ਪ੍ਰੋਗਰਾਮ ਦੀ ਰਿਕਾਰਡਿੰਗ ਕਰਾਉਣੀ ਹੋਵੇ ਜਾਂ ਕੀਰਤਨ ਦੀ ਰਿਕਾਰਡਿੰਗ ਕਰਾਉਣੀ ਹੋਵੇ ਤਾਂ ਮੇਰੇ ਵੀਰ ਰਘਬੀਰ ਸਿੰਘ ਜੀ ਦਰਬਾਰ ਦੇ ਵਿੱਚ ਹਾਜ਼ਰ ਹਨ, ਆਪ ਜੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਪਿਆਰੀ ਸਾਧ ਸੰਗਤ ਜੀ, ਮਹਾਰਾਜ ਦੀ ਸੇਵਾ ਹੋ ਚੁੱਕੀ ਹੈ, ਕੀਰਤਨ ਸੇਵਾ ਦਾ ਪਾਠ ਹੋ ਚੁੱਕੇ ਹਨ, ਅਰਦਾਸ ਹੋਣੀ ਹੈ। ਅਰਦਾਸ ਤੋਂ ਉਪਰੰਤ ਸੱਚੇ ਸਤਿਗੁਰੂ ਗੁਰੂ ਮਹਾਰਾਜ ਜੀ ਨੇ ਸੱਚਖੰਡ ਆਪਾਂ ਗੁਰੂ ਮਹਾਰਾਜ ਜੀ ਨੂੰ ਸੱਚਖੰਡ ਵਿਰਾਜਮਾਨ ਹੋਣਾ ਹੈ। ਉਸ ਤੋਂ ਉਪਰੰਤ ਆਪਾਂ ਪ੍ਰਸ਼ਾਦ ਲੈ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਜ਼ਰੂਰੀ ਬੇਨਤੀ ਹੈ, ਜੋ ਕੱਲ੍ਹ ਦਾ ਦੀਵਾਨ ਹੈ ਉਹ 7 ਵਜੇ ਤੋਂ 8 ਵਜੇ ਤੱਕ ਹੈ, ਲੇਕਿਨ ਭਾਈ ਸਾਹਿਬ ਹੋਣੀ ਜਿੰਨੀ ਲੇਟ ਕਰਨਾ ਕਰ ਸਕਦੇ ਹਨ, ਲੇਕਿਨ 6:30 ਤੋਂ ਲੈ ਕੇ 7 ਵਜੇ ਤੱਕ ਮੇਰੇ ਵੀਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਹਮਦਰਦ ਉਹ ਵੀ ਹਾਜ਼ਰੀ ਭਰਨਗੇ। ਸੋ ਆਪ ਜੀ ਨੂੰ ਬੇਨਤੀ ਹੈ, ਆਪ ਜੀ ਜ਼ਰੂਰ ਦਰਸ਼ਨ ਦੇਣੇ, 6:30 ਤੋਂ ਲੈ ਕੇ 7 ਵਜੇ ਤੱਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਹਮਦਰਦ ਉਹ ਹਾਜ਼ਰੀ ਭਰਨਗੇ। ਉਸ ਤੋਂ ਉਪਰੰਤ ਰਾਗੀ ਜਥਾ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।